ਕਰਦੇ ਜ਼ੁਲਮ ਨਾ ਸਹਿੰਦੇ, ਰਾਜ਼ੀ ਰੱਬ ਦੀ ਰਜ਼ਾ ਚ ਰਹਿੰਦੇ। ਜ਼ੁਲਮ ਨਾ ਕਰਦੇ ਜ਼ੁਲਮ ਨਾ ਸਹਿੰਦੇ, ਰਾਜ਼ੀ ਰੱਬ ਦੀ ਰਜ਼ਾ ਚ ਰਹਿੰਦੇ। ਦੁਨੀਆ ਸਾਰੀ ਵੀ ਅਸੀਂ ਸਰਦਾਰ ਹੁੰਦੇ ਆ ਤੇ ਬਿਲਕੁਲ ਜੀ ਆਪਾਂ ਤੁਹਾਡੇ ਵਿਚ ਹਾਜ਼ਰ ਹੋ ਚੁੱਕੇ ਆ ਲੈ ਕੇ ਉਸ ਸਰਦਾਰ ਨੂੰ ਜਿਨ੍ਹਾਂ ਨੇ ਇਸ ਫਿਲਮ ਨੂੰ ਜਾਣੀ ਕਿ ਬਹੁਤ ਆਪਣੇ ਮਿਹਨਤ ਦੇ ਨਾਲ ਸਜਾਇਆ ਹੈ। ਜਾਣੀ ਕਿ ਸਾਡੇ ਅੱਜ ਦੇ ਸਟਾਰ ਗੈਸਟ ਰੋਸ਼ਨ ਪ੍ਰਿੰਸ ਜੀ। ਤੇ ਉਸ ਤੋਂ ਪਹਿਲਾਂ ਮਿੱਤਰੋ ਤੁਹਾਨੂੰ ਦੱਸ ਦਈਏ ਵੀ ਕਿੱਦਾਂ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ, ਜਾਂ ਜੇ ਤੁਸੀਂ ਸਾਡੇ ਤੱਕ ਕੋਈ ਸੁਨੇਹਾ ਮੈਸੇਜ ਪਜਾਣਾ ਚਾਹੁੰਦੇ ਆ ਜਾਂ ਕੋਈ ਗੱਲਬਾਤ ਪਜਾ ਸਕਦੇ ਹੋ ਰੋਸ਼ਨ ਪ੍ਰਿੰਸ ਜੀ ਤੱਕ, ਉਹ ਤੁਹਾਨੂੰ ਆਪਾਂ ਡਿਟੇਲ ਸੁਣੇ ਦੇ ਦਿੰਦੇ ਹਾਂ। ਹਰਮਨਜੋਤ ਸਿੱਧੂ ਜੀ ਦੱਸ ਦਿਓ ਫਿਰ ਕਿਹੜੇ ਰਸਤਿਆਂ ਨਾਲ ਪਹੁੰਚ ਸਕਦੇ ਸਨ ਦਰਸ਼ਕ। ਹਾਂਜੀ ਬਿਲਕੁਲ ਜੀ, ਤੇ ਆਪਣੇ ਨਾਲ ਰੋਸ਼ਨ ਪ੍ਰਿੰਸ ਜੀ ਬਿਲਕੁਲ ਜੁੜ ਚੁੱਕੇ ਨੇ ਲੈਣ ਦੇ ਉੱਤੇ, ਤੇ ਉਹਨਾਂ ਨੂੰ ਵੀ ਤੁਹਾਡੇ ਸਨਮੁਖ ਕਰਾਂਗੇ ਆਪਾਂ ਹੁਣ ਗੱਲਬਾਤ ਜਾਰੀ। ਤੇ ਤੁਸੀਂ ਵੀ ਉਹਨਾਂ ਨੂੰ ਮੈਸੇਜ ਆਪਣੇ ਭੇਜ ਸਕਦੇ ਹੋ ਜੀ, ਆਪਣੀ ਬੈਸਟ ਵਿਸ਼ਿਸ ਜਾਂ ਕੋਈ ਗੱਲਬਾਤ ਜਾਂ ਕੋਈ ਕੁਐਸਚਨ ਉਹਨਾਂ ਤੋਂ ਪੁੱਛਣਾ ਚਾਹੁੰਦੇ ਹੋ ਤਾਂ ਆਪਣੀ ਵੈਬਸਾਈਟ www.desiworldradio.com ਓਪਨ ਕਰਕੇ ਤੇ ਉਹਦੇ ਵਿੱਚ ਮੀਡੀਆ ਦੇ ਵਿੱਚ ਮੈਸੇਜ ਮੋਡ ਦੇ ਉੱਤੇ ਕਲਿੱਕ ਕਰਕੇ ਆਪਣਾ ਮੈਸੇਜ ਛੱਡ ਸਕਦੇ ਹੋ। ਸੋ ਤੁਹਾਡੇ ਜਿੰਨੇ ਮੈਸੇਜ ਪਹੁੰਚਣਗੇ ਸਭ ਔਨ ਏਅਰ ਰੀਡ ਕੀਤੇ ਜਾਣਗੇ ਰੋਸ਼ਨ ਪ੍ਰਿੰਸ ਜੀ ਲਈ। ਤੇ ਬਾਕੀ ਤੁਸੀਂ ਕੋਈ ਵੀ ਤੁਹਾਡੇ ਮਨ ਚ ਕੋਈ ਵੀ ਸਵਾਲ ਹੋਵੇ ਕਿਸੇ ਵੀ ਤਰ੍ਹਾਂ ਦਾ ਜ਼ਰੂਰ ਤੁਸੀਂ ਪੁੱਛ ਸਕਦੇ ਹੋ ਜੀ, ਤੇ ਮੋਸਟ ਵੈਲਕਮ ਹੈ ਤੁਹਾਡਾ ਸਾਰਿਆਂ ਦਾ। ਤੇ ਅਮਰੀਕ ਬਾਈ ਜੀ, ਲਓ ਹੁਣ ਆਪਾਂ ਬਾਲਾ ਇੰਤਜ਼ਾਰ ਹੋਰ ਨਹੀਂ ਕਰਾਉਂਦੇ ਤੇ ਹੁਣ ਆਪਾਂ ਆਪਣੇ ਜਿਹੜੇ ਗੈਸਟ ਨੇ ਜੀ ਅੱਜ ਦੇ ਇੰਟਰਵਿਊ ਜਿਹਨਾਂ ਨਾਲ ਕਰ ਰਹੇ ਹਾਂ, ਸੋ ਉਹਨਾਂ ਨੂੰ ਵੀ ਲਿਸਨਰ ਨਾਲ ਆਪਾਂ ਸਨਮੁਖ ਕਰਾ ਦਿੰਦੇ ਹਾਂ ਜੀ। ਬਿਲਕੁਲ ਜੀ, ਕਰਵਾ ਦਿੰਦੇ ਆਪਾਂ ਲਿਸਨਰ ਦੇ ਸਾਰਿਆਂ ਦੇ ਰੂਬਰੂ। ਤੇ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਭਾਜੀ ਨੇ ਟਾਈਮ ਕੱਢਿਆ ਸਾਡੇ ਲਈ ਸਪੈਸ਼ਲ ਸਾਡੇ ਦਰਸ਼ਕਾਂ ਦੇ ਨਾਲ ਗੱਲਬਾਤ ਕਰਨ ਲਈ। ਸਵਾਗਤ ਕਰਦੇ ਹਾਂ ਜੀ ਰੋਸ਼ਨ ਪ੍ਰਿੰਸ ਜੀ ਦੇਸੀ ਵਰਲਡ ਰੇਡੀਓ ਤੇ। ਥੈਂਕ ਯੂ ਸੋ ਮਚ ਜੀ, ਦੇਸੀ ਵਰਲਡ ਰੇਡੀਓ ਸੁਣ ਰਹੇ ਸਾਰੇ ਮੇਰੇ ਪਿਆਰੇ ਪਿਆਰੇ ਵੀਰ ਭੈਣਾਂ ਬੱਚੇ ਬਜ਼ੁਰਗ ਸਾਡੇ ਸਰੋਤੇ, ਉਹਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਥੈਂਕ ਯੂ ਸੋ ਮਚ ਹਰਮਨਜੋਤ ਸਿੱਧੂ ਸਾਹਿਬ ਔਰ ਅਮਰੀਕ ਗਿੱਲ ਜੀ, ਤੁਸੀਂ ਇੱਕ ਵਾਰ ਫੇਰ ਮੈਨੂੰ ਮੇਰੇ ਪਿਆਰੇ ਸਰੋਤਿਆਂ ਦੇ ਰੂਬਰੂ ਕੀਤਾ, ਥੈਂਕ ਯੂ ਸੋ ਮਚ। ਤੇ ਲੋ ਵੀ ਮਿੱਤਰੋ, ਹੁਣ ਆਪਾਂ ਭਾਜੀ ਨੇ ਆਪਣੀ ਗੱਲਬਾਤ ਤਾਂ ਦੱਸ ਦਿੱਤੀ ਹੈ ਤੁਹਾਨੂੰ, ਤੇ ਸਵਾਗਤ ਵੀ ਕਰ ਦਿੱਤਾ ਤੁਹਾਡੇ ਸਾਰਿਆਂ ਦਾ। ਤੇ ਆਪਾਂ ਹੁਣ ਅੱਗੇ ਸਵਾਲ ਦਾ ਸਿਲਸਿਲਾ ਜਾਣੀ ਕਿ ਸ਼ੁਰੂ ਕਰਦੇ ਹਾਂ, ਕਿਉਂਕਿ ਅੱਜ ਹੁਣ ਅਗਲੇ ਵੀਕ ਫਿਲਮ ਆ ਰਹੀ ਹੈ। ਤੇ ਭਾਜੀ ਤਾਂ ਪਹਿਲਾਂ ਰਿਲੀਜ਼ ਡੇਟ ਦੱਸ ਦਿਓ ਫਿਲਮ ਦੀ, ਸਭ ਤੋਂ ਪਹਿਲਾਂ ਜ਼ਰੂਰੀ ਕੰਮ। ਜਿਹੜਾ ਮੇਰਾ ਆਉਣ ਵਾਲਾ ਪ੍ਰੋਜੈਕਟ ਹੈ ਜਿਹੜਾ ਮੇਰੇ ਦਿਲ ਦੇ ਬਹੁਤ ਕਰੀਬ ਹੈ ਔਰ ਸਾਡੇ ਸਾਰਿਆਂ ਦੇ ਦਿਲ ਦੇ ਬਹੁਤ ਕਰੀਬ ਹੋਏਗਾ, ਉਹ ਹੈ ਕਿਰਪਾਨ ਸਵਰਡ ਆਫ ਆਨਰ, ਜਿਹੜਾ 7 ਫਰਵਰੀ 2014 ਨੂੰ ਵਰਲਡ ਵਾਈਡ ਰਿਲੀਜ਼ ਹੋਣਾ ਜੀ। ਤੇ 7 ਫਰਵਰੀ 2014 ਕਿਰਪਾਨ ਦਾ ਸਵਰਡ ਆਫ ਆਨਰ। ਤੇ ਲੋ ਫਿਰ ਮਿੱਤਰੋ, ਤੁਹਾਨੂੰ ਸਭ ਨੂੰ ਪਤਾ ਚੱਲ ਗਿਆ ਵੀ ਤੁਸੀਂ ਕਿਸ ਦਿਨ ਆਪਣਾ ਟਾਈਮ ਕੱਢ ਕੇ ਜਾਣੀ ਕਿ ਪੁੱਜਣਾ ਹੈਗਾ ਜਿੱਥੇ ਤੁਹਾਨੂੰ ਬੁਲਾਇਆ ਜਾਊਗਾ। ਬਿਲਕੁਲ ਜੀ, ਤੁਹਾਡੇ ਨੇੜੇ ਦੇ ਥੀਏਟਰ ਦੇ ਵਿੱਚ ਲੱਗ ਰਹੀ ਹੈ ਫਿਲਮ ਕਿਰਪਾਨ, ਤੇ ਆਪਾਂ ਫਿਲਮ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ ਤੇ ਹੋਰ ਵੀ ਤੁਹਾਡੇ ਨਾਲ ਸਾਰੀਆਂ ਗੱਲਾਂ ਸਾਂਝੀਆਂ ਕਰਾਂਗੇ। ਤੇ ਪਹਿਲਾਂ ਹਰਮਨਜੋਤ ਸਿੱਧੂ ਜੀ, ਥੋੜਾ ਜਿਹਾ ਤੁਹਾਡੇ ਨਾਲ ਇੱਕ ਸਵਾਲ ਜਵਾਬ ਦੀ ਸ਼ੁਰੂ ਕਰਨਾ ਚਾਹੁੰਦਾ। ਬਿਲਕੁਲ ਜੀ ਬਿਲਕੁਲ, ਤੇ ਆਪਾਂ ਜੀ ਜਿਵੇਂ ਕਿ ਪਤਾ ਹੀ ਹੈ ਜ਼ਿਆਦਾ ਆਪਾਂ ਗੱਲਬਾਤ ਕਰਨੀ ਆ ਜਿਹੜੀ ਨਵੀਂ ਆ ਰਹੀ ਮੂਵੀ ਕਿਰਪਾਨ ਬਾਰੇ। ਸੋ ਕੁਛ ਕੁ ਦਰਸ਼ਕ ਆਪਣੇ ਲਿਸਨਰ ਇਹੋ ਜਿਹੇ ਵੀ ਹੋਣਗੇ ਜਿਨ੍ਹਾਂ ਨੂੰ ਜੀ ਤੁਹਾਡਾ ਥੋੜਾ ਜਿਹਾ ਪਤਾ ਨਹੀਂ ਹੋਊਗਾ ਜੀ ਪਿੱਛੋਂ ਬੈਕਗਰਾਉਂਡ, ਸੋ ਥੋੜਾ ਜਿਹਾ ਜਲਦੀ ਜਲਦੀ ਆਪਾਂ ਕੁਇਕ ਕਹਿੰਦੇ ਹੁੰਦੇ ਵੀ ਆਪਣਾ ਬਚਪਨ ਜਾਂ ਆਪਣਾ ਜਨਮ ਜ਼ਰੂਰ ਇੱਕ ਵਾਰੀ ਦੱਸ ਦਿਓ ਜੀ, ਜਿਹੜੇ ਸਾਡੇ ਨਵੇਂ ਜੁੜੇ ਲਿਸਨਰ ਉਹਨਾਂ ਨੂੰ ਵੀ ਥੋੜਾ ਪਤਾ ਲੱਗਦਾ, ਫਿਰ ਆਪਾਂ ਅੱਗੇ ਦੀ ਗੱਲਬਾਤ ਕਿਰਪਾਨ ਮੂਵੀ ਦੇ ਥਰੂ ਜਿਹੜੀ ਹੋਊਗੀ ਕਰਾਂਗੇ ਜੀ। ਜੀ ਵੈਸੇ ਮੋਸਟਲੀ ਮੇਰੇ ਜਿਹੜੇ ਚਾਹੁਣ ਵਾਲੇ ਉਹਨਾਂ ਨੂੰ ਪਤਾ ਕਿ ਮੇਰਾ ਸ਼ਹਿਰ ਬੰਗਾ ਹੈ ਡਿਸਟ੍ਰਿਕਟ ਨਵਾਂ ਸ਼ਹਿਰ ਦੇ ਵਿੱਚ, ਪਰ ਸਾਡਾ ਜੱਦੀ ਪਿੰਡ ਜਿਹੜਾ ਉਹ ਹੈਗਾ ਭਹੀੜ ਮੰਡੀ ਅਹਿਮਦਗੜ੍ਹ ਦੇ ਕੋਲ, ਡਿਸਟ੍ਰਿਕਟ ਸੰਗਰੂਰ ਪੈਂਦਾ ਮੈਨੂੰ। ਤੇ ਅੱਜ ਕੱਲ ਦੁਆਬੇ ਦੇ ਵਿੱਚ ਰਹਿੰਦੇ ਹਾਂ ਜੀ, ਕਿਉਂਕਿ ਸਾਡਾ ਮੇਰੇ ਫਾਦਰ ਸਾਹਿਬ ਦੀ ਸਰਵਿਸ ਜਿਹੜੀ ਹੈ ਉਹ ਬੰਗੇ, ਉਹਨਾਂ ਨੇ 32 ਸਾਲ SN ਕਾਲਜ ਬੰਗਾ ਉੱਥੇ ਪੜ੍ਹਾਇਆ, ਤੇ ਅੱਜ ਕੱਲ ਬੰਗੇ ਰਹਿ ਰਹੇ ਹਾਂ ਜੀ। ਤੇ ਬਿਲਕੁਲ ਜੀ, ਆਪਾਂ ਹੁਣ ਇਹ ਜਿਹੜੀ ਗੱਲਬਾਤ ਹੈ ਮੇਨ ਇਹ ਤਾਂ ਚੱਲਦੀ ਰਹੂਗੀ ਤੇ ਫਿਲਮ ਦੀਆਂ ਗੱਲਾਂ ਬਾਤਾਂ ਵੀ ਚੱਲੂਗੀਆਂ। ਪਹਿਲਾਂ ਸਭ ਤੋਂ ਜਾਣੀ ਕਿ ਇਹ ਜਿਹੜੀ ਭਾਜੀ ਇਸ਼ੂ ਬੇਸਡ ਫਿਲਮ ਆ, ਜਿੱਥੋਂ ਤੱਕ ਮੈਂ ਦੇਖਿਆ ਕਿ ਜਦੋਂ ਪ੍ਰੋਮੋਸ ਦੇਖਦੇ ਆ ਜਾਂ ਆਪਾਂ ਦੇਖਦੇ ਆ, ਇੱਕ ਨਵੇਂ ਅਲੱਗ ਤਰ੍ਹਾਂ ਦੇ ਵਿਸ਼ੇ ਨੂੰ ਤੁਸੀਂ ਲੈ ਕੇ ਆ ਰਹੇ ਹੋ, ਮੈਨੂੰ ਲੱਗਦਾ ਵੀ ਉਹ ਜਿਹੜੀ ਐਂਟਰਟੇਨਮੈਂਟ ਫਲਿੱਕਰ ਜਾਂ ਮਸਾਲਾ ਫਿਲਮ ਟਾਈਪ ਨਹੀਂ ਹੈਗੀ ਹੈ। ਜੀ ਦੇਖੋ, ਜਿਵੇਂ ਹੁਣ ਨਾਮ ਤੋਂ ਆਪਾਂ ਜੱਜ ਕਰ ਸਕਦੇ ਹਾਂ, ਕਿਰਪਾਨ ਦਾ ਸਵਰਡ ਆਫ ਆਨਰ,
ਕਿਰਪਾਨ ਨੂੰ ਜੇ ਮੈਂ ਸਭ ਤੋਂ ਪਹਿਲਾਂ ਇਸ ਸ਼ਬਦ ਨੂੰ ਡਿਫਰੈਂਸ਼ੀਏਟ ਕਰਾਂ, ਸਾਡੇ ਗੁਰੂ ਸਾਹਿਬਾਨ ਦੀ ਦੇਣ ਜਿਹੜੀ ਕਿਰਪਾਨ, ਕਿਰਪਾਨ ਉਹ ਚੀਜ਼ ਹੈ ਕਿ ਜਿਵੇਂ ਤਲਵਾਰ ਹੈ, ਤਲਵਾਰ ਜਿਹੜੀ ਉਹ ਕਿਸੇ ਵੀ ਬੰਦੇ ਦੇ ਵਿੱਚ ਭਾਵੇਂ ਉਹ ਦੁਸ਼ਟ ਹੈ ਜਾਂ ਸਮਾਜ ਵਾਸਤੇ ਕੋਈ ਵੀ ਕਿਸੇ ਵੀ ਤਰੀਕੇ ਦਾ ਮਤਲਬ ਉਹਦੇ ਮਨ ਦੇ ਵਿੱਚ ਭਾਵਨਾ ਹੋਵੇ, ਉਹ ਤਲਵਾਰ ਉਹ ਫੜ ਸਕਦਾ। ਪਰ ਕਿਰਪਾਨ ਜਿਹੜੀ ਹੈ ਉਹ ਇੱਕ ਸੱਚੇ ਸੁੱਚੇ ਦੇ ਬੰਦੇ ਦੇ ਹੱਥ ਵਿੱਚ ਹੁੰਦੀ ਹੈ, ਜਿਹੜਾ ਕੌਮ ਵਾਸਤੇ ਲੜਦਾ, ਜਿਹੜੇ ਮਜ਼ਲੂਮਾਂ ਵਾਸਤੇ ਲੜਦਾ, ਦੱਬੇ ਕੁਚਲੇ ਲੋਕ ਉਹਨਾਂ ਦੀ ਰੱਖਿਆ ਵਾਸਤੇ ਜਿਹੜਾ ਲੜਦਾ, ਕਿਰਪਾਨ ਉਹਦੇ ਹੱਥ ਚ ਹੁੰਦੀ ਹੈ, ਜਿਹੜੀ ਗੁਰੂ ਸਾਹਿਬਾਨ ਦੀ ਦੇਣ ਸਾਨੂੰ ਮਿਲੀ ਹੈ। ਔਰ ਜੇ ਸਬਜੈਕਟ ਤੋਂ ਆਪਾਂ ਸਭ ਤੋਂ ਪਹਿਲਾਂ ਨਾਮ ਤੋਂ ਹੀ ਆਪਾਂ ਜੇ ਦੇਖੀਏ ਕਿਰਪਾਨ ਦ ਸਵਾਟ ਆਫ ਆਨਰ, ਇਹਦਾ ਸਿੱਧਾ ਔਰ ਸਿੱਧਾ ਰਾਬਤਾ ਜਿਹੜਾ ਆ ਸਾਡਾ, ਉਹ ਸਾਡੇ ਦੇਸ਼ ਨਾਲ, ਸਿੱਖੀਜ਼ਮ ਦੇ ਨਾਲ, ਸਾਡੀ ਕੌਮ ਦੇ ਨਾਲ, ਸਾਡੀਆਂ ਕਦਰਾਂ ਕੀਮਤਾਂ ਦੇ ਨਾਲ, ਸਾਡੇ ਸਮਾਜ ਦੇ ਨਾਲ, ਸਾਡੇ ਮਾਂ ਪਿਓ ਦੇ ਨਾਲ, ਉਹਦੇ ਨਾਲ ਮਿਲਦਾ। ਔਰ ਇਹ ਸਬਜੈਕਟ ਬੇਹੱਦ ਸੰਜੀਦਾ ਸਬਜੈਕਟ ਹੈ, ਸੰਵੇਦਨਸ਼ੀਲ ਸਬਜੈਕਟ ਹੈ, ਔਰ ਸਾਰਥਕ ਸਬਜੈਕਟ ਹੈ, ਵਧੀਆ ਸਬਜੈਕਟ ਹੈ ਜਿਹੜਾ ਹਰੇਕ ਪੰਜਾਬੀ ਨੂੰ ਦੇਖਣਾ। ਬਿਲਕੁਲ ਜੀ, ਤੇ ਆਪਾਂ ਵੀਰ ਜੀ ਗੱਲ ਕਰ ਰਹੇ ਸੀ ਪਹਿਲਾਂ ਕਿ ਫਿਲਮ ਦੇ ਬਾਰੇ, ਮੈਂ ਇਹ ਜਿੱਥੋਂ ਤੱਕ ਮੈਨੂੰ ਪਤਾ ਲੱਗਿਆ ਅਮਰੀਕ ਗਿੱਲ ਜੀ ਨੇ, ਜਿਹੜੇ ਡਾਇਰੈਕਟਰ ਬਹੁਤ ਮਸ਼ਹੂਰ ਰਾਈਟਰ ਨੇ, ਇਹ ਉਹਨਾਂ ਦੀ ਫਿਲਮ ਹੈ ਇਹ। ਤੇ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਜੀ, ਇਹ ਅਮਰੀਕ ਗਿੱਲ ਸਾਹਿਬ ਜਿਹੜੇ ਕਿ ਫਿਲਮ ਇੰਡਸਟਰੀ ਦੇ ਵਿੱਚ ਭਾਵੇਂ ਬਾਲੀਵੁੱਡ ਹੋਵੇ ਜਾਂ ਬਾਲੀਵੁੱਡ ਹੋਵੇ, ਆਪਣੇ ਨਾਮ ਆਪਣੇ ਆਪ ਦੇ ਵਿੱਚ ਇੱਕ ਇੰਸਟੀਟਿਊਸ਼ਨ ਦੀ, ਇੱਕ ਸੰਸਥਾ ਨੇ ਫਿਲਮਾਂ ਦੀ, ਔਰ ਉਹ ਐਸੇ ਰਾਈਟਰ ਨੇ ਜਿਨ੍ਹਾਂ ਨੇ ਹਿੰਦੀ ਔਰ ਪੰਜਾਬੀ ਦੀਆਂ ਵੱਡੀਆਂ ਵੱਡੀਆਂ ਫਿਲਮਾਂ ਜਿਹੜੀਆਂ ਨੇ ਉਹ ਦਰਸ਼ਕਾਂ ਦੇ ਸਪੋਰਟ ਕੀਤੀਆਂ ਨੇ, ਜਿਵੇਂ ਹਮ ਦਿਲ ਦੇ ਚੁੱਕੇ ਸਨਮ, ਯਾਦੇ, ਨਿਸ਼ਬਦ, ਤੇਰਾ ਮੇਰਾ ਕੀ ਰਿਸ਼ਤਾ, ਯਾਰਾਂ ਨਾਲ ਬਹਾਰਾਂ, ਹੋਰ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਸੁਪਰ ਹਿੱਟ ਫਿਲਮਾਂ ਉਹਨਾਂ ਦੇ ਰਚੇਤਾ। ਉਹਨਾਂ ਦਾ ਇੱਕ ਵਿਜ਼ਨ ਸੀ ਕਿ ਜਦੋਂ ਮੈਂ ਐਜ਼ ਡਾਇਰੈਕਟਰ ਇਸ ਇੰਡਸਟਰੀ ਦੇ ਵਿੱਚ ਪੈਰ ਕਰਾਂ ਤਾਂ ਕੋਈ ਐਸਾ ਸਬਜੈਕਟ ਕਰਾਂ ਜਿਹੜਾ ਆਪਣੇ ਕੌਮ ਦੇ ਨਾਲ ਰਿਲੇਟਡ ਹੋਵੇ ਤੇ ਜਿਹਨੂੰ ਕਰਕੇ ਮਨ ਨੂੰ ਇੱਕ ਸਕੂਨ ਮਿਲੇ। ਔਰ ਇਹ ਐਸਾ ਹੀ ਇੱਕ ਸਬਜੈਕਟ ਹੈ, ਕਿਰਪਾਨ ਦਾ ਸਵਾਟ ਆਫ ਆਨਰ ਇਹਨਾਂ ਨੇ ਚੁਣਿਆ, ਜਿਹੜਾ ਉਹਨਾਂ ਨੇ ਚੁਣਿਆ ਕਿ ਐਸ ਡਾਇਰੈਕਟਰ ਮੇਰੀ ਪਹਿਲੀ ਪਾਰੀ ਇਹਦੇ ਤੋਂ ਸ਼ੁਰੂ ਹੋਈ। ਤੇ ਬਿਲਕੁਲ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਇੱਕ ਇਹੋ ਜਿਹਾ ਸਬਜੈਕਟ ਹੈ, ਜਿੱਦਾਂ ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕਰ ਰਿਹਾ ਸੀ, ਤੁਸੀਂ ਇੰਡਸਟਰੀ ਚ ਹੁਣ ਮਤਲਬ ਆਪਣੇ ਆਪ ਨੂੰ ਕੁਛ ਹੱਦ ਤੱਕ ਸਿੰਗਿੰਗ ਇੰਡਸਟਰੀ ਦਾ ਤੁਸੀਂ ਆਫਕੋਰਸ ਐਸਟੈਬਲਿਸ਼ਡ ਸੀਗੇ, ਤੇ ਹੁਣ ਤੁਸੀਂ ਆਪਣੇ ਐਕਟਿੰਗ ਕਰੀਅਰ ਨੂੰ ਕਿਸ ਸਟੇਜ ਤੇ ਮੰਨਦੇ ਹੋ ਕਿ ਤੁਸੀਂ ਮਤਲਬ ਹੁਣ ਤੁਸੀਂ ਆਪਣੇ ਆਪ ਨੂੰ ਸਮਝਦੇ ਹੋ ਕਿ ਮੇਰੇ ਪੈਰ ਲੱਗ ਚੁੱਕਿਆ ਇਸ ਇੰਡਸਟਰੀ ਚ, ਮੈਂ ਆਪਣਾ ਮਹਿਸੂਸ ਕਰਦਾ ਇੱਥੇ? ਦੇਖੋ, ਪੰਜਾਬੀਆਂ ਨੇ ਆਲਵੇਜ਼ ਮੈਨੂੰ ਸਪੋਰਟ ਕੀਤਾ, ਭਾਵੇਂ ਉਹ ਆਵਾਜ਼ ਪੰਜਾਬ ਦੀ ਸੀ, ਜਦੋਂ ਇੱਕ ਇੱਕ ਵੋਟ ਇੱਕ ਇੱਕ SMS ਦੇ ਨਾਲ ਮੈਨੂੰ ਜਿਤਾਇਆ ਗਿਆ, ਉਸ ਤੋਂ ਬਾਅਦ ਮੈਂ ਆਵਾਜ਼ ਪੰਜਾਬ ਦੀ ਬਣਿਆ, ਫਿਰ ਗਾਇਕੀ ਦਾ ਸਫ਼ਰ ਮੇਰਾ ਜਿਹੜਾ ਪਿਛਲੇ 7 ਸਾਲ ਤੋਂ ਲਗਾਤਾਰ ਚੱਲ ਗਿਆ, ਉਹਨੂੰ ਸਪੋਰਟ ਮਿਲਿਆ। ਪਿਛਲੇ 4 ਸਾਲਾਂ ਤੋਂ ਮੈਂ ਫਿਲਮ ਇੰਡਸਟਰੀ ਦੇ ਵਿੱਚ ਹੈਗਾ, ਪਿਛਲੀਆਂ 2 ਫਿਲਮਾਂ ਨੂੰ ਬਹੁਤ ਅੱਛਾ ਰਿਸਪਾਂਸ ਮਿਲਿਆ, ਜਿਹਨਾਂ ਚ ਨੋਟੀ ਜੱਟਸ ਔਰ ਫਿਰ ਮਾਮਲਾ ਗੜਬੜ ਗੜਬੜ ਚ। ਮੇਰਾ ਫਰਜ਼ ਇਹ ਬਣਦਾ ਆਪਣੇ ਪਿਆਰੇ ਸਰੋਤਿਆਂ ਵਾਸਤੇ ਕਿ ਸਿਰਫ ਔਰ ਸਿਰਫ ਕਮਰਸ਼ੀਅਲ ਕੰਮ ਹੀ ਨਾ ਕਰਾਂ, ਮੈਂ ਕੁਛ ਉਹ ਵੀ ਕਰਾਂ ਜਿਹਦੇ ਨਾਲ ਕੱਲ ਨੂੰ ਜਦੋਂ ਕੋਈ ਬੰਦਾ ਇਹ ਕਹੇ ਕਿ ਇਹ ਆਵਾਜ਼ ਪੰਜਾਬ ਦੀ ਹੈ, ਇਹਨੂੰ ਅਸੀਂ ਬਣਾਇਆ ਸੀ, ਅਸੀਂ ਇਹਨੂੰ ਪ੍ਰੋਫੈਸ਼ਨਲ ਆਰਟਿਸਟ ਬਣਾਇਆ, ਅਸੀਂ ਇਹਨੂੰ ਪਿਆਰ ਦਿੱਤਾ, ਅਸੀਂ ਸਤਿਕਾਰ ਦਿੱਤਾ, ਮੇਰਾ ਵੀ ਉੱਥੇ ਇਹ ਫਰਜ਼ ਬਣ ਗਿਆ ਕਿ ਮੈਂ ਸਿਰਫ ਔਰ ਸਿਰਫ ਉਸ ਚੱਕਰ ਨੂੰ ਹਟ ਕੇ ਕਿ ਮੈਂ ਪੈਸੇ ਕਮਾਉਣੇ, ਕੋਈ ਫਿਲਮ ਮਿਲੇ ਮੈਂ ਕਮਾਂ, ਤਾਂ ਮੇਰਾ ਇਹ ਫਰਜ਼ ਬਣਦਾ ਕਿ ਮੈਂ ਕੋਈ ਐਸੀ ਚੀਜ਼ ਕਰਾਂ ਜਿਹਦੇ ਨਾਲ ਹਰ ਬੰਦਾ ਇਹ ਸੋਚੇ ਕਿ ਹਾਂ ਰੋਸ਼ਨ ਸਿੰਘ ਜੀ ਕੁਛ ਆਪਣੀ ਲਾਈਫ ਵਿੱਚ ਚੰਗਾ ਵੀ ਕੀਤਾ। ਬਿਲਕੁਲ ਜੀ, ਤੇ ਹੁਣ ਜਦੋਂ ਆਪਾਂ ਇਸ ਡਾਇਰੈਕਸ਼ਨ ਚ ਗੱਲ ਕਰ ਰਹੇ ਹਾਂ ਕਿ ਤੁਸੀਂ ਕਿਹਾ ਇੱਕ ਅਲੱਗ ਪਲੋਟ ਹੈ, ਤੇ ਤੁਹਾਨੂੰ ਇੰਸਪਾਇਰ ਕਿਦਾਂ ਕੀਤਾ, ਜਦੋਂ ਕਿ ਜਦੋਂ ਕਿਸੇ ਵੀ ਐਕਟਰ ਨੂੰ ਕੋਈ ਸਕ੍ਰਿਪਟ ਰਾਈਟਰ ਜਾਂ ਕੋਈ ਵੀ ਰਾਈਟਰ ਡਾਇਰੈਕਟਰ ਫਿਲਮ ਆਫਰ ਕਰਦਾ ਤਾਂ ਉਹ ਬਹੁਤ ਚੀਜ਼ਾਂ ਦੇਖਦੇ ਆ ਵੀ ਮੇਰੀ ਸਕਸੈਸ ਹੋਊਗੀ ਜਾਂ ਤੁਸੀਂ ਜਿੱਦਾਂ ਕਿ ਇੱਕ ਮੀਲ ਪੱਥਰ ਸਾਬਤ ਹੋ ਸਕਦੀ ਹੈ ਫਿਲਮ, ਤੁਹਾਨੂੰ ਸਭ ਤੋਂ ਜ਼ਿਆਦਾ ਇਸ ਫਿਲਮ ਬਾਰੇ ਕਿਸ ਚੀਜ਼ ਨੇ ਜਾਣੀ ਕਿ ਪ੍ਰਭਾਵਿਤ ਕੀਤਾ? ਇਸ ਫਿਲਮ ਦੀ ਜਦੋਂ ਮੈਨੂੰ ਕਾਲ ਆਈ ਸੀਗੀ ਪਹਿਲੀ ਵਾਰੀ ਕਿ ਡਾਇਰੈਕਟਰ ਅਮਰੀਕ ਗਿੱਲ ਉਹਨਾਂ ਨੇ ਮੈਨੂੰ ਕਾਲ ਕੀਤਾ ਸੀਗਾ ਕਿ ਮੈਂ ਫਿਲਮ ਬਣਾਉਣੀ ਹੈ, ਮੈਂ ਉਹਨਾਂ ਨੂੰ ਮਿਲਿਆ, ਜਦੋਂ ਪਹਿਲੀ ਵਾਰੀ ਮਿਲਿਆ ਮੈਨੂੰ ਕਹਿੰਦੇ ਮੈਨੂੰ 2-2.5 ਘੰਟੇ ਤੇਰੇ ਚਾਹੀਦੇ ਆ, ਤੇ ਤੂੰ ਕਾਹਲੀ ਨਾ ਕਰੀ, ਆਪਣਾ ਫੋਨ ਬੰਦ ਰੱਖੀ, ਸਾਰਾ ਕੁਛ ਮੈਂ ਸਿਰਫ ਔਰ ਤੂੰ ਅਸੀਂ ਦੋਨੇ ਜਾਣੇ ਬੈਠਾਂਗੇ, ਮੈਂ ਤੈਨੂੰ ਪੂਰੀ ਸਟੋਰੀ ਇੱਕ ਨਰੇਟ ਕਰਨੀ ਆ, ਉਸ ਤੋਂ ਬਾਅਦ ਤੂੰ ਡਿਸਾਈਡ ਕਰੀ ਕਿ ਤੂੰ ਫਿਲਮ ਕਰਨੀ ਕਿ ਨਹੀਂ ਕਰਨੀ। ਜਦੋਂ ਮੈਨੂੰ ਉਹਨਾਂ ਨੇ ਸਟੋਰੀ ਸੁਣਾਈ, ਮੈਂ 2-3 ਘੰਟੇ ਦੀ ਨਰੇਸ਼ਨ ਲਈ ਇਸ ਫਿਲਮ ਦੀ, ਤਾਂ ਮਤਲਬ ਜਿੱਦਾਂ ਜਿੱਦਾਂ ਉਹ ਸੀਨ ਅੱਗੇ ਸੁਣਾ ਰਹੇ ਸੀ ਮੇਰੇ ਰੌਂਗਟੇ ਖੜੇ ਹੁੰਦੇ ਗਏ, ਮੈਂ ਡਰਦਾ ਵੀ ਗਿਆ, ਇਸ ਵਿੱਚ ਕਈ ਸੀਨ ਐਸੇ ਇਮੋਸ਼ਨਲ ਸੀ, ਮੈਂ ਰੋਇਆ ਵੀ। ਮੈਨੂੰ ਉਹਨਾਂ ਨੇ ਕਿਹਾ ਕਿ ਤੂੰ ਇਹ ਫਿਲਮ ਕਰਨੀ ਹੈ, ਮੈਂ ਕਿਹਾ ਭਾਜੀ ਮੈਨੂੰ ਟਾਈਮ ਦਿਓ ਪਹਿਲਾਂ
ਕਿ ਐਡਾ ਵੱਡਾ ਸਬਜੈਕਟ ਮੈਂ ਕੱਲਾ, ਤੁਸੀਂ ਮੇਰੇ ਤੇ ਇੰਨਾ ਵਿਸ਼ਵਾਸ ਕੀਤਾ, ਥੈਂਕ ਯੂ ਸੋ ਮਚ, ਪਰ ਮੈਂ ਐਡਾ ਵੱਡਾ ਕੱਲਾ ਹੈਂਡਲ ਕਰ ਲੂੰਗਾ ਕਿ ਨਹੀਂ, ਕੀ ਮੈਨੂੰ ਮੇਰੇ ਚਾਹੁਣ ਵਾਲੇ ਜਿਸ ਮੈਨੂੰ ਆਲਵੇਸ ਦੇਖਦੇ ਨੇ ਕਾਮੇਡੀ ਕਰਦੇ ਹੋਏ, ਰੋਮਾਂਟਿਕ ਸੌਂਗਸ ਗਾਉਂਦੇ ਹੋਏ ਜਾਂ ਗੀਤ ਗਾਉਂਦੇ ਹੋਏ ਨੱਚਦੇ ਟੱਪਦੇ ਹੋਏ, ਕੀ ਮੈਨੂੰ ਇਸ ਤਰ੍ਹਾਂ ਦੇ ਸਬਜੈਕਟ ਐਕਸੈਪਟ ਕਰਨਗੇ ਕਿ ਨਹੀਂ ਕਰਨਗੇ? ਤੇ ਮੈਂ ਲਗਭਗ ਇੱਕ ਡੇਢ ਹਫਤਾ ਮੈਨੂੰ ਇਹ ਵਿਚਾਰਾਂ ਨੂੰ ਲੱਗਿਆ ਕਿ ਮੈਂ, ਫਿਰ ਮੈਂ ਅੰਦਰੋਂ ਇੱਕ ਜ਼ਮੀਰ ਦੀ ਆਵਾਜ਼ ਹੁੰਦੀ ਹੈ ਨਾ ਕਿ ਨਹੀਂ ਕੋਈ ਗੱਲ ਨਹੀਂ, ਮੈਨੂੰ ਇਹ ਕਰਨਾ ਚਾਹੀਦਾ, ਜੇ ਡਾਇਰੈਕਟਰ ਨੂੰ ਤੇਰੇ ਉੱਤੇ ਫੇਥ ਹੈ ਤਾਂ ਮੈਂ ਆਪਣਾ ਕੋਨਫੀਡੈਂਸ ਕਿਉਂ ਲੂਜ਼ ਕਰਾਂ? ਮੈਨੂੰ ਇੱਕ ਅਪਰਚੁਨਿਟੀ ਮਿਲੀ ਹੈ ਆਪਣੀ ਕੌਮ ਲਈ ਕੁਛ ਕਰਨ ਦੀ, ਮੈਨੂੰ ਇੱਕ ਅਪਰਚੁਨਿਟੀ ਮਿਲੀ ਹੈ ਆਪਣੇ ਸਮਾਜ ਲਈ ਕੁਛ ਕਰਨ ਦੀ, ਇੱਕ ਵਧੀਆ ਫਿਲਮ ਕਰਨ ਦੀ, ਮੈਂ ਇਹ ਨਹੀਂ ਸੋਚਿਆ ਕਿ ਮੈਨੂੰ ਪੈਸੇ ਮਿਲ ਰਹੇ ਨਹੀਂ ਮਿਲ ਰਹੇ, ਮੈਂ ਬਹੁਤ ਨੋਮੀਨਲ ਜਿਹੇ ਪੈਸੇ ਜਿਨ੍ਹਾਂ ਦੇ ਵਿੱਚ ਸਿਰਫ ਬੰਦਾ ਜਿੰਨੀ ਦੇਰ ਸ਼ੂਟਿੰਗ ਆਇਆ ਉਹਦਾ ਖਰਚਾ ਚੱਲਦਾ ਰਹੇ, ਓਨੇ ਕੁ ਪੈਸਿਆਂ ਦੇ ਵਿੱਚ ਮੈਂ ਫਿਲਮ ਕੀਤੀ ਹੈ, ਸਿਰਫ ਇਹ ਸੋਚ ਕੇ ਕਿ ਜਦੋਂ ਵੀ ਜ਼ਿੰਦਗੀ ਦੇ ਵਿੱਚ ਕਿਰਪਾਨ ਦਾ ਨਾਮ ਆਏਗਾ, ਜਦੋਂ ਵੀ ਕਿਰਪਾਨ ਦਾ ਸਵਾਰਡ ਆਫ ਆਨਰ ਜਾਂ ਚੰਗੀਆਂ ਫਿਲਮਾਂ ਬਣੀਆਂ ਉਹਨਾਂ ਦੀ ਗੱਲ ਆਏਗੀ ਤਾਂ ਮੇਰਾ ਨਾਮ ਨਾਲ ਜ਼ਰੂਰ ਜੁੜੇਗਾ, ਇਹੀ ਸੋਚ ਕੇ ਮੈਂ ਫਿਲਮ ਕੀਤੀ। ਮੈਨੂੰ ਦਿਲੋਂ ਤਸੱਲੀ ਹੈ ਕਿ ਮੈਂ ਉਸ ਕਰੈਕਟਰ ਨਿਭਾ ਪਾਇਆ, ਬਾਕੀ ਆਡੀਅੰਸ ਦੱਸੇਗੀ ਸਭ ਫਰਵਰੀ ਨੂੰ। ਬਿਲਕੁਲ ਜੀ, ਆਡੀਅੰਸ ਤਾਂ ਸਾਡੇ ਤੁਹਾਡੇ ਬਾਰੇ ਪਹਿਲੇ ਹੀ ਦੱਸ ਚੁੱਕੇ ਆ ਕਿ ਉਹ ਕੀ ਸੋਚਦੇ ਆ, ਜਿੱਦਾਂ ਉਹਨਾਂ ਨੇ ਤੁਹਾਡੀਆਂ ਪੁਰਾਣੀਆਂ ਫਿਲਮਾਂ ਨੂੰ ਪਿਆਰ ਦਿੱਤਾ। ਤੇ ਜੇ ਆਪਾਂ ਇਸ ਫਿਲਮ ਦੇ, ਜਿੱਦਾਂ ਕਿ ਤੁਸੀਂ ਮਿਊਜ਼ਿਕ ਇੰਡਸਟਰੀ ਤੋਂ ਜੁੜੇ ਹੋ, ਮੈਂ ਬਹੁਤ ਘੱਟ ਪੰਜਾਬੀ ਫਿਲਮਾਂ ਦੇਖੀਆਂ ਜਿਹਦੇ ਚ ਜਾਣੀ ਕਿ ਇੱਕ ਮਿਕਸ ਜੇ ਤਰ੍ਹਾਂ ਦੇ ਹਰ ਤਰ੍ਹਾਂ ਦੇ ਸਿੰਗਰ ਲਏ ਆ ਅਲੱਗ, ਨਹੀਂ ਤਾਂ ਪੰਜਾਬੀ ਫਿਲਮਾਂ ਚ ਟ੍ਰੈਂਡ ਆ ਕਿ ਜਿਹੜਾ ਸਟਾਰ ਕਲਾਕਾਰ ਹੈ ਉਹੀ ਸਾਰੇ ਗਾਣੇ ਗਾਊਗਾ, ਤੇ ਉਹ ਸਾਰਾ ਇਹ ਫਿਲਮ ਚ ਤੁਸੀਂ ਬਿਲਕੁਲ ਨਵੀਂ ਤਰ੍ਹਾਂ ਕੀਤਾ ਕਿ ਇਦੂ ਸ਼ਰੀਫ ਜੀ ਦੇ ਵੀ ਮੇਰੇ ਹਿਸਾਬ ਨਾਲ ਕੀਤੇ ਗਾਣੇ, ਮੀਕਾ ਸਿੰਘ ਨੇ ਵੀ ਕੀਤਾ, ਤੇ ਇਹਦੇ ਬਾਰੇ ਕੁਛ ਦੱਸੋ ਮਿਊਜ਼ਿਕ ਬਾਰੇ ਸਾਨੂੰ ਫਿਲਮ ਦੇ। ਫਿਲਮ ਦਾ ਮਿਊਜ਼ਿਕ ਗੁਰਮੀਤ ਸਿੰਘ ਹੋਰਾਂ ਨੇ ਤਿਆਰ ਕੀਤਾ ਜੀ। ਗੁਰਮੀਤ ਸਿੰਘ ਹੋਰੀ ਖੁਦ ਮੈਂ ਉਹਨਾਂ ਦਾ ਬਹੁਤ ਸ਼ੁਕਰ ਗੁਜ਼ਾਰ ਹਾਂ ਕਿ ਜਿਹੋ ਜਿਹਾ ਫਿਲਮ ਦੀਆਂ ਸਿਚੁਏਸ਼ਨ ਸੀ ਉਸ ਹਿਸਾਬ ਨਾਲ ਉਹਦੀਆਂ ਕੰਪੋਜੀਸ਼ਨ ਕੀਤੀਆਂ ਗਈਆਂ ਨੇ, ਔਰ ਜਿਹੋ ਜਿਹੀ ਸਿਚੁਏਸ਼ਨ ਸੀ ਉਸ ਹਿਸਾਬ ਨਾਲ ਇੰਸਟਰੂਮੈਂਟਸ ਯੂਜ਼ ਕੀਤੇ ਗਏ। ਇੱਥੇ ਕੋਈ ਵੀ ਕਾਹਲੀ ਵਾਲਾ ਕੰਮ ਨਹੀਂ ਹੋਇਆ, ਇਸ ਫਿਲਮ ਨੂੰ ਪੂਰਾ ਬਣਾਉਣ ਦੇ ਵਿੱਚ ਪੂਰਾ ਇੱਕ ਸਾਲ ਲੱਗਿਆ ਵਿਦ ਮਿਊਜ਼ਿਕ ਸ਼ੂਟਿੰਗ, ਕਿਉਂਕਿ ਇੱਥੇ ਵੀ ਸ਼ੂਟ ਹੋਈ ਹੈ, ਪੰਜਾਬ ਦੇ ਪਿੰਡਾਂ ਦੇ ਵਿੱਚ ਸ਼ੂਟ ਹੋਈ ਹੈ, ਦੈਨ ਉਸ ਤੋਂ ਬਾਅਦ ਲੰਡਨ ਚ ਸ਼ੂਟ ਹੋਈ ਹੈ ਫਿਲਮ, ਔਰ ਮਿਊਜ਼ਿਕ ਦੇ ਪੱਖੋਂ ਇਹ ਬਹੁਤ ਰਿਚ ਫਿਲਮ ਹੈਗੀ ਹੈ। ਭਾਈ ਬਲਵੀਰ ਸਿੰਘ ਜੀ ਜਿਹੜੇ ਸ਼੍ਰੋਮਣੀ ਰਾਗੀ ਨੇ ਦਰਬਾਰ ਸਾਹਿਬ ਤੋਂ, ਉਹਨਾਂ ਤੋਂ ਇੱਕ ਬਹੁਤ ਜ਼ਬਰਦਸਤ ਜਿਹੜਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਇੱਕ ਸ਼ਬਦ ਉਹ ਗਵਾਇਆ ਗਿਆ ਜਿਹੜਾ ਕਲਾਈਮੈਕਸ ਦੇ ਉੱਤੇ ਚੱਲਦਾ। ਦੈਨ ਤੁਹਾਡੀ ਇਦੂ ਸ਼ਰੀਫ ਜੀ, ਨਿੱਕਾ ਭਾਜੀ, ਸਲੀਮ ਜੀ, ਸੁਨਿਧੀ ਚੌਹਾਨ, ਇਹਨਾਂ ਸਾਰਿਆਂ ਦੇ ਗਾਣੇ ਨੇ, ਮੈਂ ਵੀ ਦੋ ਤਿੰਨ ਗਾਣੇ ਗਾਏ ਆ, ਔਰ ਬੜਾ ਕਮਾਲ ਦਾ ਮਿਊਜ਼ਿਕ ਹੈ ਔਰ ਸਾਰਥਕ ਮਿਊਜ਼ਿਕ ਹੈ। ਇੱਕ ਇੱਕ ਬੋਲ ਦੇ ਵਿੱਚ ਸਾਡੇ ਪੰਜਾਬ ਦੀ ਖੁਸ਼ਬੂ ਹੈ, ਇੱਕ ਇੱਕ ਬੋਲ ਦੇ ਵਿੱਚ ਸਾਡੀ ਕੌਮ ਦੀ ਗੱਲ। ਤੇ ਜਦੋਂ ਆਪਾਂ ਮਿਊਜ਼ਿਕ ਦੀ ਗੱਲ ਚੱਲਦੀ ਹੈ, ਤੇ ਜੇ ਮੈਂ ਇੱਕ ਮਤਲਬ ਟਰੈਕ ਫਿਲਮ ਚੋਂ ਲੈ ਕੇ ਚੱਲਾਂ ਕਿ ਚਲੋ ਤੁਸੀਂ ਆਪਣੇ ਗਾਣੇ ਹਰੇਕ ਨੂੰ ਪਿਆਰੇ ਹੁੰਦੇ ਆ ਜਦੋਂ ਆਪਣਾ ਸਿੰਗਰ ਗਾਉਂਦਾ, ਤੇ ਜੇ ਆਪਾਂ ਫਿਲਮ ਚੋਂ ਇੱਕ ਗਾਣਾ ਲੈਣਾ ਹੋਵੇ ਜਿਹੜਾ ਤੁਸੀਂ ਮੈਨੂੰ ਕਹਿਣਾ ਚਾਹੋ ਕਿ ਹਾਂ ਵੀ ਇਹ ਗਾਣਾ ਮੇਰਾ ਫੇਵਰਟ ਆ ਜਾਂ ਮੈਨੂੰ ਇਹ ਗਾਣਾ ਦਿਲ ਦੇ ਨੇੜੇ ਲੱਗਦਾ ਫਿਲਮ ਚ? ਤੁਸੀਂ ਸਹੀ ਕਹਿ ਰਹੇ ਹੋ, ਸਾਰੇ ਟਰੈਕ ਹੀ ਪਸੰਦ ਹੁੰਦੇ ਨੇ ਆਰਟਿਸਟ ਨੂੰ। ਇਹਦੇ ਵਿੱਚ ਇੱਕ ਗਾਣਾ ਹੈ, ਲੰਡਨ ਸ਼ੂਟ ਕੀਤਾ ਸੀਗਾ, ਉਹ ਗੀਤ ਰਿਸ਼ਤਿਆਂ ਦੀ ਗੱਲ ਹੈ ਉਸ ਗੀਤ ਦੇ ਵਿੱਚ, ਕਿ ਮਾਂ ਪਿਓ ਦਾ ਰਿਸ਼ਤਾ, ਪਤੀ ਪਤਨੀ ਦਾ ਰਿਸ਼ਤਾ, ਭੈਣ ਭਰਾ ਦਾ ਰਿਸ਼ਤਾ, ਪਿਓ ਧੀ ਦਾ ਰਿਸ਼ਤਾ, ਕਾਫੀ ਸਾਰੇ ਰਿਸ਼ਤੇ ਸਾਡੇ ਸਮਾਜ ਦੇ ਵਿੱਚ ਜਿਹੜੇ ਹੈਗੇ ਨੇ, ਇਹ ਹਰ ਰਿਸ਼ਤੇ ਦੇ ਵਿੱਚ ਇੱਕ ਚੀਜ਼ ਜੁੜੀ ਹੁੰਦੀ ਹੈ, ਉਹ ਹੈ ਅਹਿਸਾਸ। ਵੀ ਸਾਰੀਆਂ ਗੱਲਾਂ ਭੁੱਲ ਜਾਓ, ਸਿਰਫ ਜੇ ਇੱਕ ਅਹਿਸਾਸ ਹੈ ਤਾਂ ਉਹ ਜਿਹੜਾ ਰਿਸ਼ਤਾ ਉਹ ਟਿਕਿਆ ਹੋਇਆ। ਬਾਈ ਅਮਰਦੀਪ ਗਿੱਲ ਹੋਰਾਂ ਨੇ ਗਾਣਾ ਬੜਾ ਖੂਬਸੂਰਤ ਲਿਖਿਆ, ਮੈਂ ਤੁਹਾਡੀਆਂ ਦੋ ਲਾਈਨਾਂ ਤੁਹਾਡੀ ਨਜ਼ਰ ਕਰਨਾ ਉਸ ਗਾਣੇ ਦੀ। ਕੁਝ ਰਿਸ਼ਤੇ ਰੂਹਾਂ ਦੇ, ਕੁਝ ਰਿਸ਼ਤੇ ਜਿਸਮਾਂ ਦੇ, ਕੁਝ ਤਿੱਖੜ ਦੁਪਹਿਰਾਂ ਦੇ, ਕੁਝ ਚੰਨ ਦੀਆਂ ਰਿਸ਼ਮਾਂ ਦੇ, ਜਾਂ ਖਲਾਂ ਦੇ ਪਰੀਆਂ ਨਾਲ ਹੁੰਦੇ ਪਿਆਸ ਦਾ ਰਿਸ਼ਤਾ, ਇੰਜ ਤੇਰਾ ਮੇਰਾ ਮੇਰਾ ਤੇਰਾ, ਅਹਿਸਾਸ ਦਾ ਰਿਸ਼ਤਾ, ਇੰਜ ਤੇਰਾ ਮੇਰਾ ਮੇਰਾ ਤੇਰਾ, ਅਹਿਸਾਸ ਦਾ ਰਿਸ਼ਤਾ, ਅਹਿਸਾਸ ਦਾ ਰਿਸ਼ਤਾ। ਇਹ ਗਾਣਾ ਮੈਨੂੰ ਬਹੁਤ ਪਸੰਦ ਹੈ ਇਸ ਫਿਲਮ ਦੇ ਵਿੱਚੋਂ।
ਬਿਲਕੁਲ ਜੀ, ਤਾਂ ਹੀ ਨੀ ਕਹਿੰਦੇ ਵੀ ਰੋਸ਼ਨ ਪ੍ਰਿੰਸ ਦੀ ਆਵਾਜ਼ ਕਹਿੰਦੇ ਜਦੋਂ ਕਿਸੇ ਰੋਮਾਂਟਿਕ ਸੁਰ ਨੂੰ ਛੂ ਜਾਂਦੀ ਹੈ ਤਾਂ ਦਿਲ ਨੂੰ ਛੂ ਜਾਂਦੀ ਹੈ, ਤੇ ਮੈਨੂੰ ਵੀ ਬਹੁਤ ਪਸੰਦ ਹੈ ਗਾਣਾ ਤੇ ਆਪਾਂ ਦਰਸ਼ਕਾਂ ਨੂੰ ਵੀ ਸਾਡੇ ਨੂੰ ਬਹੁਤ ਪਸੰਦ ਹੈ ਤੇ ਉਹਨਾਂ ਦੇ ਰੂਬਰੂ ਇੱਕ ਇਹ ਗਾਣਾ ਕਰਕੇ ਆਉਂਦੇ ਹਾਂ ਤੇ ਆਪਾਂ ਮਿਲਦੇ ਹਾਂ ਦੋਸਤੋ ਇਸ ਸੌਂਗ ਤੋਂ ਬਾਅਦ। ਰੋਸ਼ਨ ਪ੍ਰਿੰਸ ਜੀ ਸਾਡੇ ਨਾਲ ਬਿਲਕੁਲ ਜੁੜੇ ਨੇ ਤੇ ਹਰਮਨਜੋਤ ਸਿੱਧੂ ਜੀ ਵੀ ਆ ਰਹੇ ਨੇ ਤੁਹਾਡੇ ਸਾਰਿਆਂ ਦੇ ਮੈਸੇਜ ਲੈ ਕੇ। ਕੁਝ ਚੰਨ ਦੀ ਅਰਸ਼ਮਾਂ ਦੇ ਜਿਉਂ ਫਲਾਂ ਦੇ ਰਾਈਆਂ ਵਿੱਚ ਹੁੰਦੇ ਪਿਆਸ ਦਾ ਰਿਸ਼ਤਾ, ਜਿਉਂ ਫਲਾਂ ਦੇ ਰਾਈਆਂ ਵਿੱਚ ਹੁੰਦੇ ਪਿਆਸ ਦਾ ਰਿਸ਼ਤਾ, ਇੰਜ ਤੇਰਾ ਮੇਰਾ ਮੇਰਾ ਤੇਰਾ ਅਹਿਸਾਸ ਦਾ ਰਿਸ਼ਤਾ, ਇੰਜ ਤੇਰਾ ਮੇਰਾ ਮੇਰਾ ਤੇਰਾ ਤੇ ਰੋਸ਼ਨ ਪ੍ਰਿੰਸ ਦੀ ਸੁਰੀਲੀ ਤੇ ਬਈ ਬਹੁਤ ਪਿਆਰੀ ਆਵਾਜ਼ ਦੇ ਵਿੱਚ ਸੁਣਿਆ ਤੁਸੀਂ ਗਾਣਾ। ਤੇ ਹੁਣ ਦੋਸਤ ਸਾਡੇ ਵਿੱਚ ਤੁਹਾਡੇ ਜਿੱਦਾਂ ਕਿ ਲਗਾਤਾਰ ਮੈਸੇਜ ਤਾਂ ਆ ਰਹੇ ਆ ਤੇ ਹਰਮਨਜੋਤ ਸਿੱਧੂ ਜੀ ਸਾਡੇ ਲਈ ਸੁਨੇਹੇ ਲੈ ਕੇ ਹਾਜ਼ਰ ਨੇ ਤੇ ਰੋਸ਼ਨ ਪ੍ਰਿੰਸ ਜੀ ਨਾਲ ਬਾਰ ਰਾਬਤਾ ਕਰਵਾਉਂਦੇ ਆ ਤੁਹਾਨੂੰ। ਤੇ ਹਰਮਨਜੋਤ ਸਿੱਧੂ ਜੀ ਦੱਸੋ ਫਿਰ। ਤੇ ਬਿਲਕੁਲ ਜੀ, ਆਪਾਂ ਸੁਨੇਹੇ ਵੀ ਹੁਣ ਸਭ ਨੂੰ ਜਿਹੜੇ ਆਏ ਆ ਸਭ ਦੇ ਹੁਣ ਇੱਕ ਇੱਕ ਕਰਕੇ ਦਿੰਨੇ ਆ, ਤੇ ਜਿਨ੍ਹਾਂ ਨੇ ਹੋਰ ਵੀ ਸੁਨੇਹੇ ਦੇਣੇ ਆ ਉਹਨਾਂ ਨੂੰ ਇੱਕ ਵਾਰੀ ਫੇਰ ਦੱਸ ਦਿੰਨਾ ਜੀ ਆਪਣੀ ਵੈਬਸਾਈਟ desiworldradio.com ਓਪਨ ਕਰਕੇ ਮੈਸੇਜ ਮੋਡ ਉੱਤੇ ਕਲਿੱਕ ਕਰਕੇ ਸੁਨੇਹੇ ਆਪਣੇ ਛੱਡ ਸਕਦੇ ਆ। ਸੋ ਪਹਿਲਾ ਸੁਨੇਹਾ ਜਿਹੜਾ ਮੇਰੇ ਕੋਲ ਪਹੁੰਚੇ ਜੀ ਉਹ ਮੈਂ ਰੀਡ ਕਰਨ ਜਾ ਰਿਹਾ ਹਾਂ। ਨਵਜੀਤ ਆਇਆ ਜੀ ਫਰੋਮ ਯੂਕੇ ਤੋਂ, ਕਹਿੰਦੇ ਤਾਂ ਪਹਿਲਾਂ ਤਾਂ ਤੁਹਾਨੂੰ ਦੋਵੇਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਪ੍ਰਿੰਸ ਜੀ ਨੂੰ, ਮੋਸਟ ਵੈਲਕਮ ਆ ਜੀ ਦੇਸੀ ਵਾਲ ਰੇਡੀਓ ਤੇ। ਤੇ ਕਹਿੰਦੇ ਜਦੋਂ ਤੋਂ ਮੈਂ ਆਵਾਜ਼ ਪੰਜਾਬ ਦੀ ਸੁਣ ਰਹੀ ਹਾਂ ਜੀ, ਮੇਰਾ ਤਾਂ ਉਦੋਂ ਤੋਂ ਫੇਵਰੇਟ ਰਹੇ ਨੇ ਜੀ ਇਹ, ਤੇ ਅੱਜ ਵੀ ਮੇਰੇ ਬਹੁਤ ਫੇਵਰੇਟ ਨੇ ਜੀ। ਕੋਈ ਵੀ ਇਹਨਾਂ ਦੀ ਮੂਵੀ ਹੋਵੇ, ਕੋਈ ਵੀ ਇਹਨਾਂ ਸੌਂਗ ਹੋਵੇ, ਕਦੇ ਕੋਈ ਮਿਸ ਨਹੀਂ ਕੀਤਾ ਗਾ, ਖਾਸ ਕਰ ਰੋਮਾਂਟਿਕ ਸੌਂਗ। ਸੋ ਰੱਬ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਆਉਣ ਵਾਲੀ ਮੂਵੀ ਲਈ ਜੀ ਬੈਸਟ ਆਫ ਲੱਕ ਕਹੀ ਹੈ ਇਹਨਾਂ ਨੇ ਤੁਹਾਨੂੰ। ਥੈਂਕ ਯੂ ਸੋ ਮਚ ਨਵ ਜੀ, ਤੁਸੀਂ ਇੰਨਾ ਪਿਆਰ ਇੰਨਾ ਸਤਿਕਾਰ ਦਿੱਤਾ, ਤੁਸੀਂ ਮੇਰੇ ਗਾਣਿਆਂ ਨੂੰ ਮੇਰੀਆਂ ਫਿਲਮਾਂ ਨੂੰ ਇੰਨਾ ਪਿਆਰ ਦਿੱਤਾ, ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਪਰਮਾਤਮਾ ਤੁਹਾਨੂੰ ਵੀ ਚੜ੍ਹਦੀ ਕਲਾ ਚ ਰੱਖੇ। ਤੇ ਬਿਲਕੁਲ ਜੀ, ਅਗਲਾ ਮੈਸੇਜ ਵੀ ਯੂਕੇ ਤੋਂ ਆਇਆ ਸਾਨੂੰ, ਉਹ ਮੈਸੇਜ ਕਰਨ ਵਾਲੇ ਹੈਗੇ ਜੀ ਸਾਡੇ ਲੱਖਾ ਗਰੇਵਾਲ ਜੀ। ਸੋ ਪਹਿਲਾਂ ਤਾਂ ਕਹਿੰਦੇ ਬਾਈ ਸਤਿ ਸ੍ਰੀ ਅਕਾਲ ਆ ਸਾਡੇ ਰੋਸ਼ਨ ਪ੍ਰਿੰਸ ਬਾਈ ਜੀ ਨੂੰ, ਤੇ ਕਹਿੰਦੇ ਬਾਈ ਜੀ ਤੁਹਾਡਾ ਟਰੈਕ ਉਹ ਮੈਨੂੰ ਬਾਲਾ ਹੱਥ ਲੱਗਿਆ ਜਿਹੜਾ ਕਹਿੰਦਾ ਸਾਨੂੰ ਅੰਬ ਦੇ ਚਾਰ ਨਾਲ ਰੋਟੀ ਚੰਗੀ ਲੱਗਦੀ ਹੈ, ਤੇ ਕਹਿੰਦੇ ਬਾਈ ਉਹਦੀ ਵਰਡਿੰਗ ਪਤਾ ਨੀ ਮੈਨੂੰ ਕਿਉਂ ਇੰਨੀ ਜ਼ਿਆਦਾ ਲੱਗੀ, ਕਹਿੰਦਾ ਦਿਲ ਦੇ ਕਲੋਏ ਚ, ਤੇ ਕਹਿੰਦਾ ਪਤਾ ਨੀ ਅਸੀਂ ਵੀ ਸ਼ਾਇਦ ਇੱਦਾਂ ਹੀ ਕਰਦੇ ਰਹੇ ਸੀਗੇ। ਤੇ ਕਹਿੰਦੇ ਬਾਈ ਉਹ ਬਹੁਤ ਸੋਹਣਾ ਟਰੈਕ ਲੱਗਿਆ ਜੀ, ਇੱਕ ਵਾਰੀ ਮੇਰੇ ਲਈ ਜੀ ਉਹ ਆਪਣੀ ਆਵਾਜ਼ ਦੇ ਵਿੱਚ ਗਾਓ ਤਾਂ ਬਹੁਤ ਵਧੀਆ ਗੱਲ ਆ, ਤੇ ਬਾਕੀ ਕਹਿੰਦੇ ਬਹੁਤ ਬਹੁਤ ਸ਼ੁਕਰੀਆ ਜੀ। ਹਾਂਜੀ, ਥੈਂਕ ਯੂ ਸੋ ਮਚ ਲੱਖਾ ਜੀ। ਪਰ ਇਹ ਗਾਣਾ ਸੀਗਾ ਮਿਸਟਰ ਪਿੰਡੂ ਜਿਹੜਾ ਅੱਜ ਤੋਂ ਅਸੀਂ 8-9 ਮਹੀਨੇ ਪਹਿਲਾਂ ਜਿਹੜਾ ਉਹ ਰਿਲੀਜ਼ ਕੀਤਾ ਸੀ। ਮੈਂ ਇਹ ਸਮਝਦਾ ਕਿ ਜਿਹੋ ਜੀ ਆਪਾਂ ਸਾਰਥਕ ਫਿਲਮ ਦੀ ਹੁਣ ਇਸ ਟਾਈਮ ਗੱਲ ਕਰ ਰਹੇ ਹਾਂ, ਉੱਥੇ ਜੇ ਆਪਾਂ ਇਹ ਦੋ ਪੈਗ ਲਾ ਕੇ ਗਾਣਾ ਨਾ ਹੀ ਕਹੀਏ ਤਾਂ ਜ਼ਿਆਦਾ ਵਧੀਆ, ਕਿਉਂਕਿ ਅਸੀਂ ਗੁਰੂ ਸਾਹਿਬਾਨਾਂ ਦੀ ਗੱਲ ਕਰਨੀ ਹੈ, ਅਸੀਂ ਕਿਰਪਾਨ ਦੀ ਗੱਲ ਕਰਨੀ ਹੈ, ਆਪਣੇ ਸਮਾਜ ਦੀ ਗੱਲ ਕਰਨੀ ਹੈ। ਆਰਟਿਸਟ ਜਿਹੜਾ ਆ ਉਹ ਉਹਨੂੰ ਹਰ ਤਰ੍ਹਾਂ ਦਾ ਜਿਹੜਾ ਕੰਮ ਹੈ ਉਹ ਕਰਨਾ ਚਾਹੀਦਾ, ਮੈਂ ਕੀਤਾ ਵੀ ਹੈ। ਮੈਂ ਤੁਸੀਂ ਮੈਨੂੰ ਜਿੰਨਾ ਵੀ ਹੁਣ ਤੱਕ ਪਿਆਰ ਦਿੱਤਾ, ਮੇਰਾ ਇਹ ਫਰਜ਼ ਬਣਦਾ ਕਿ ਮੈਂ ਤੁਹਾਨੂੰ ਉਹ ਚੀਜ਼ਾਂ ਵੀ ਸੁਣਾਵਾਂ ਜਿਹੜੀਆਂ ਇਸ ਫਿਲਮ ਨਾਲ ਰਿਲੇਟਡ ਨੇ। ਬਾਕੀ ਥੈਂਕ ਯੂ ਸੋ ਮਚ, ਤੁਸੀਂ ਉਸ ਗਾਣੇ ਨੂੰ ਇੰਨਾ ਪਿਆਰ ਦਿੱਤਾ। ਮੈਂ ਦੋ ਲਾਈਨਾਂ ਸਿਰਫ ਅੰਬ ਦੇ ਚਾਰ ਵਾਲੀਆਂ ਤੁਹਾਨੂੰ ਸੁਣਾ ਦਿੰਦਾ। ਅੰਬ ਦੇ ਚਾਰ ਨਾਲ ਰੋਟੀ ਚੰਗੀ ਲੱਗਦੀ ਆ, ਅੰਬ ਦੇ ਚਾਰ ਨਾਲ ਰੋਟੀ ਚੰਗੀ ਲੱਗਦੀ ਆ, ਤੂੰ ਫੜਦੀ ਹੋਈ ਨੀ ਡਰਾਈ ਥਿਰੂ ਮੈਂ ਕਿੜੀ ਮੁਟਿਆਰੀ, ਉਹ ਤੇਰਾ ਲਹੇ ਥੱਕੇ ਵਾ ਦੋ ਕੁੱਟ ਭਰ ਕੇ ਰੱਡ ਬੁੱਲ ਦੇ,
ਮੈਨੂੰ ਲੱਸੀ ਦਾ ਜੱਗ ਪੀਣਾ ਪਵੇ ਦੁਬਾਰੇ। ਥੈਂਕ ਯੂ ਸਰ। ਵਾਹ ਜੀ ਵਾਹ, ਕਿਆ ਬਾਤ ਨੇ ਜੀ। ਤੇ ਇੱਕ ਮੈਸੇਜ ਹੋਰ ਮੇਰੇ ਕੋਲੇ ਪਹੁੰਚਿਆ ਸੀਗਾ ਜੀ, ਮੈਸੇਜ ਆਇਆ ਜਸ ਜੀ ਦਾ, ਤੇ ਕਹਿੰਦੇ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਵੀ। ਕਹਿੰਦੇ ਜੀ ਮੈਨੂੰ ਜੀ ਕਹਿੰਦੇ ਤੁਹਾਡੇ ਮਿਊਜ਼ਿਕ ਤੋਂ ਵੀ ਜ਼ਿਆਦਾ ਤੁਹਾਡੇ ਮੂਵੀ ਦੇ ਵਿੱਚ ਐਕਟਿੰਗ ਜਿਹੜੀ ਤੁਸੀਂ ਕਰਦੇ ਹੋ ਜੀ ਬਹੁਤ ਵਧੀਆ ਲੱਗਦੀ ਹੈ, ਤੇ ਤੁਹਾਡੀ ਆਉਣ ਵਾਲੀ ਮੂਵੀ ਕਿਰਪਾਨ ਲਈ ਜੀ ਬੈਸਟ ਆਫ ਲੱਕ ਆ, ਵਾਹਿਗੁਰੂ ਤੁਹਾਡੇ ਤੇ ਮਿਹਰ ਭਰੇ ਹੱਥ ਰੱਖਣ, ਤੇ ਇਹ ਮੂਵੀ ਜਿਹੜੀ ਵੀ ਦੇਖਣ ਜੀ ਸਾਰੀ, ਕਹਿੰਦੇ ਜਿੱਥੇ ਵੀ ਮੂਵੀ ਚੱਲੇ ਸਾਰੇ ਕਿਤੇ ਸੁਪਰ ਡੁਪਰ ਹਿੱਟ ਹੋਵੇ, ਸੋ ਇਹੀ ਵਾਹਿਗੁਰੂ ਅੱਗੇ ਕਹਿੰਦੇ ਅਰਦਾਸ ਕਰਦੇ ਹਾਂ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ, ਬਹੁਤ ਬਹੁਤ ਮਿਹਰਬਾਨੀ। ਮੈਂ ਇੱਕ ਗੱਲ ਇੱਥੇ ਕਹਿਣੀ ਚਾਹੁੰਦਾ, ਉਹ ਇਹ ਹੈ ਕਿ ਜਦੋਂ ਵੀ ਮੈਂ ਪਿਛਲੇ ਤਿੰਨ ਚਾਰ ਫਿਲਮਾਂ ਜਿਹੜੀਆਂ ਕੀਤੀਆਂ, ਹਰ ਵਾਰ ਅਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਜਾਂਦੇ ਹੁੰਦੇ ਸੀ, ਭਾਵੇਂ ਕਿਸੇ ਸ਼ਹਿਰ 'ਚ ਵੀ ਜਾਈਏ ਤਾਂ ਇੱਕ ਸਵਾਲ ਦਾ ਸਾਹਮਣਾ ਹਮੇਸ਼ਾ ਸਾਨੂੰ ਕਰਨਾ ਪੈਂਦਾ ਸੀ ਹਰ ਆਰਟਿਸਟਾਂ ਨੂੰ। ਉਹ ਇਹ ਹੈ ਕਿ ਪੰਜਾਬੀ ਸਿਨੇਮਾ ਦੇ ਵਿੱਚ ਹਰ ਸਿੰਗਰ ਜਿਹੜਾ ਆ ਉਹ ਹੀਰੋ ਬਣਦਾ। ਚਲੋ ਇਹ ਇੱਕ ਵੱਖਰੀ ਗੱਲ ਹੋ ਗਈ ਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਆਰਟਿਸਟ ਜਿਹੜੇ, ਭਾਵੇਂ ਉਹ ਸਦੀਕ ਸਾਹਿਬ ਉਹਨਾਂ ਦੇ ਟਾਈਮ ਤੋਂ ਲੈ ਲਓ, ਗੁਰਦਾਸ ਮਾਨ ਸਾਹਿਬ ਅੱਜ ਤੋਂ 35-36 ਸਾਲ ਪਹਿਲਾਂ ਵੀ ਹੀਰੋ ਸੀਗੇ, ਹੁਣ ਵੀ ਹੈਗੇ ਨੇ। ਤੇ ਦੂਸਰਾ ਇੱਕ ਸਵਾਲ ਹੁੰਦਾ ਸੀ ਕਿ ਕੀ ਪੰਜਾਬੀ ਫਿਲਮਾਂ ਕਾਮੇਡੀ ਹੀ ਬਣਨਗੀਆਂ, ਕਿ ਕਾਮੇਡੀ ਫਿਲਮਾਂ ਹੀ ਪੰਜਾਬੀ ਚ ਕਿਉਂ ਬਣ ਰਹੀਆਂ ਨੇ। ਤੇ ਬਹੁਤ ਵੱਡਾ ਸਵਾਲ ਸਾਡੇ ਵਾਸਤੇ ਜ਼ਹਿਨ ਦੇ ਵਿੱਚ, ਜਿਹਨੂੰ ਮੈਂ ਵੀ ਇੱਕ ਤਰੀਕੇ ਨਾਲ ਇੱਕ ਕੋਨੇ ਦੇ ਵਿੱਚ ਮੇਰੀ ਇਹ ਚੀਜ਼ ਵੀ ਸੀ ਜਦੋਂ ਮੈਂ ਕਿਰਪਾਨ ਨੇ ਸਾਈਨ ਕੀਤੀ ਹੈ ਫਿਲਮ, ਤਾਂ ਹੁਣ ਮੈਂ ਇਹ ਕਹਿਣਾ ਪੰਜਾਬੀਓ, ਇੱਕ ਸਾਰਥਕ ਫਿਲਮ, ਇੱਕ ਤੁਹਾਡੀ ਗੱਲ, ਤੁਹਾਡੀ ਕੌਮ ਦੀ ਗੱਲ, ਤੁਹਾਡੇ ਸਮਾਜ ਦੀ ਗੱਲ ਇਸ ਫਿਲਮ ਦੇ ਰਾਹੀਂ ਮੈਂ ਕੀਤੀ ਹੈ। ਤੁਸੀਂ ਮੈਨੂੰ ਪਿਆਰ ਦਿੱਤਾ, ਮੈਨੂੰ ਮੇਰੇ ਸਾਰੇ ਗਾਣੇ ਨੂੰ ਪਿਆਰ ਦਿੱਤਾ, ਸਾਰੀਆਂ ਫਿਲਮਾਂ ਨੂੰ ਪਿਆਰ ਦਿੱਤਾ, ਹੁਣ ਤੁਸੀਂ ਮੇਰੇ ਨਾਲ ਖੜੋ ਇਸ ਫਿਲਮ ਦੇ ਵਿੱਚ। ਜਿਵੇਂ ਤੁਸੀਂ ਕਹਿੰਦੇ ਹੋ ਕਿ ਕੀ ਕਮੇਡੀ ਫਿਲਮਾਂ ਹੀ, ਮੈਨੂੰ ਇਹ ਲੱਗਦਾ ਕਿ ਕਿਰਪਾਨ ਤੋਂ ਬਾਅਦ ਇੱਕ ਟ੍ਰੈਂਡ ਜਿਹੜਾ ਉਹ ਚੇਂਜ ਹੋਏਗਾ, ਅਲੱਗ ਹੋਏਗਾ, ਵਧੀਆ ਫਿਲਮਾਂ ਜਿਹੜੀਆਂ ਨੇ ਉਹ ਪੰਜਾਬੀ ਚ ਵੀ ਬਣਨੀਆਂ ਸ਼ੁਰੂ ਹੋਣਗੀਆਂ। ਪ੍ਰੋਡਿਊਸਰ ਡਰਦਾ ਹੁੰਦਾ ਕਿ ਕੀ ਉਹਦੇ ਪੈਸੇ ਪੂਰੇ ਹੋਣਗੇ ਕਿ ਨਹੀਂ ਹੋਣਗੇ, ਇਹ ਕੁਐਸਚਨ ਮਾਰਕ ਹੁਣ ਆਡੀਅੰਸ ਦੇ ਉੱਤੇ ਹੈ ਕਿ ਕੀ ਤੁਸੀਂ ਇਹੋ ਜਿਹੀ ਫਿਲਮ ਦੇਖਦੇ ਹੋ ਕਿ ਪ੍ਰੋਡਿਊਸਰ ਦੇ ਪੈਸੇ ਪੂਰੇ ਹੋਣ ਤੇ ਕੱਲ ਨੂੰ ਹੋਰ ਇਹੋ ਜਿਹੀਆਂ ਫਿਲਮਾਂ ਬਣ। ਪਲੀਜ਼ ਮੇਰੀ ਹੱਥ ਜੋੜ ਕੇ ਬੇਨਤੀ ਹੈ, ਇਹੋ ਜਿਹੀਆਂ ਫਿਲਮਾਂ ਨੂੰ ਸਪੋਰਟ ਕਰਿਓ। ਥੈਂਕ ਯੂ। ਬਿਲਕੁਲ ਜੀ, ਤੇ ਆਪਾਂ ਜਰੂਰ ਦਰਸ਼ਕਾਂ ਤੋਂ ਉਮੀਦ ਕਰਦੇ ਹਾਂ ਜੀ ਫਿਲਮ ਤੁਹਾਨੂੰ ਬਹੁਤ ਫੁੱਲ ਸਪੋਰਟ ਮਿਲੂਗੀ। ਤੇ ਰੋਸ਼ਨ ਪ੍ਰਿੰਸ ਭਾਈ, ਇੱਕ ਪਹਿਲਾਂ ਵੀ ਜਦੋਂ ਆਪਾਂ ਤੁਹਾਡੇ ਨਾਲ ਇੰਟਰਵਿਊ ਕੀਤੀ ਸੀ ਤੇ ਤੁਸੀਂ ਦੱਸਿਆ ਸੀ ਕਿ ਫਿਲਮ ਇੰਡਸਟਰੀ ਚ ਵੀ ਕਈ ਤਰ੍ਹਾਂ ਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਓਵਰਸੀਜ਼ ਰਿਲੀਜ਼ ਫਿਲਮਾਂ ਚ ਪ੍ਰੋਬਲਮ ਆਈ ਸੀ ਪਹਿਲਾਂ, ਤੇ ਇਸ ਫਿਲਮ ਚ ਹੁਣ ਜਿੱਦਾਂ ਮਤਲਬ ਮੈਟਰ ਵੀ ਇੱਦਾਂ ਦਾ, ਇਸ ਹਿਸਾਬ ਨਾਲ ਤੁਹਾਨੂੰ ਸਾਥ ਕਿੱਦਾਂ ਦਾ ਮਿਲ ਰਿਹਾ ਇੰਡਸਟਰੀ ਚੋਂ? ਇੰਡਸਟਰੀ ਦੇ ਵਿੱਚ ਸਾਥ ਤਾਂ ਜੀ ਹੁਣ ਮੈਂ ਕੀ ਲੁਕਾਉਂ ਕੀ ਕਵਾਂ, ਮੈਂ ਕਹਿਣਾ ਵੀ ਨਹੀਂ ਚਾਹੁੰਦਾ, ਮੈਂ ਲਪੇਟੇ ਹੋਏ ਸ਼ਬਦਾਂ ਚ ਕਹਿ ਵੀ ਦਿੰਦਾ ਕਿ ਹੁਣ ਜਿਹੜਾ ਹਰ ਬੰਦਾ ਆਪਣੀ ਦੌੜ ਦੇ ਵਿੱਚ ਹੈ, ਹਰ ਇੱਕ ਨੂੰ ਇਹ ਲੱਗਦਾ ਕਿ ਪੰਜਾਬੀ ਫਿਲਮਾਂ ਹੁਣ ਬਣ ਰਹੀਆਂ ਨੇ, ਆਪਾਂ ਵੀ ਹੱਥ ਜੀ, ਕੋਈ ਸਿੱਖਿਆ ਹੈ ਕੋਈ ਨਹੀਂ ਸਿੱਖਿਆ ਹੈ ਉਹ ਬਾਅਦ ਦੀ ਗੱਲ ਹੈ, ਹਰ ਬੰਦਾ ਚਾਹੁੰਦਾ ਮੈਂ ਹੀਰੋ ਬਣਾ। ਫਿਲਮ ਦੀ ਨਬਜ਼ ਨੂੰ ਘੱਟ ਪਹਿਚਾਣਦੇ ਆ, ਆਪਣੇ ਫਰਜ਼ ਨੂੰ ਘੱਟ ਪਹਿਚਾਣਦੇ ਆ, ਕਰੋ ਸਭ ਕਰੋ, ਪੈਸੇ ਵੀ ਕਮਾਓ, ਪੈਸੇ ਵੀ ਜ਼ਰੂਰੀ ਨੇ ਆਪਣੀ ਫੈਮਿਲੀ ਚਲਾਉਣ ਵਾਸਤੇ ਸਾਰਾ ਕੁਛ, ਪਰ ਉਹ ਕੰਮ ਨਾ ਕਰੋ ਜਿਹਦੇ ਨਾਲ ਸ਼ਰਮਸਾਰ ਹੋਣਾ ਪਵੇ। ਮੈਨੂੰ ਇੱਕ ਵਾਰੀ ਸ਼ਰਮਸਾਰ ਹੋਣਾ ਪਿਆ ਸੀ ਸਿਰਫ ਇਹ ਫਿਲਮ ਕਰਕੇ, ਜਦੋਂ ਮੇਰੀ ਸ਼ੁਰੂਆਤ ਸੀਗੀ ਇੰਡਸਟਰੀ ਦੇ ਵਿੱਚ, ਕੰਟੈਂਟ ਫਿਲਮ ਦਾ ਏਦਾਂ ਦਾ ਸੀਗਾ ਕਿ ਮੈਨੂੰ ਕਿੰਨੀਆਂ ਕੁ ਇੰਟਰਵਿਊਜ਼ ਮੈਂ ਕੈਨੇਡਾ ਤੁਹਾਡੇ ਜ਼ਰੀਏ ਵੀ ਲੋਕਾਂ ਦੇ ਨਾਲ, ਮੈਂ ਜਿਹੜੇ ਮੈਨੂੰ ਮੈਸੇਜਸ ਆਏ, ਮੈਨੂੰ ਲਾਹਨਤਾਂ ਪਾਈਆਂ ਗਈਆਂ ਕਿ ਸਿਰਫ ਇਹਦੇ ਵਿੱਚ ਐਸੀ ਤੁਹਾਡੀ ਵੱਡੀ ਕੀ ਮਜਬੂਰੀ ਸੀ ਕਿ ਤੁਸੀਂ ਉਹ ਚੀਜ਼ ਬਣਾਈ ਜਿਹੜੀ ਅਸੀਂ ਫੈਮਿਲੀ ਦੇ ਨਾਲ ਬੈਠ ਕੇ ਨਹੀਂ ਦੇਖ ਸਕਦੇ। ਉਸ ਚੀਜ਼ ਨੂੰ ਮੈਂ ਅੱਜ ਤੱਕ ਵੀ ਪਛਤਾਉਂਦਾ, ਕੋਈ ਸੈਂਸਿਟਿਵ ਆਰਟਿਸਟ ਹੁੰਦਾ ਅੱਗੇ ਵਰਗਾ ਤਾਂ ਹਰ ਰੋਜ਼ ਉਹਦੇ ਜ਼ਹਿਨ ਦੇ ਵਿੱਚ ਉਹ ਜਿਹੜੀ ਚੀਜ਼ ਆ ਉਹ ਸੱਟ ਮਾਰਦੀ ਹੈ ਵੀ ਮੈਂ ਗਲਤ ਕੀਤਾ ਸੀ। ਅੱਜ 2 ਸਾਲ ਬਾਅਦ ਮੈਂ ਉਸ ਧੋਣੇ ਨੂੰ ਧੋਣ ਦੀ ਕੋਸ਼ਿਸ਼ ਕਰਦਾ, ਅੱਜ 2 ਸਾਲ ਬਾਅਦ ਮੈਂ ਪੰਜਾਬੀਆਂ ਤੋਂ ਫਿਰ ਉਸ ਚੀਜ਼ ਦੀ ਮਾਫ਼ੀ ਮੰਗਦੇ ਹੋਏ ਇਹ ਅਪੀਲ ਕਰਦਾ ਕਿ ਲਓ ਮੈਂ ਹੁਣ ਆਪਣੇ ਪੰਜਾਬ ਦੀ ਗੱਲ ਕੀਤੀ ਹੈ, ਇਹਨੂੰ ਜ਼ਰੂਰ ਦੇਖਿਓ। ਬਾਕੀ ਜਿੱਥੋਂ ਤੱਕ ਸਾਥ ਦੀ ਗੱਲ ਹੈ, ਇੰਡੀਆ ਦੇ ਵਿੱਚ ਮੁਨੀਸ਼ ਸਾਹਨੀ ਜੀ ਨੇ ਜਿਹੜੇ ਸਾਡੇ ਡਿਸਟ੍ਰੀਬਿਊਟਰ ਨੇ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਰਿਲੀਜ਼ ਇੰਡੀਆ ਦੇ ਵਿੱਚ ਮਿਲ ਰਹੀ ਹੈ। ਮੇਰੇ ਖਿਆਲ ਦੇ ਨਾਲ ਜਿੰਨੇ ਕੁ ਥੀਏਟਰ ਜੈਟ ਐਂਡ ਜੂਲੀਅਟ 2 ਨੂੰ ਮਿਲੇ ਸੀ ਉਸ ਤੋਂ 2-4 ਵੱਧ ਹੀ ਹੋਣਗੇ, ਜਿਹੜਾ ਇਹ ਜਿਸ ਤਰੀਕੇ ਦੀ ਗ੍ਰੈਂਡ ਓਪਨਿੰਗ ਜਿਹੜੀ ਆ ਇਸ ਫਿਲਮ ਨੂੰ ਇੱਥੇ ਮਿਲੇਗੀ। ਔਰ ਇਸ ਤੋਂ ਬਾਅਦ ਵਿਕਾਸ ਪਾਲ ਜੀ ਨੇ ਆਸਟ੍ਰੇਲੀਆ ਤੋਂ, ਉਹਨਾਂ ਨੇ ਨੋਟੀ ਜੱਟਸ ਵੀ ਪਿਛਲੀ ਵਾਰੀ ਸਾਡੀ ਰਿਲੀਜ਼ ਕੀਤੀ ਸੀ, ਔਰ ਯੂਕੇ ਦੇ ਵਿੱਚ ਕੁਮਾਰ ਜੀ ਨੇ, ਔਰ ਕੈਨੇਡਾ ਔਰ ਆਸਟ੍ਰੇਲੀਆ ਕੈਨੇਡਾ ਔਰ ਅਮਰੀਕਾ ਦੇ ਵਿੱਚ ਵੀ ਸਾਡਾ ਇੱਕ ਵੀਰ ਹੈ। ਮੁਸ਼ਕਿਲਾਂ ਤਾਂ ਜ਼ਰੂਰ ਹੁੰਦੀਆਂ ਨੇ ਪਰ ਹੌਸਲੇ ਬੁਲੰਦ ਨੇ, ਜਦੋਂ ਤੱਕ ਆਡੀਅੰਸ ਸਾਡੇ ਨਾਲ ਉਦੋਂ ਤੱਕ ਕੋਈ ਵਾਲ ਵੀ ਬਾਂਕਾ ਨਹੀਂ ਕਰ ਸਕਦਾ ਪੰਜਾਬੀਆਂ ਦਾ, ਹੁਣ ਤਾਂ ਗੱਲ ਹੀ ਪੰਜਾਬੀਆਂ ਦੀ ਹੈ, ਇੱਥੇ ਵੱਧ ਚੜ ਕੇ ਹਿੱਸਾ ਪਾਉਂਗੇ ਸਾਰੇ ਤਾਂ ਸਾਨੂੰ ਵੀ ਸਫਲ ਕਰੋਗੇ, ਸਾਡੇ ਹੌਸਲੇ ਵੀ ਵਧਣਗੇ।
ਬਿਲਕੁਲ ਜੀ, ਜਿੱਦਾਂ ਤੁਸੀਂ ਹਾਂਜੀ ਇੱਕ ਜਿੱਦਾਂ ਤੁਸੀਂ ਕਿਹਾ ਕਿ ਇਹ ਵਹਿੰਦੀ ਗੰਗਾ ਚ ਹੱਥ ਧੋਣੇ ਵਾਲੇ ਹੱਥ ਗੱਲ ਹੋਈ ਵੀ ਇਸ ਟਾਈਮ ਪੰਜਾਬੀ ਫਿਲਮ ਇੰਡਸਟਰੀ ਤੇ ਰੱਜ ਕੇ ਪੈਸਾ ਵੀ ਆ ਰਿਹਾ, ਤੇ ਤੁਹਾਨੂੰ ਕੀ ਲੱਗ ਰਿਹਾ ਕਿ ਸਾਡੀ ਇੰਡਸਟਰੀ ਦੀ ਜਿਹੜੀ ਸੇਧ ਹੈ ਜਿੱਥੋਂ ਤੱਕ ਜਾ ਰਹੀ ਹੈ ਕਿ ਫਿਲਮਾਂ ਇੱਕੋ ਤਰ੍ਹਾਂ ਦੀਆਂ ਫਿਲਮਾਂ ਬਣੀ ਜਾ ਰਹੀਆਂ, ਜਿਹੜੇ ਮੇਨ ਆਪਾਂ ਕਿਸੇ ਦਾ ਨਾਮ ਨਹੀਂ ਲੈ ਸਕਦੇ ਪਰ ਜਿੰਨੇ ਮੇਨ ਆਰਟਿਸਟ ਹੈ ਕੋਈ ਉਹ ਸੈਂਸਿਟਿਵ ਇਸ਼ੂ ਜਾਂ ਇਹਨਾਂ ਚੀਜ਼ਾਂ ਨੂੰ ਟੱਚ ਕਰਦਾ, ਤੇ ਬਾਲੀਵੁੱਡ ਚ ਜਿੱਦਾਂ ਇੱਕ ਕਲਾਸ ਬਣ ਜਾਂਦੀ ਹੈ ਅਲੱਗ ਫਿਲਮਾਂ ਦੀ, ਅਲੱਗ ਐਕਟਰ ਨੇ ਜਿੱਦਾਂ ਇਰਫਾਨ ਨੇ ਅਭੈ ਦਿਓਲ ਨੇ ਵੀ ਜੇ ਅਲੱਗ ਫਿਲਮਾਂ ਕਰਦੇ ਆ, ਤੇ ਤੁਹਾਨੂੰ ਲੱਗਦਾ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਇੰਡਸਟਰੀ ਏਦਾਂ ਦੀ ਪ੍ਰਫੁੱਲਤ ਹੋ ਸਕਦੀ ਕਿਰਪਾਨ ਵਰਗੀਆਂ ਫਿਲਮਾਂ ਦੀ? ਹੋਣੀ ਚਾਹੀਦੀ ਹੈ ਜੀ, ਔਰ ਮੇਰੇ ਹਿਸਾਬ ਨਾਲ ਹੋਏਗੀ ਵੀ, ਇਸ ਫਿਲਮ ਤੋਂ ਬਾਅਦ ਹੋਏਗੀ। ਜ਼ਰੂਰ ਟੁੱਟਣਗੇ ਸਾਰਿਆਂ ਦੇ ਕਿ ਸਿਰਫ ਕਾਮੇਡੀ ਫਿਲਮਾਂ ਬਣਾਈਏ ਤਾਂ ਹੀ ਪੈਸੇ ਪੂਰੇ ਹੁੰਦੇ ਨੇ। ਮੈਨੂੰ ਲੱਗਦਾ ਕਿ ਪੰਜਾਬੀ ਸਾਡਾ ਸਾਥ ਦੇਣਗੇ ਔਰ ਚੰਗੇ ਸਿਨੇਮੇ ਦਾ ਸਾਥ ਦੇਣਗੇ ਔਰ ਵਧੀਆ ਫਿਲਮਾਂ ਅੱਗੇ ਬਣਨਗੀਆਂ, ਬਣ ਵੀ ਰਹੀਆਂ ਨੇ। ਬਹੁਤ ਸਾਰੇ ਸਬਜੈਕਟ ਐਸੇ ਹੈ, 84 ਨੂੰ ਲੈ ਕੇ ਜ਼ਿਆਦਾ ਸਬਜੈਕਟ ਬਣ ਰਹੇ, ਜਿਵੇਂ 1947 to 1984, ਪੰਜਾਬ 84, ਔਰ ਇੱਕ ਫਿਲਮ ਹੋਰ ਹੈ ਲੈਦਰ ਲਾਈਫ। ਸੈਂਸਿਟਿਵ ਇਸ਼ੂਜ ਨੇ, ਇਹ ਫਿਲਮਾਂ ਬਣ ਰਹੀਆਂ ਨੇ, ਲੋਕਾਂ ਨੇ ਐਪਰੀਸ਼ੀਏਟ ਵੀ ਕਰਨੀਆਂ ਨੇ, ਲੋਕ ਦੇਖਣਗੇ ਵੀ। ਸਾਡੀ ਵੀ ਇੱਕ ਅਲੱਗ ਤਰੀਕੇ ਦੀ ਫਿਲਮ ਹੈ, ਇਹ 84 ਚ ਬਿਲਕੁਲ ਵੀ ਰਿਲੇਟਡ ਨਹੀਂ ਹੈ, ਉਸ ਚੀਜ਼ ਤੋਂ ਰਿਲੇਟਡ ਨਹੀਂ ਹੈ, ਇਹ ਅਲੱਗ ਤਰ੍ਹਾਂ ਦਾ ਸਬਜੈਕਟ ਹੈ। ਇਹਦੇ ਚ ਇਸ਼ੂ ਕੋਈ ਨਹੀਂ ਹੈ, ਬਟ ਇਹਦੇ ਵਿੱਚ ਸੇਧਾਂ ਬਹੁਤ ਸਾਰੀਆਂ। ਇਹ ਚ ਫਰਜ਼ ਤਾਂ ਇੱਕ ਯੂਥ ਜਿਹੜਾ ਆਪਣਾ ਜਿਹਨਾਂ ਫਰਜ਼ਾਂ ਤੋਂ ਵਿਸੜਾ ਹੋਇਆ ਉਹ ਸਾਰੇ ਯਾਦ ਕਰਵਾਉਣ ਦੀ ਕੋਸ਼ਿਸ਼ ਹੋਏਗੀ। ਵਧੀਆ ਸਿਨੇਮਾ ਦਾ ਹੁਣ ਇੱਕ ਦੌਰ ਸ਼ੁਰੂ ਹੋਣਾ, ਅਮੀਨ ਲੱਗਦਾ 2014 ਦੇ ਵਿੱਚ ਚੰਗੀਆਂ ਫਿਲਮਾਂ ਨੂੰ ਵਧੀਆ ਹੁੰਗਾਰਾ ਮਿਲੂਗਾ। ਕਾਮੇਡੀ ਵੀ ਬਣਦੀਆਂ ਨੇ ਕਿਉਂਕਿ ਹਰ ਬੰਦਾ ਸਟ੍ਰੈਸ ਦੇ ਵਿੱਚ 2 ਘੰਟੇ ਦੇ ਥੀਏਟਰ ਦੇ ਵਿੱਚ ਹੱਸ ਕੇ ਬਾਹਰ ਨਿਕਲ ਤਾਂ ਉਹਦੇ ਨਾਲ ਦੀ ਰੀਸ ਨਹੀਂ ਹੁੰਦੀ, ਪਰ ਨਾਲੋ ਨਾਲ ਆਪਾਂ ਆਪਣੇ ਫਰਜ਼ ਵੀ ਯਾਦ ਰੱਖੀਏ, ਪੰਜਾਬੀ ਯਾਦ ਰੱਖੀਏ, ਪੰਜਾਬੀ ਨੂੰ ਯਾਦ ਰੱਖੀਏ। ਮੈਨੂੰ ਲੱਗਦਾ ਕਿ ਵਧੀਆ ਫਿਲਮਾਂ ਬਣਨਗੀਆਂ ਅੱਗੇ ਹੋਰ। ਜੀ ਬਿਲਕੁਲ, ਤੇ ਪ੍ਰਿੰਸ ਵੀਰ ਜੀ, 2-4 ਮੈਸੇਜ ਤੁਹਾਡੇ ਚਾਹੁਣ ਵਾਲਿਆਂ ਦੇ ਹੋਰ ਪਹੁੰਚ ਰਹੇ ਨੇ ਮੇਰੇ ਕੋਲੇ, ਤੇ ਉਹ ਵੀ ਆਪਾਂ ਇੱਕ ਇੱਕ ਕਰਕੇ ਤੁਹਾਡੇ ਕਰਦੇ ਹਾਂ ਜੀ ਅੱਗੇ। ਸੋ ਅਬਲ ਕੋਟਲੀ ਤੋਂ ਰਾਮ ਸਿੰਘ ਬਰਾੜ ਜੀ ਪੁੱਛ ਰਹੇ ਹਨ ਕਿ ਕੁਰਬਾਨ ਫਿਲਮ ਚ ਹੋਰ ਕਿਹੜੇ ਕਿਹੜੇ ਕਲਾਕਾਰ ਹਨ, ਤੇ ਆਉਣ ਵਾਲੀ ਫਿਲਮ ਲਈ ਤੁਹਾਨੂੰ ਉਹਨਾਂ ਨੇ ਬੈਸਟ ਆਫ ਲੱਕ ਕਹੀ ਹੈ ਜੀ, ਤੇ ਨਾਲ ਨਾਲ ਇਹ ਵੀ ਪੁੱਛ ਰਹੇ ਨੇ ਕਿ ਉਹਦੇ ਵਿੱਚ ਹੋਰ ਕਿਹੜੇ ਕਿਹੜੇ ਕਲਾਕਾਰ ਨੇ ਜੋ ਫਿਲਮ ਦੇ ਵਿੱਚ ਸਾਨੂੰ ਦਿਸਣਗੇ। ਦੇਖੋ ਜੀ, ਮੈਨੂੰ ਫਿਲਮ ਇੰਡਸਟਰੀ ਦੇ ਦਿੱਗਜਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਇਸ ਫਿਲਮ ਨਾਲ। ਬਹੁਤ ਵੱਡਾ ਨਾਮ ਹੈ ਕੁਲਭੂਸ਼ਣ ਖਰਵੰਦਾ ਜੀ, ਜਿਹਨਾਂ ਨੇ ਮੇਰੇ ਫਾਦਰ ਸਾਹਿਬ ਦਾ ਕਰੈਕਟਰ ਇਹਦੇ ਵਿੱਚ ਪਲੇ ਕੀਤਾ। ਮੇਰੇ ਗੁਰੂ ਜੀ ਜਿਨ੍ਹਾਂ ਨੂੰ ਮੈਂ ਪੜ੍ਹਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਥੀਏਟਰ ਡਿਪਾਰਟਮੈਂਟ ਦੇ ਸਾਡੇ ਡੀਨ ਨੇ, ਮੈਡਮ ਸੁਨੀਤਾ ਧੀਰ ਜੀ, ਉਹਨਾਂ ਨੇ ਮੇਰੀ ਮਦਰ ਦਾ ਰੋਲ ਜਿਹੜਾ ਉਹ ਕੀਤਾ। ਸੁਰਿੰਦਰ ਮਾਲ ਜੀ ਕਿਸੇ ਜਾਣ ਪਛਾਣ ਦੇ ਮੁਤਾਜ ਨਹੀਂ ਨੇ, ਗੁਰਲੀਨ ਚੋਪੜਾ ਔਰ ਸਮੀਕਸ਼ਾ, ਦੋ ਹੀਰੋਇਨਸ ਮੇਰੇ ਆਪੋਜ਼ਿਟ ਨੇ, ਪੰਜਾਬੀ ਸਾਹਿਤ ਦੇ ਕਾਫੀ ਰਿਨਾਊਂਡ ਹਸਤੀ ਨੇ, ਡਾਕਟਰ ਸਤੀਸ਼ ਵਰਮਾ ਜੀ, ਫਰਜ਼ੰਦ ਉਹਨਾਂ ਦਾ ਬੇਟਾ ਪਰਮੀਸ਼ ਵਰਮਾ, ਉਹਨੇ ਇੱਕ ਅਹਿਮ ਕਰੈਕਟਰ ਇਸ ਫਿਲਮ ਦੇ ਵਿੱਚ ਅਦਾ ਕੀਤਾ, ਤੇ ਹੋਰ ਬਹੁਤ ਸਾਰੇ ਆਰਟਿਸਟ ਨੇ ਜਿਹੜੇ ਥੀਏਟਰ ਨਾਲ ਸੰਬੰਧਿਤ ਨੇ, ਬਾਲੀਵੁੱਡ ਇੰਡਸਟਰੀ ਨਾਲ ਸੰਬੰਧਿਤ ਨੇ ਸਾਰੇ ਫਿਲਮ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ। ਹਾਂਜੀ, ਤੇ ਅਗਲਾ ਮੈਸੇਜ ਯੂਕੇ ਤੋਂ ਮੇਰੇ ਕੋਲੇ ਪਹੁੰਚੇ ਸੀ ਜਸ਼ਨਦੀਪ ਸਿੰਘ ਜੀ ਦਾ, ਕਹਿੰਦੇ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਤੇ ਰੋਸ਼ਨਪ੍ਰਿੰਸ ਜੀ ਤੁਹਾਨੂੰ ਵੀ, ਤੇ ਉਹ ਕਹਿੰਦੇ ਨੇ ਜੀ ਤੁਹਾਡੀ ਮੂਵੀ ਲਈ ਬੈਸਟ ਆਫ ਲੱਕ, ਤੇ ਨਾਲੇ ਤੁਹਾਡੇ ਤੋਂ ਪੁੱਛ ਰਹੇ ਨੇ ਕਿ ਤੁਸੀਂ ਯੂਕੇ ਕਦੋਂ ਆ ਰਹੇ ਹੋ ਜੀ, ਉਹਨਾਂ ਕੋਲੇ ਕੋਈ ਲਾਈਵ ਸ਼ੋਅ ਕਰਨ ਜਾਂ ਕਿਸੇ ਵੀ ਤਰ੍ਹਾਂ ਦੇ ਲਈ ਯੂਕੇ ਕਦੋਂ ਆ ਰਹੇ ਹਨ ਜੀ, ਕਹਿੰਦੇ ਪਲੀਜ਼ ਪੁੱਛ ਕੇ ਜ਼ਰੂਰ ਦੱਸਣਾ ਜੀ। ਯੂਕੇ ਮੈਂ ਪਿਛਲੇ ਸਾਲ ਸ਼ੋਅ ਕੀਤੇ ਸੀ, ਦੈਨ ਇਸ ਸਾਲ ਦੇ ਵਿੱਚ ਮੈਂ ਉੱਥੇ ਸ਼ੂਟਿੰਗ ਵੀ ਕੀਤੀ ਹੈ ਕਿਰਪਾਨ ਦੀ। ਯੂਕੇ ਦੇ ਦੋਸਤਾਂ ਨੇ ਬੜਾ ਪਿਆਰ ਦਿੱਤਾ ਸੋ ਮਚ, ਹੁਣ ਜਲਦੀ ਹੀ ਜਦੋਂ ਕੋਈ ਪ੍ਰੋਗਰਾਮ ਬਣਿਆ ਤਾਂ ਜ਼ਰੂਰ ਆਵਾਂਗੇ ਜੀ, ਤੁਹਾਨੂੰ ਦੱਸਾਂਗੇ। ਪਹਿਲਾਂ ਤੇ ਬਿਲਕੁਲ ਜੀ, ਇੱਕ ਮੈਸੇਜ ਹੋ ਰਿਹਾ ਸੀ ਰਣਦੀਪ ਕੌਰ ਜੀ ਦਾ ਫਰੋਮ ਸਪੇਨ ਤੋਂ ਆਇਆ ਸੀ ਇਹਨਾਂ ਦਾ ਮੈਸੇਜ, ਸੋ ਇਹ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਕਹਿੰਦੇ ਜੀ ਮੇਰਾ ਸਭ ਤੋਂ ਫੇਵਰੇਟ ਟਰੈਕ ਹੈਗਾ ਜੀ ਜਿਹੜਾ ਦਿਲ ਦੇ ਵਰਕੇ ਫੋਲ, ਤੇ ਉਹ ਤੁਸੀਂ ਵੀ ਨਹੀਂ ਸਿੰਗ ਕੀਤਾ ਬਟ ਤੁਹਾਡੀ ਜਿਹੜੀ ਐਕਟਿੰਗ ਆ ਜੀ, ਮੈਨੂੰ ਉਹਦੇ ਵਿੱਚ ਜਿਹੜਾ ਉਹ ਗਾਣੇ ਦੀ ਵੀਡੀਓ ਨਾਲ ਇੰਨਾ ਜ਼ਿਆਦਾ ਪਿਆਰ ਹੈਗਾ ਜੀ ਕਿ ਉਹ ਗਾਣਾ ਹੋਰ ਵੀ ਵਧੀਆ ਲੱਗਦਾ ਜੇ ਤੁਹਾਡੀ ਆਵਾਜ਼ ਦੇ ਵਿੱਚ ਸੁਣਿਆ ਜਾਵੇ ਸੌਂਗ ਤਾਂ, ਹੋਪਫੁਲੀ ਕਹਿੰਦੇ ਜੀ ਫਿਰ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜੂਗੀ, ਬਾਕੀ ਤੁਹਾਡੀ ਮੂਵੀ ਲਈ ਆਲ ਦੀ ਬੈਸਟ, ਤੇ ਅਸੀਂ ਤੁਹਾਡੇ ਅਸੀਂ ਸਾਰੇ ਤੁਹਾਡੇ ਨਾਲ ਆ ਜੀ ਕਹਿੰਦੇ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਮੈਂ ਇਹੀ ਗੱਲ ਸੁਣਨੀ ਚਾਹੁੰਦਾ ਸੀਗਾ ਹਰਮਨ ਵੀਰੇ, ਅਮਰੀਕ ਜੀ, ਮੈਂ ਇਹੀ ਗੱਲ ਸੁਣਨੀ ਚਾਹੁੰਦਾ ਸੀ ਆਪਣੇ ਆਡੀਅੰਸ ਤੋਂ, ਪੰਜਾਬੀਆਂ ਤੋਂ, ਕਿ ਅਸੀਂ ਤੁਹਾਡੇ ਨਾਲ ਹਾਂ, ਜੇ ਤੁਸੀਂ ਮੇਰੇ ਨਾਲ ਹੋ ਇਹੋ ਜਿਹੇ ਸਬਜੈਕਟਸ ਦੇ ਨਾਲ ਹੋ, ਫਿਰ ਪੰਜਾਬੀ ਇੰਡਸਟਰੀ ਨੂੰ ਵਧਣ ਫੁੱਲਣ ਤੋਂ ਕੋਈ ਨਹੀਂ ਰੋਕ ਸਕਦਾ। ਥੈਂਕ ਯੂ ਸੋ ਮਚ ਜੀ। ਹਾਂਜੀ, ਤੇ ਅਗਲਾ ਮੈਸੇਜ ਸਾਡੇ ਆਰਜੇ ਦਾ ਹੀ ਆਇਆ ਜੀ, ਜੋ ਪ੍ਰੋਗਰਾਮ ਕਰਦੇ ਹੁੰਦੇ ਜੀ ਉਹਨਾਂ ਦੇ ਟਾਈਮ ਆਪਾਂ ਕਵਰ ਕਰ ਰਹੇ ਹਾਂ, ਸੋ ਜਤਿੰਦਰ ਮੁਲਤਾਨੀ ਜੀ ਪੈਰਿਸ ਤੋਂ ਮੈਸੇਜ ਆਇਆ, ਸੋ ਕਹਿੰਦੇ ਸਤਿ ਸ੍ਰੀ ਅਕਾਲ ਜੀ, ਬੁਲਾਇਓ ਮੇਰੇ ਵੱਲੋਂ ਵੀ, ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਚ ਰੱਖਣ, ਰੋਸ਼ਨ ਪ੍ਰਿੰਸ ਵੀਰ ਜੀ ਨੂੰ,
ਤੇ ਉਹਨਾਂ ਨੂੰ ਕਹਿ ਦਿਓ ਪਲੀਜ਼ ਸੌਂਗ ਪਲੇ ਮੇਰੇ ਲਈ ਸਿੰਗ ਕਰ ਦੇਣ ਰੱਬ ਜਾਣੇ, ਤੇ ਕਹਿੰਦੇ ਜੀ ਮੇਰਾ ਬਹੁਤ ਫੇਵਰੇਟ ਟਰੈਕ ਹੈ ਜੀ, ਤੇ ਮੈਂ ਤਾਂ ਆਲ ਟਾਈਮ ਇਹੀ ਸੁਣਦਾ ਰਹਿੰਦਾ ਗਾ। ਤੇ ਬਾਕੀ ਮੈਂ ਵੀ ਦੱਸਣਾ ਚਾਹੂੰਗਾ ਕਿ ਸਾਡੇ ਜਿਹੜੇ ਮੁਲਤਾਨੀ ਸਾਹਿਬ ਨੇ ਜੀ, ਇਹ ਵੀ ਬਹੁਤ ਹਿੱਕਾ ਹੋਕਾ ਜਿਹਾ ਲਾ ਲੈਂਦੇ ਨੇ, ਤੇ ਹੁਣ ਜੀ ਕਹਿੰਦੇ ਤੁਹਾਡੇ ਸਾਡੇ ਸਾਹਮਣੇ ਸਾਡੇ ਗੁਰੂ ਬੈਠੇ ਨੇ ਤੇ ਅਸੀਂ ਤਾਂ ਗਾ ਨਹੀਂ ਸਕਦੇ ਕਹਿੰਦੇ, ਸੋ ਇਸ ਲਈ ਤੁਹਾਨੂੰ ਦੋ ਚਾਰ ਲੈਣਾ ਸੁਣਾਉਣ ਲਈ ਕਹਿ ਰਹੇ ਨੇ ਜੀ। ਹਾਂਜੀ ਮੁਲਤਾਨੀ ਸਾਹਿਬ ਫਿਲਮ ਦਾ ਸਤਿ ਸ੍ਰੀ ਅਕਾਲ ਜੀ, ਥੈਂਕ ਯੂ ਸੋ ਮਚ। ਇਹ ਗਾਣਾ ਜਿਹੜਾ ਆ ਰੱਬ ਜਾਣੇ, ਇਹ ਸਲੀਮ ਵੀਰੇ ਨੇ ਗਾਇਆ ਸੀਗਾ, ਫਿਰ ਮਾਮਲਾ ਗੜਬੜ ਗੜਬੜ ਦੇ ਵਿੱਚ, ਤੇ ਉਹ ਮੈਂ ਦੋ ਲਾਈਨਾਂ ਦੀਆਂ ਸੁਣਾ ਦਿੰਦਾ। ਰੱਬ ਜਾਣੇ ਯਾ ਜਿਨੂੰ ਇਸ਼ਕ ਲੱਗੇ ਉਹ ਜਾਣੇ, ਇਸ਼ਕ ਬੇਦਰਦ ਬੜਾ ਹੁੰਦਾ ਏ ਦਰਦ ਬੜਾ, ਮੈਨੂੰ ਪੂਰੀ ਸਾਰੇ ਹੁਣ ਬੋਲ ਭੁੱਲ ਗਏ ਕਿਉਂਕਿ ਸਾਰੇ ਕਿਰਪਾਨ ਵਾਲੇ ਪਾਸੇ ਨੂੰ ਜ਼ਿਆਦਾ ਧਿਆਨ ਹੈ, ਤੇ ਥੈਂਕ ਯੂ ਸੋ ਮਚ, ਤੁਸੀਂ ਹਮੇਸ਼ਾ ਪਿਆਰ ਦਿੱਤਾ ਜੀ, ਥੈਂਕ ਯੂ ਸੋ ਮਚ। ਇੱਕ ਗਾਣਾ ਸੀਗਾ ਫਿਰ ਮਾਮਲਾ ਸਲੀਮ ਜੀ ਨੇ ਗਾਇਆ। ਬਿਲਕੁਲ ਜੀ, ਤੇ ਹਰਪ੍ਰੀਤ ਗਿੱਲਰ ਫਰੋਮ ਕੈਲੀਫੋਰਨੀਆ ਤੋਂ ਮੈਸੇਜ ਕੀਤਾ, ਇਹਨਾਂ ਨੇ ਕਹਿੰਦੇ ਨੇ ਸਤਿ ਸ੍ਰੀ ਅਕਾਲ ਹਰਮਨ ਭਾਜੀ ਤੇ ਰੋਸ਼ਨ ਭਾਜੀ, ਕੀ ਹਾਲ ਚਾਲ ਹੈ ਤੁਹਾਡਾ? ਤੇ ਰੋਸ਼ਨ ਭਾਜੀ ਮੈਂ ਤੁਹਾਡੇ ਕਾਲਜ ਦਾ ਹੀ ਹਾਂ, ਮੈਂ ਪੰਜਾਬੀ ਫਾਦਰ ਜੀ ਉੱਥੋਂ ਹੀ ਪੜਿਆ ਹਾਂ, ਤੇ ਬਹੁਤ ਚੰਗਾ ਲੱਗਦਾ ਕਿ ਤੁਸੀਂ ਇੰਨੇ ਫੇਮਸ ਹੋ ਗਏ ਹੋ, ਤੇ ਉਹ ਰੱਬ ਤੁਹਾਨੂੰ ਹੋਰ ਵੀ ਜ਼ਿਆਦਾ ਤਰੱਕੀ ਦੇਵੇ। ਥੈਂਕ ਯੂ ਸੋ ਮਚ ਜੀ, ਬਹੁਤ ਬਹੁਤ ਮਿਹਰਬਾਨੀ ਜੀ। ਦੁਆਬੇ ਦੇ ਵਿੱਚ ਮੈਂ ਮੁਕੰਦਪੁਰ ਪੜ੍ਹਿਆ, ਮੇਰੇ ਫਾਦਰ ਸਾਹਿਬ ਨੇ ਬੰਗੇ ਪੜ੍ਹਾਇਆ ਬੱਤੀ ਸਾਹਿਬ, ਮੈਂ ਜਦੋਂ ਵੀ ਕਿਤੇ ਸ਼ੋਅਸ ਚ ਜਾਂ ਸ਼ੂਟਿੰਗ ਦੌਰਾਨ ਓਵਰਸੀਜ਼ ਕਿਤੇ ਕੈਨੇਡਾ ਅਮਰੀਕਾ ਜਾਂਦਾ ਤਾਂ ਮੇਰੇ ਫਾਦਰ ਸਾਹਿਬ ਦੇ ਸਟੂਡੈਂਟਸ ਮੈਨੂੰ ਬਹੁਤ ਬਹੁਤ ਸਾਰੇ ਮਿਲਦੇ ਨੇ, ਕਿਉਂਕਿ 32 ਸਾਲ ਕਾਲਜ ਚ ਪੜ੍ਹਾਉਣਾ ਤੇ ਦੋ ਤਿੰਨ ਜਨਰੇਸ਼ਨ ਜਿਹੜੀਆਂ ਉਹ ਕਵਰ ਹੋ ਜਾਂਦੀਆਂ ਉਸ ਚੱਕਰ, ਤੇ ਬਹੁਤ ਸਾਰੇ ਸਟੂਡੈਂਟ ਮੇਰੇ ਫਾਦਰ ਸਾਹਿਬ ਦੇ ਉੱਥੇ ਮਿਲਦੇ ਆ, ਮੈਨੂੰ ਬੜੀ ਖੁਸ਼ੀ ਹੁੰਦੀ ਹੈ, ਮੈਨੂੰ ਬਹੁਤ ਪਿਆਰ ਦਿੰਦੇ ਨੇ ਜਿਨ੍ਹਾਂ ਨੇ ਮੈਨੂੰ ਛੋਟੇ ਹੁੰਦਿਆਂ ਵੀ ਦੇਖਿਆ ਹੈ ਤੇ ਹੁਣ ਵੀ ਮੇਰੀ ਜਰਨੀ ਨੂੰ ਦੇਖ ਰਹੇ ਆ। ਤੇ ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਕਰਦੇ ਆ ਜਿੰਨੇ ਵੀ ਸਾਡੇ ਦਰਸ਼ਕਾਂ ਨੇ ਮੈਸੇਜ ਕੀਤੇ ਆ, ਤੇ ਜਦੋਂ ਕਿ ਹੁਣ ਆਪਾਂ ਮਤਲਬ ਮੇਰੀ ਸਭ ਤੋਂ ਵੱਧ ਕੋਸ਼ਿਸ਼ ਹੈ ਰੋਸ਼ਨ ਪ੍ਰਿੰਸ ਭਾਜੀ ਕਿ ਆਪਾਂ ਇਸ ਇੰਟਰਵਿਊ ਦੇ ਥਰੂ ਜਿੰਨੇ ਤੇ ਜ਼ਿਆਦਾ ਦਰਸ਼ਕ ਤੁਹਾਨੂੰ ਸੁਣਦੇ ਆ ਉਹਨਾਂ ਤੱਕ ਫਿਲਮ ਦੀ ਸੋਚ ਜਾਂ ਫਿਲਮ ਦੀ ਗੱਲ ਨੂੰ ਪਜਾਇਆ ਜਾਵੇ, ਇਸ ਕਰਕੇ ਮੈਂ ਫਿਲਮ ਦੇ ਰਿਲੇਟਡ ਹੀ ਫੇਰ ਇੱਕ ਗੱਲ ਤੋਰਨੀ ਚਾਹੁੰਗਾ। ਜਿੱਦਾਂ ਤੁਸੀਂ ਕਿਹਾ ਕਿ 84 ਨੂੰ ਲੈ ਕੇ ਬਹੁਤ ਫਿਲਮਾਂ ਬਣੀਆਂ, ਵਿਵਾਦਾਂ ਚ ਵੀ ਰਹੀਆਂ, ਬਹੁਤ ਲੋਕਾਂ ਨੇ ਟਰਾਈ ਵੀ ਕੀਤਾ, ਤੇ ਪਰ ਮੈਨੂੰ ਇਹ ਗੱਲ ਇੱਕ ਜਾਨੀ ਕਿ ਤੁਸੀਂ ਕਹਿ ਸਕਦੇ ਹੋ ਕਿ ਸ਼ਲਾਘਾ ਜੋ ਕਦਮ ਵੀ ਲੱਗਿਆ ਕਿ ਤੁਸੀਂ ਉਸੇ ਮੈਸੇਜ ਨੂੰ ਜਾਂ ਉਸੇ ਤਰੀਕੇ ਨੂੰ ਕਿਸੇ ਹੋਰ ਤਰੀਕੇ ਨਾਲ ਵੀ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰਦੇ ਹੋ, ਤੇ ਜਿਵੇਂ ਤੁਸੀਂ ਆਪਾਂ ਨੂੰ ਪਹਿਲਾਂ ਦੱਸ ਰਹੇ ਸੀ ਕਿ ਇਹ ਫਿਲਮ ਇੱਕ ਕਿਰਪਾਨ ਦੀ ਸਟੋਰੀ ਹੈ, ਤੇ ਉਹਦੇ ਬਾਰੇ ਕੁਛ ਤੁਸੀਂ ਜੇ ਮਾੜਾ ਜਿਹਾ ਦਰਸ਼ਕਾਂ ਨੂੰ ਰੂਬਰੂ ਕਰਾਓ ਤਾਂ। ਹਾਂਜੀ ਜੀ, ਮੈਂ ਉਹ ਜਰਨੀ ਦੱਸਤੀ ਫਿਰ ਤਾਂ ਜਰਨੀ ਦੱਸ ਹੋ ਜਾਣੀ, ਜਿੱਥੇ ਤੱਕ 84 ਦੇ ਜਿਹੜੇ ਉਹ ਬਹੁਤ ਸੈਂਸਿਟਿਵ ਇਸ਼ੂ ਹੈ ਬਹੁਤ ਜ਼ਿਆਦਾ, ਕਿਉਂਕਿ ਕਿੰਨੇ ਕੁ ਲੋਕਾਂ ਦੇ ਨਾਲ ਜ਼ਿਆਦਤੀਆਂ ਹੋਈਆਂ, ਕਿੰਨੇ ਕੁ ਲੋਕ ਦੁਖੀ ਹੋਏ ਜਿਨ੍ਹਾਂ ਦੇ ਪਰਿਵਾਰਾਂ ਦੇ ਪਰਿਵਾਰ ਉਜੜੇ ਔਰ ਬੇਘਰ ਹੋਏ ਲੋਕ, ਉਹ ਜਦੋਂ ਆਪਾਂ ਉਸ ਚੀਜ਼ ਨੂੰ ਸੋਚਦੇ ਹਾਂ ਸੋਚ ਕੇ ਹੀ ਦਿਲ ਕੰਬ ਜਾਂਦਾ ਹੈ, ਰੋਣਾ ਆਉਂਦਾ, ਤੇ ਜਿਨ੍ਹਾਂ ਨਾਲ ਬੀਤੀਆਂ ਨੇ ਉਹਨਾਂ ਦੇ ਨਾਲ ਕੀ ਕੁਛ ਆਇਆ। ਉਹ ਤ੍ਰਾਸਦੀ ਸੀ ਸਾਡੇ ਪੰਜਾਬ ਦੀ, ਇੱਕ ਬਹੁਤ ਵੱਡੀ ਤ੍ਰਾਸਦੀ ਸੀ 84। ਉਸ ਦੇ ਉੱਤੇ ਫਿਲਮ ਬਣ ਰਹੀਆਂ ਨੇ, ਸੈਂਸਿਟਿਵ ਫਿਲਮ ਬਣ ਰਹੀਆਂ ਨੇ, ਜੇ ਤਾਂ ਸਹੀ ਤਰੀਕੇ ਨਾਲ ਸੱਚਾਈਆਂ ਸਾਹਮਣੇ ਆਉਣਗੀਆਂ ਬਹੁਤ ਵਧੀਆ ਗੱਲ ਨੇ, ਵਧੀਆ ਗੱਲ ਹੈ। ਮੈਂ ਵਧਾਈ ਦਿੰਦਾ ਮੇਰੇ ਵੀਰ ਅਨੁਰਾਗ ਔਰ ਦਿਲਜੀਤ ਨੂੰ ਕਿ ਉਹਨਾਂ ਨੇ ਪੰਜਾਬ 84 ਬਹੁਤ ਵਧੀਆ ਫਿਲਮ ਜਿਹੜੀ ਇਸ ਤੋਂ ਬਾਅਦ ਰਿਲੀਜ਼ ਹੋਣੀ ਹੈ, ਮੈਂ ਸਪੋਰਟ ਵੀ ਕਰਨਾ ਉਸ ਫਿਲਮ, ਉਹ ਤੁਹਾਡੇ ਸਾਹਮਣੇ ਆਏਗੀ, ਉਹਨੂੰ ਵੀ ਸਪੋਰਟ ਕਰਿਓ। ਜਿਹੜੀ ਕਿਰਪਾਨ ਹੈ, ਕਿਰਪਾਨ ਜਿਵੇਂ ਪਹਿਲਾਂ ਗੱਲ ਕੀਤੀ ਸੀ ਕਿ ਗੁਰੂ ਸਾਹਿਬਾਨ ਦੀ ਦੇਣ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੇਣ, ਮਜ਼ਲੂਮਾਂ ਦੇ ਹੱਕ ਦੇ ਵਿੱਚ ਔਰ ਦੱਬੇ ਕੁਚਲੇ ਲੋਕਾਂ ਦੇ ਹੱਕ ਦੇ ਵਿੱਚ ਜਦੋਂ ਆਵਾਜ਼ ਉਠਾਈ ਜਾਂਦੀ ਹੈ, ਕਿਰਪਾਨ ਉਠਾਈ ਜਾਂਦੀ ਹੈ, ਉਹ ਹੈ ਕਿਰਪਾਨ, ਅਣਖ ਦਾ ਪ੍ਰਤੀਕ, ਸਾਡੀ ਪੰਜਾਬੀਅਤ ਦਾ ਪ੍ਰਤੀਕ। ਇਹ ਕਿਰਪਾਨ ਜਿਹੜੀ ਮੈਂ ਲੈ ਕੇ ਆ ਰਿਹਾ ਉਹ 1846 ਦੀ ਕਿਰਪਾਨ ਹੈ। 1846 ਦੇ ਵਿੱਚ ਜਦੋਂ ਅੰਗਰੇਜ਼ਾਂ ਦੇ ਖਿਲਾਫ ਮੇਰੇ ਪੜਦਾਦਾ ਜੀ ਨੇ ਕੋਈ ਜੰਗ ਵਿੱਢੀ, ਉਸ ਤੋਂ ਬਾਅਦ ਇੱਕ ਗੁਰਦੁਆਰਾ ਸਾਹਿਬ ਤੋਂ ਇੱਕ ਕਿਰਪਾਨ ਭੇਟ ਹੋਈ ਮੇਰੇ ਪੜਦਾਦਾ ਜੀ ਨੂੰ ਕਿ ਐਸ ਓਨਰ ਦਸ ਵਾਰਡ ਆਫ ਓਨਰ, ਉਹ ਕਿਰਪਾਨ ਇੱਕ ਫੈਮਿਲੀ ਦੇ ਵਿੱਚ ਹੈ। ਜਦੋਂ ਦੇਸ਼ ਆਜ਼ਾਦ ਹੋਇਆ, ਉਸੇ ਕਿਰਪਾਨ ਦੇ ਨਾਲ ਮੇਰੇ ਗ੍ਰੈਂਡ ਫਾਦਰ ਨੇ ਇੱਕ ਅੰਗਰੇਜ਼ ਅਫਸਰ ਦਾ ਕਤਲ ਕੀਤਾ ਔਰ ਉਹ ਕਿਰਪਾਨ ਜਦੋਂ 1947 ਦੇਸ਼ ਦੀ ਵੰਡ ਹੋਈ,
ਬ੍ਰਿਟਿਸ਼ ਮੂਵਮੈਂਟ ਆਪਣੇ ਨਾਲ ਲੈ ਜਾਂਦੀ ਹੈ। ਫਿਰ 70 ਸਾਲ ਬਾਅਦ ਉਹਨਾਂ ਦਾ ਬੱਚਾ, ਉਹਨਾਂ ਦਾ ਜਿਹੜਾ ਪੋਤਾ ਹੈ ਉਹ ਕਿਰਪਾਨ ਉੱਥੋਂ ਆਜ਼ਾਦ ਕਰਾ ਕੇ ਵਾਪਸ ਕੇਸਗੜ੍ਹ ਸਾਹਿਬ ਆ ਕੇ। ਹੁਣ ਸਾਨੂੰ ਦਰਸ਼ਕਾਂ ਨੂੰ ਇਹ ਬੇਨਤੀ ਹੈ ਵੀ ਦੇਖਣਾ ਪੈਣਾ ਤੁਹਾਨੂੰ ਜਾ ਕੇ ਵੀ ਕਿੱਦਾਂ ਹੁੰਦੀ ਹੈ ਇਹ ਜਰਨੀ। ਇਸ ਤੋਂ ਜਿਆਦਾ ਅਸੀਂ ਦੱਸ ਨਹੀਂ ਸਕਦੇ। ਵੈਸੇ ਬਹੁਤ ਜਿਆਦਾ ਪਲੋਟ ਤੁਹਾਡਾ, ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਆਪਣੇ ਦਰਸ਼ਕਾਂ ਨੂੰ ਇੱਕ ਜਾਣੀ ਕਿ ਪੁਆਇੰਟ ਦੇ ਦਿੱਤਾ ਕੇ ਦੇਖਣ ਨੂੰ ਕਿ ਹਾਂ ਵੀ ਤੁਸੀਂ ਇਸ ਇੰਟਰਸਟਿੰਗ ਦੇ ਵਿੱਚ ਨਾ। ਬਹੁਤ ਸਾਰੇ ਕਿਉਂਕਿ ਮੈਂ ਜਿਹੜੀ ਮੇਰੀ ਸਟੋਰੀ ਇਹਦੇ ਚ ਚੱਲਦੀ ਹੈ, ਇੱਕ ਅਵੇਸਲਾ ਮੁੰਡਾ ਫਰਜ਼ਾਂ ਤੋਂ ਜਿਹੜਾ ਆਪਣੇ ਮਾਂ ਪਿਓ ਦੀ ਗੱਲ ਨੀ ਸੁਣਦਾ, ਪੜ੍ਹਾਈਆਂ ਤੋਂ ਵੇਸਲਾ, ਆਪਣੇ ਫਰਜ਼ਾਂ ਤੋਂ ਵੇਸਲਾ, ਔਰ ਫਰਜ਼ ਦੀ ਜ਼ਿੰਦਗੀ ਨੂੰ ਬੈਸਟ ਮੰਨਦਾ ਹੈ ਵੀ ਆਹ ਪਲ ਜੀ ਲਿਆ, ਅਗਲੇ ਦੀ ਪਰਵਾਹ ਨੀ। ਇਹੋ ਜਿਹਾ ਇੱਕ ਮੁੰਡਾ ਜਦੋਂ ਉਹਨੂੰ ਚੇਤਕ ਲੱਗਦੀ ਹੈ ਕਿ ਨਹੀਂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਦੇ ਸਾਹਮਣੇ ਖੜ ਕੇ ਜਦੋਂ ਰੋਂਦਾ ਕਿ ਮੈਂ ਭੁੱਲ ਗਿਆ ਸੀ ਤੁਸੀਂ ਸਾਡੀ ਕੌਮ ਨੂੰ ਕੀ ਦੇ ਕੇ ਗਏ, ਮੈਂ ਭੁੱਲ ਗਿਆ ਸੀ ਸਾਡੇ ਫਰਜ਼ ਕੀ ਨੇ, ਤੇ ਉਸ ਤੋਂ ਬਾਅਦ ਜਦੋਂ ਉਹਦੀ ਜ਼ਿੰਦਗੀ ਚੇਂਜ ਹੁੰਦੀ ਹੈ ਤਾਂ ਉਹ ਵੀ ਆਪਣੇ ਦੇਸ਼ ਲਈ ਮਰ ਮਿਟਣ ਦਾ ਜਜ਼ਬਾ ਲੈ ਕੇ ਕੀ ਕੁਛ ਕਰ ਗੁਜ਼ਰਦਾ। ਕਿਰਪਾਨ ਦੇ ਵਿੱਚ ਤੁਸੀਂ ਵੇਖੋਗੇ ਬਹੁਤ ਸੋਲਿਡ ਕਰੈਕਟਰ ਹੈ ਬੀਰੂ ਜਿਹੜਾ ਮੈਂ ਪਲੇ ਕੀਤਾ। ਇੱਕੋ ਹੀ ਕਰੈਕਟਰ ਦੇ ਵਿੱਚ ਪਹਿਲੀ ਵਾਰੀ ਮੈਨੂੰ 8 ਤੋਂ 10 ਸ਼ੇਡ ਅਲੱਗ ਅਲੱਗ ਨਿਭਾਉਣ ਦਾ ਮੌਕਾ ਮਿਲਿਆ। ਸਲਿਊਟ ਟੂ ਅਮਰੀਕ ਗਿੱਲ ਸਾਹਿਬ, ਤੁਸੀਂ ਮੈਨੂੰ ਏਦਾਂ ਦਾ ਕਰੈਕਟਰ ਦਿੱਤਾ ਕਿ ਮੈਂ ਆਪਣਾ ਟੇਲੈਂਟ, ਆਪਣਾ ਜਿਹੜਾ ਹੁਨਰ ਹੈ ਉਹ ਲੋਕਾਂ ਦੇ ਸਾਹਮਣੇ ਲਿਆ ਸਕਾਂ, ਨਹੀਂ ਤਾਂ ਕਾਮੇਡੀ ਤਾਂ ਮੈਂ ਹਰ ਰੋਜ਼ ਕਰਨਾ। ਇਦੋਂ ਬਾਅਦ ਵੀ ਮੇਰੀ ਫਿਲਮ ਜਿਹੜੀ ਇਸ਼ਕ ਗਾਂਡੀ ਉਹ ਕਾਮੇਡੀ ਹੈ, ਉਹ ਸਾਡੀ ਜ਼ਿੰਦਗੀ ਹੈ ਜਿਵੇਂ ਅਸੀਂ ਵਿਚਰਦੇ ਹਾਂ। ਕਾਮੇਡੀ ਕਰਨਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ, ਉਹਦੇ ਵਿੱਚ ਤੁਹਾਡੇ ਕੋਲ ਪੰਚਸ ਨੇ, ਲੋਕ ਉਸ ਤੇ ਹੱਸ ਲੈਣਗੇ, ਕੋਈ ਵੀ ਬੰਦਾ ਕਰ ਸਕਦਾ ਸਾਰਾ ਕੁਛ ਉਹਦੇ ਵਿੱਚ। ਮੰਝਾ ਆਰਟਿਸਟ ਜਿਹੜਾ ਕਾਮੇਡੀ ਜ਼ਿਆਦਾ ਵਧੀਆ ਕਰ ਸਕਦਾ ਜੇ ਉਹ ਕਾਮੇਡੀ ਨੂੰ ਸਿਚੁਏਸ਼ਨਲ ਕਰੇ। ਸਾਡੇ ਸਲਿਊਟ ਟੂ ਬਿਨੂ ਭਾਜੀ, ਭੱਲਾ ਜੀ, ਇਹਨੇ ਵਧੀਆ ਸਿਚੁਏਸ਼ਨ ਨੂੰ ਕਾਮੇਡੀ ਹੈਂਡਲ ਕਰਦੇ ਨੇ। ਪਰ ਅਸਲੀ ਐਕਟਰ ਵਧੀਆ ਉਹ ਹੈਗਾ ਜਿਹੜਾ ਹਰ ਤਰ੍ਹਾਂ ਦੇ ਕਰੈਕਟਰ ਕਰੇ। ਮੈਨੂੰ ਮਾਣ ਹੈ ਕਿ ਗਿੱਲ ਸਾਹਿਬ ਨੇ ਨਜ਼ਦੀਕ ਕਰੈਕਟਰ ਦਿੱਤਾ ਔਰ ਮੈਂ ਨਿਭਾਇਆ। ਕਿੰਨਾ ਕੁ ਨਿਭਾਇਆ ਇਹ ਤਾਂ ਆਡੀਅੰਸ ਦੱਸੇਗੀ, ਪਰ ਆਪਣੇ ਵੱਲੋਂ ਮੈਂ 100% ਦਿੱਤਾ ਔਰ ਮੈਂ ਬਹੁਤ ਸਕੂਨ ਹੈ ਮੈਨੂੰ ਕਿ ਮੈਂ ਇਸ ਫਿਲਮ ਦੇ ਨਾਲ ਜੁੜਿਆ ਹਾਂ। ਤੇ ਬਿਲਕੁਲ ਜੀ, ਜਿਵੇਂ ਤੁਸੀਂ ਕਿਹਾ ਕਿ 8 ਸ਼ੇਡ ਦੀਆਂ ਬਹੁਤ ਇੱਕ ਮਲਟੀ ਜਾਣੀ ਕਿ ਆਰਟਿਸਟ ਓਰੀਐਂਟਿਡ ਫਿਲਮ ਹੈ, ਤੇ ਜੇ ਮਤਲਬ ਆਪਾਂ ਕਹੀਏ ਕਿ ਇੱਕ ਹਰ ਇੱਕ ਤਿਆਰੀ ਹੁੰਦੀ ਹੈ ਕੋਈ ਨਾ ਕੋਈ ਕਿਸੇ ਆਰਟਿਸਟ ਦੀ ਕਿ ਹਾਂ ਮੈਨੂੰ ਇੱਕ ਚੈਲੰਜਿੰਗ ਰੋਲ ਮਿਲਿਆ, ਮੈਂ ਇਹਦੇ ਲਈ ਏਦਾਂ ਤਿਆਰ ਕੀਤਾ, ਜਾਂ ਜਿੱਦਾਂ ਆਪਾਂ ਸੁਣਦੇ ਹਾਂ ਬਾਲੀਵੁੱਡ ਦੇ ਵਿੱਚ ਵੱਡੇ ਵੱਡੇ ਐਕਟਰ ਹੈ ਅਮੀਰ ਖਾਨ ਵਰਗੇ ਇੱਕ ਇੱਕ ਸਾਲ ਲੋਕਾਂ ਦੇ ਵਿੱਚ ਹੀ ਘੁੰਮਦੇ ਰਹਿੰਦੇ ਹੋ, ਤੁਸੀਂ ਇਸ ਫਿਲਮ ਲਈ ਆਪਣੀ ਜੇ ਮੈਂ ਪੁੱਛਾਂ ਇੱਕ ਛੋਟੇ ਸ਼ਬਦਾਂ ਚ ਇੰਸਪੀਰੇਸ਼ਨ ਕਿੱਥੋਂ ਇਕੱਠੀ ਕੀਤੀ ਕਿ ਕਿੱਥੋਂ ਦੇਖਿਆ ਤੁਸੀਂ ਲੋਕਾਂ ਨੂੰ ਓਬਜ਼ਰਵ ਕਰਦੇ ਹੋ ਜਾਂ ਕਿੱਧਰੋਂ ਕਿਸੇ ਐਕਟਿੰਗ ਸਕੂਲ ਜਾਂ ਕਿਸੇ ਦੀ ਗਾਈਡੈਂਸ ਲਈ ਹੋਵੇ? ਦੇਖੋ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਸੀ, ਡਾਇਰੈਕਟਰ ਸਾਡੇ ਅਮਰੀਕਾ ਨੂੰ ਆਪਣੇ ਆਪ ਚ ਇੰਸਟੀਟਿਊਸ਼ਨ ਨੇ, ਮੈਂ ਵੱਧ ਤੋਂ ਵੱਧ ਟਾਈਮ ਪਹਿਲਾਂ ਤਾਂ ਉਹਨਾਂ ਦੇ ਨਾਲ ਬਿਤਾਇਆ ਕਿ ਇਹ ਇਸ ਬੰਦੇ ਦਾ ਵਿਜ਼ਨ ਕੀ ਹੈ, ਇਹ ਮੇਰੇ ਤੋਂ ਕੀ ਕਰਾਉਣਾ ਚਾਹੁੰਦੇ ਨੇ, ਇਹ ਮੈਨੂੰ ਕਿਸ ਵੇ ਨਾਲ ਦੇਖਣਾ ਚਾਹੁੰਦੇ ਨੇ। ਮੈਂ ਹੈਰਾਨ ਹੁੰਦਾ ਸੀਗਾ ਉਹਨਾਂ ਵੱਲ ਦੇਖ ਕੇ ਜਦੋਂ ਉਹ ਮੈਨੂੰ ਕੋਈ ਸੀਨ ਸਮਝਾ ਰਹੇ ਆ ਜਾਂ ਕਰਕੇ ਦਿਖਾ ਰਹੇ ਆ, ਇਸ ਅੰਦਰ ਦੇ ਵਿੱਚ ਇਸ ਬੰਦੇ ਦੇ ਅੰਦਰ ਉਹ ਕਰੈਕਟਰ ਜ਼ਿਆਦਾ ਵੜਿਆ ਹੋਇਆ। ਮੈਂ ਉਹਦਾ 50% ਵੀ ਕੀਤਾ ਉਹ ਵੀ ਤੁਹਾਨੂੰ ਕਾਫੀ ਲੱਗਣਾ, ਕਿਉਂਕਿ ਜੋ ਡਾਇਰੈਕਟਰ ਸਾਹਿਬ ਨੇ ਮੇਰੇ ਤੋਂ ਕਢਾਇਆ ਉਹ ਮੈਂ ਖੁਦ ਵੀ ਐਕਸਪੈਕਟ ਨਹੀਂ ਕੀਤਾ ਕਿ ਮੈਂ ਇਹ ਕੁਛ ਕਰ ਸਕਦਾ, ਏਦਾਂ ਕਰ ਸਕਦਾ। ਜਿੱਥੋਂ ਤੱਕ ਤਿਆਰੀ ਦੀ ਗੱਲ ਹੈ, ਹਾਂ ਮੈਨੂੰ ਬਹੁਤ ਸਾਰਾ ਕੁਛ ਮੈਨੂੰ ਪੜ੍ਹਨਾ ਵੀ ਪਿਆ ਇਹਦੇ ਬਾਰੇ, ਗਿੱਲ ਸਾਹਿਬ ਦੇ ਨਾਲ ਬੈਠਣਾ ਵੀ ਪਿਆ ਆਪਣੇ ਇਤਿਹਾਸ ਬਾਰੇ ਸਾਰਾ ਕੁਛ। ਉਹ ਲੋਕ ਕਿਹੋ ਜਿਹੇ ਹੁੰਦੇ ਹੋਣਗੇ 1947 ਚ, ਉਹ ਲੋਕ 1846 ਕਿਹੋ ਜਿਹੇ ਹੁੰਦੇ ਹੋਣਗੇ, ਉਹ ਲਹਿਰਾਂ ਕੀ ਸੀ ਜਦੋਂ ਦੇਸ਼ ਦੀ ਵੰਡ ਹੋਈ ਸੀ, ਲੋਕਾਂ ਦੇ ਜਜ਼ਬੇ ਕੀ ਸੀ, ਉਸ ਤੋਂ ਬਾਅਦ ਜਿਹੜੇ ਅਵੇਸਲੇ ਨੇ ਆਪਣੇ ਫਰਜ਼ਾਂ ਤੋਂ ਉਹਨਾਂ ਦਾ ਮਾਈਂਡਸੈਟ ਕੀ ਹੋਊਗਾ। ਮੈਨੂੰ ਕਿੰਨਾ ਕੁਛ ਇਸ ਚੀਜ਼ ਨੂੰ ਮੈਨੂੰ ਦੇਖਣਾ ਪਿਆ, 1 ਸਾਲ ਲੱਗਿਆ ਪੂਰਾ ਇਹ ਫਿਲਮ ਬਣਾਉਣ ਨੂੰ, ਇਹ ਤਾਂ ਅਦਰਵਾਈਜ਼ 4 ਮਹੀਨੇ ਚ ਫਿਲਮ, ਪੰਜਾਬੀ ਫਿਲਮ ਬਣਾ ਕੇ ਬਹੁਤ ਮਾਰਦੇ ਨੇ, ਰਿਲੀਜ਼ ਹੋ ਜਾਂਦੀ ਹੈ, 2 ਫਿਲਮਾਂ ਅੱਗੇ ਮੇਰੀਆਂ ਬਣੀਆਂ ਪਈਆਂ, ਇਦੋਂ ਬਾਅਦ ਮੈਂ 2 ਫਿਲਮਾਂ ਹੋਰ ਕਰਨੀਆਂ ਇਸ਼ਕ ਬ੍ਰਾਂਡੀ ਔਰ ਮੁੰਡਿਆਂ ਤੋਂ ਬਚ ਕੇ ਰਹੀ, ਉਹਨਾਂ ਨੂੰ ਵੱਧ ਤੋਂ ਵੱਧ 3-3, 4-4 ਮਹੀਨੇ ਦੇ ਵਿੱਚ ਉਹ ਫਿਲਮਾਂ ਬਣ ਕੇ ਉਹ ਗਈਆਂ। ਪਰ ਜਿਹੜਾ ਵੱਡਾ ਸਬਜੈਕਟ ਉਹਨਾਂ ਨੂੰ ਟਾਈਮ ਵੀ ਜ਼ਿਆਦਾ ਲੱਗਦਾ, ਪੂਰਾ 1 ਸਾਲ ਦਾ ਸਮਾਂ ਲੱਗਿਆ ਇਸ ਫਿਲਮ ਨੂੰ ਬਣਾਉਣ ਲਈ। ਬਿਲਕੁਲ ਜੀ ਬਿਲਕੁਲ, ਤੇ ਇਹੀ ਅਸੀਂ ਅਰਦਾਸ ਕਰਦੇ ਹਾਂ ਕਿ ਇਹ ਤੁਹਾਡਾ ਜਿਹੜਾ ਇੰਨਾ ਟਾਈਮ ਤੁਸੀਂ ਲਾਇਆ, ਤੁਹਾਡੀ ਮਿਹਨਤ ਨੂੰ ਜੀ ਫਲ ਜ਼ਰੂਰ ਮਿਲੂਗਾ। ਤੇ ਬਾਕੀ ਲਿਸਨਰ ਦੇ ਹੋਰ ਵੀ ਮੇਰੇ ਕੋਲੇ ਮੈਸੇਜ ਪਹੁੰਚ ਰਹੇ ਨੇ। ਪਰਮਿੰਦਰ ਜੀ ਦਾ ਮੈਸੇਜ ਆਇਆ ਸੀਗਾ, ਕਹਿੰਦੇ ਸਤਿ ਸ੍ਰੀ ਅਕਾਲ ਵੀਰ ਜੀ ਆਪ ਜੀ ਨੂੰ ਤੇ ਰੋਸ਼ਨ ਪ੍ਰਿੰਸ ਵੀਰ ਜੀ ਨੂੰ, ਤੇ ਮੈਂ ਵੀ ਹੁਸ਼ਿਆਰਪੁਰ ਦੁਆਬਾ ਤੋਂ ਹੀ ਬਿਲੋਂਗ ਕਰਦਾ ਹਾਂ, ਤੇ ਬਾਕੀ ਆਪ ਜੀ ਦੀ ਮੂਵੀ ਲਈ ਬੈਸਟ ਆਫ ਲੱਕ ਵੀਰ ਜੀ, ਲਵ ਯੂ ਟੂ। ਤੇ ਕਹਿੰਦੇ ਸਾਰੇ ਵੀਰਾਂ ਨੂੰ ਕਹਿੰਦੇ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ, ਤੇ ਕਹਿੰਦੇ ਮੈਂ ਤਾਂ ਮੂਵੀ ਜ਼ਰੂਰ ਦੇਖ ਕੇ ਆਊਂਗਾ ਤੇ ਨਾਲ ਆਪਣੀ ਸਾਰੀ ਫੈਮਿਲੀ ਨੂੰ ਵੀ ਜ਼ਰੂਰ ਲੈ ਕੇ ਜਾਣਾ ਜੀ ਕਹਿੰਦੇ। ਬਹੁਤ ਅੱਛੀ ਗੱਲ ਹੈ ਜੀ, ਫੈਮਿਲੀ ਨੂੰ ਲਿਜਾਣਾ ਚਾਹੀਦਾ, ਆਪਣੇ ਬੱਚਿਆਂ ਨੂੰ ਲਿਜਾਣਾ ਚਾਹੀਦਾ, ਖਾਸ ਤੌਰ ਤੇ ਵਿਦੇਸ਼ਾਂ ਜਿਹੜੇ ਮੇਰੇ ਵੀਰ ਬੈਠੇ ਆ ਉਹ ਜ਼ਰੂਰ ਆਪਣੇ ਬੱਚਿਆਂ ਨੂੰ ਲੈ ਕੇ ਜਾਣ, ਤਾਂ ਕਿ ਕੋਈ ਨਾ ਕੋਈ ਗੱਲ ਸਿੱਖਣ ਨੂੰ ਮਿਲੇ ਆਪਣੀ ਕੌਮ ਦੀ। ਤੁਸੀਂ ਉੱਥੇ ਨੂੰ ਰਸ ਜਦੋਂ ਫਿਲਮ ਦੇਖਣਗੇ ਪੱਕਾ ਬੱਚੇ ਤੁਹਾਡੇ ਤੋਂ ਪੁੱਛਣਗੇ ਗੱਡੀ ਚ ਜਾਂਦੇ ਜਾਂਦੇ ਪਾਪਾ ਉਹ ਕੀ ਚੀਜ਼ ਸੀ, ਫਿਰ ਜਦੋਂ ਤੁਸੀਂ ਦੱਸੋਗੇ ਤੁਹਾਨੂੰ ਵੀ ਚੰਗਾ ਲੱਗੂਗਾ ਕਿ ਹਾਂ
ਪੰਜਾਬੀ ਦੇ ਨਾਲ ਸਾਡੇ ਬੱਚੇ ਜੁੜੇ ਨੇ, ਪੰਜਾਬੀ ਪੰਜਾਬੀ ਲੈਂਗੁਏਜ ਦੇ ਨਾਲ ਜੋੜੋ ਉਹਨਾਂ ਨੂੰ, ਚੰਗੀਆਂ ਫਿਲਮਾਂ ਦੇ ਨਾਲ ਜੋੜੋ, ਕਾਮੇਡੀ ਫਿਲਮਾਂ ਵੀ ਦੇਖ ਕੇ ਆਓ, ਪਰ ਇਹੋ ਜਿਹਾ ਸਬਜੈਕਟ ਜ਼ਰੂਰ ਦੇਖਿਓ। ਬਿਲਕੁਲ ਜੀ, ਤੇ ਅਗਲਾ ਮੈਸੇਜ ਵੀ ਮੇਰੇ ਕੋਲ ਪਹੁੰਚਿਆ ਪ੍ਰੀਤ ਕੌਰ ਜੀ ਦਾ ਆਇਆ। ਸੋ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਰੋਸ਼ਨ ਪ੍ਰਿੰਸ ਜੀ ਨੂੰ, ਮੈਂ ਤਾਂ ਬਹੁਤ ਵੱਡੀ ਫੈਨ ਹਾਂ ਤੁਹਾਡੀ ਜੀ, ਤੇ ਤੁਹਾਡੀਆਂ ਜਿੰਨੀਆਂ ਵੀ ਮੂਵੀਆਂ ਆਈਆਂ ਮੈਂ ਸਾਰੀਆਂ ਦੇਖਿਆ, ਤੇ ਕਿਰਪਾਨ ਮੂਵੀ ਲਈ ਬੈਸਟ ਆਫ ਲੱਕ ਆ, ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ। ਸੋ ਇਹਨਾਂ ਦਾ ਮੈਸੇਜ ਆਇਆ ਸੀਗਾ ਪ੍ਰੀਤ ਕੌਰ ਜੀ ਦਾ, ਤੇ ਨਾਲ ਹੀ ਨਾਲ ਮੀਨਾਕਸ਼ੀ ਸ਼ਰਮਾ ਜੀ ਦਾ ਜੀ। ਦੋਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਪ੍ਰੀਤ ਜੀ, ਮੀਨਾਕਸ਼ੀ ਜੀ, ਥੈਂਕ ਯੂ ਸੋ ਮਚ। ਤੁਸੀਂ ਸਾਰੇ ਆਰਟਿਸਟਾਂ ਨੂੰ ਇੰਨਾ ਪਿਆਰ ਦਿੰਦੇ ਹੋ, ਮੈਨੂੰ ਇੰਨਾ ਪਿਆਰ ਦਿੰਦੇ ਹੋ, ਗਾਣੇ ਨੂੰ ਇੰਨਾ ਪਿਆਰ, ਪਰਮਾਤਮਾ ਚੜ੍ਹਦੀ ਕਲਾ। ਪ੍ਰਿੰਸ ਜੀ, ਇੱਕ ਸਪੈਸ਼ਲੀ ਮੈਸੇਜ ਆਇਆ ਮੇਰੇ ਕੋਲ ਹੁਣ ਤੁਹਾਡੀ ਮੂਵੀ ਨਾਲ ਰਿਲੇਟਡ ਜੀ, ਆਪਣੇ ਗੁਰਪ੍ਰੀਤ ਜੀ ਦਾ ਫਰੋਮ ਯੂਕੇ ਤੋਂ, ਤੇ ਇਹ ਕਾਫੀ ਅੱਛੀ ਨੇ ਸਮਝਦੇ ਸਾਡੇ। ਸੋ ਪਹਿਲਾਂ ਤਾਂ ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈਆ ਜੀ ਆਪਾਂ ਸਾਰਿਆਂ ਨੂੰ, ਤੇ ਕਹਿੰਦੇ ਰੋਸ਼ਨ ਪ੍ਰਿੰਸ ਵੀਰ ਜੀ, ਜਦੋਂ ਮੈਂ ਤੁਹਾਡੀ ਮੂਵੀ ਦਾ ਜੀ ਟ੍ਰੇਲਰ ਦੇਖਿਆ ਸੀਗਾ ਜੀ, ਤੇ ਜਿਵੇਂ ਤੁਹਾਡੇ ਡਾਇਲੋਗਸ ਹੈਗੇ ਆ ਜਾਂ ਜਿਵੇਂ ਵਿੱਚ ਸੀਨ ਦਿਖਾਏ ਗਏ, ਕਹਿੰਦੇ ਜੀ ਮੈਨੂੰ ਬਹੁਤ ਲੱਗਿਆ ਦਿਲ ਨੂੰ ਵੀ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ, ਕਿਉਂਕਿ ਜੀ ਕਹਿੰਦੇ ਮੈਂ ਬਹੁਤ ਸਾਰੇ ਚੈੱਕ ਕਰਦਾ ਹੁੰਦਾ ਵੀ ਕੋਈ ਟ੍ਰੇਲਰ ਕਿਵੇਂ ਆ ਰਹੇ ਕਿਵੇਂ ਨਹੀਂ, ਵੀ ਕਹਿੰਦੇ ਮੂਵੀ ਵੇਖਣ ਦਾ ਮੈਨੂੰ ਕੋਈ ਸ਼ੌਂਕ ਨੀ ਹੈਗਾ ਇੰਨਾ, ਬਟ ਮੈਂ ਜਦੋਂ ਟ੍ਰੇਲਰ ਦੇਖਿਆ ਮੇਰੇ ਦਿਲ ਨੂੰ ਇੱਕੋਦਮ ਫੀਲਿੰਗ ਹੋਈ ਵੀ ਜਿਹੜੀ ਮੂਵੀ ਮੈਨੂੰ ਜ਼ਰੂਰ ਦੇਖਣੀ ਚਾਹੀਦੀ ਹੈ। ਬਾਕੀ ਕਹਿੰਦੇ ਵੀਰ ਜੀ ਮੈਂ ਇਹਦੇ ਵਾਲ ਕੱਟੇ ਹੋਏ ਨੇ, ਮੈਂ ਮੂਨਾ ਹੈਗਾ, ਤੇ ਪਰ ਮੇਰੇ ਅੰਦਰ ਵੀ ਹੁਣ ਥੋੜਾ ਜੋਸ਼ ਜਿਹਾ ਜ਼ਰੂਰ ਜਾਗੀ ਜਾਂਦਾ ਕਿ ਮੈਂ ਵੀ ਸਿੱਖ ਬਣਾ, ਸਰਦਾਰ ਬਣਾ, ਤੇ ਬਾਕੀ ਕਹਿੰਦੇ ਜੀ ਗਾਣਾ ਮੇਰੇ ਲਈ ਪਲੀਜ਼ ਜ਼ਰੂਰ ਗਾ ਦਿਓ, ਅਸੀਂ ਸਰਦਾਰ ਹੁੰਦੇ ਹਾਂ, ਕਿਉਂਕਿ ਕਹਿੰਦੇ ਸੌਂਗ ਵੀ ਮੈਨੂੰ ਬਹੁਤ ਸੋਹਣਾ ਲੱਗਿਆ ਜੀ। ਥੈਂਕ ਯੂ ਸੋ ਮਚ। ਦੇਖੋ ਉਹ ਗੱਲ ਨਹੀਂ ਹੈ ਕਿ ਤੁਹਾਡੇ ਵਾਲ ਕੱਟੇ ਹੋਏ ਨੇ ਜਾਂ ਕੁਛ ਏਦਾਂ, ਤੁਹਾਡੇ ਅੰਦਰ ਜਜ਼ਬਾ ਹੈ, ਵਾਲ ਮੇਰੇ ਵੀ ਕੱਟੇ ਹੋਏ ਨੇ ਪਰ ਮੈਂ ਕਰੈਕਟਰ ਪਲੇ ਕੀਤਾ। ਆਰਟਿਸਟ ਉਹ ਹੁੰਦਾ ਜਿਹੜਾ ਹਰ ਤਰ੍ਹਾਂ ਦਾ ਕਰੈਕਟਰ ਜਿਹੜਾ ਪਲੇ ਕਰੇ। ਅਸੀਂ ਸਰਦਾਰ ਹੁਣ ਫਿਲਮ ਦਾ ਇੱਕ ਬਹੁਤ ਅਹਿਮ ਗਾਣਾ ਹੈ ਜਿਹੜਾ ਕਲਾਈਮੈਕਸ ਤੋਂ ਬਾਅਦ ਜਦੋਂ ਨੰਬਰਿੰਗ ਚੱਲਦੀ ਹੈ ਉਦੋਂ ਇਹ ਦਿਖਾਇਆ ਜਾਏਗਾ ਇਹ ਗਾਣਾ, ਔਰ ਗੁਰੂ ਸਾਹਿਬਾਨ ਦੀ ਦੇਣ ਹੈ, ਇਹ ਵਧੀਆ ਫਿਲਮ ਹੈਗੀ ਹੈ। ਉਹ ਮੈਂ ਤੁਹਾਨੂੰ ਦੋ ਲਾਈਨਾਂ ਉਸ ਗਾਣੇ ਦੀ ਸੁਣਾ ਦਿੰਦਾ ਜੀ। ਜ਼ਮੀਨ ਕਰ ਦੇ ਜ਼ਮੀਨ ਸਹਿੰਦੇ ਰਾਜ਼ੀ ਰੱਬ ਦੀ ਰਜ਼ਾ ਚ ਰਹਿੰਦੇ, ਜ਼ਮੀਨ ਕਰ ਦੇ ਜ਼ਮੀਨ ਸਹਿੰਦੇ ਰਾਜ਼ੀ ਰੱਬ ਦੀ ਰਜ਼ਾ ਚ ਰਹਿੰਦੇ, ਹੱਕ ਸੱਚ ਲਈ ਉੱਠਦੀ ਉਹ ਤਲਵਾਰ ਹੁੰਦੇ ਆ, ਜਾਣ ਲੈ ਦੁਨੀਆਂ ਸਾਰੀ ਅਸੀਂ ਸਰਦਾਰ ਹੁੰਦੇ ਆ, ਉਹ ਜਾਣ ਲੈ ਦੁਨੀਆਂ ਸਾਰੀ ਅਸੀਂ ਸਰਦਾਰ ਹੁੰਦੇ ਆ। ਮੈਨੂੰ ਇੱਕ ਚੀਜ਼ ਇਸ ਫਿਲਮ ਦੇ ਦੌਰਾਨ ਕਮੀ ਜਿਹੜੀ ਰਹਿ ਗਈ ਮੈਨੂੰ, ਕਿਉਂਕਿ ਸੱਚਾ ਸੁੱਚਾ ਹੋਣਾ ਬਹੁਤ ਜ਼ਰੂਰੀ ਹੈ, ਮੈਂ ਆਰਟਿਸਟ ਹਾਂ, ਮੈਨੂੰ ਫਿਲਮ ਦੀਆਂ ਚੰਗੀਆਂ ਗੱਲਾਂ ਵੀ ਪਤਾ। ਮੇਰੇ ਤੋਂ ਜਿਹੜੀ ਕਮੀ ਰਹਿ ਗਈ ਉਹ ਇਹ ਹੈ ਕਿ ਮੈਨੂੰ ਇੰਨਾ ਟਾਈਮ ਨਹੀਂ ਮਿਲਿਆ ਕਿ ਮੈਂ ਜਿਹੜੇ ਕਲਾਈਮੈਕਸ ਵਾਲੇ ਸੀਨ ਜਿਹਦੇ ਵਿੱਚ ਦਾੜੀ ਵਧਾ ਕੇ ਪੱਗ ਬੰਨਣੀ ਸੀ, ਉਹ ਸਾਰਾ ਕੁਛ ਜੇ ਮੈਨੂੰ ਕਿਤੇ ਉਹ ਅਸਲੀ ਹੋ ਜਾਂਦਾ ਸਾਰਾ ਕੰਮ ਤਾਂ ਹੋਰ ਵੀ ਜ਼ਿਆਦਾ ਸਵਾਦ ਹੋਣਾ ਸੀ ਉਸ ਚੀਜ਼ ਦਾ। ਬਸ ਉਹ ਇੱਕ ਕਮੀ ਰਹਿ ਗਈ ਕਿ ਮੈਨੂੰ ਦਾੜੀ ਲਾਉਣੀ ਪਈ, ਪਰ ਉਹ ਹੈਗਾ ਸਿਰਫ 8 ਜਾਂ 10 ਮਿੰਟ ਦਾ ਉਹ ਸੀਕੁਐਂਸ ਹੈ, ਉਸ ਤੋਂ ਪਹਿਲਾਂ ਤਾਂ ਸਾਰਾ ਕੁਛ ਉਹਦਾ ਚੇਂਜ ਓਵਰ ਜਿਹੜਾ ਉਸ ਕਰੈਕਟਰ ਤੋਂ ਸੀ। ਨਹੀਂ ਬਿਲਕੁਲ, ਬਹੁਤ ਸਾਰੀਆਂ ਮਜਬੂਰੀਆਂ ਹੁੰਦੀਆਂ ਨੇ ਕਿ ਸਵੇਰੇ ਤੁਸੀਂ ਮੰਨ ਲਓ ਸ਼ੂਟਿੰਗ, ਕਿਉਂਕਿ ਪੰਜਾਬੀ ਫਿਲਮਾਂ ਦਾ ਬਜਟ ਵੀ ਇੰਨਾ ਜ਼ਿਆਦਾ ਨਹੀਂ ਦਿੰਦੇ ਪ੍ਰੋਡਿਊਸਰਸ ਨੂੰ, ਪ੍ਰੋਡਿਊਸਰਸ ਕਿ ਤੁਸੀਂ 2-3-4 ਮਹੀਨੇ ਵੇਟ ਕਰ ਸਕੋ ਉਸ ਕਰੈਕਟਰ ਦੇ ਵਿੱਚ ਦੁਬਾਰਾ ਆਉਣ ਦੀ। ਹੁਣ ਸਵੇਰੇ ਕੋਈ ਸੀਨ ਇੰਟਰਵਲ ਤੋਂ ਪਹਿਲਾਂ ਦਾ ਸ਼ੂਟ ਹੋਣਾ, ਸ਼ਾਮ ਨੂੰ ਕਲਾਈਮੈਕਸ ਦਾ ਸ਼ੂਟ ਹੋਣਾ, ਤਾਂ 2 ਘੰਟੇ ਦੇ ਵਿੱਚ ਉਹ ਸਾਰਾ ਕੁਛ ਉਹ ਗੈਟਅਪ ਲੈਣਾ ਬਹੁਤ ਔਖਾ ਹੋ ਜਾਂਦਾ। ਤੇ ਇੱਥੇ ਇੱਕ ਜ਼ਰੂਰ ਇੱਕ ਕਮੀ ਰਹੀ ਹੈ, ਪਰ ਮੈਨੂੰ ਲੱਗਦਾ ਕਿ ਖੁੱਲੇ ਦਿਲ ਦੇ ਪੰਜਾਬੀ ਨੂੰ ਐਕਸੈਪਟ ਕਰਨਗੇ, ਭਾਵਨਾ ਨੂੰ ਸਮਝਣਗੇ, ਸਬਜੈਕਟ ਨੂੰ ਸਮਝਣਗੇ, ਕੰਟੈਂਟ ਨੂੰ ਸਮਝਣਗੇ। ਨਹੀਂ ਬਿਲਕੁਲ ਜੀ, ਇਸ ਗੱਲ ਦਾ ਜਦੋਂ ਇਸ਼ੂ ਵੀ ਬਣਿਆ ਸੀ ਤਾਂ ਮੈਂ ਵੈਸੇ ਮੇਰੇ ਜਿੱਥੇ ਤੱਕ ਮੇਰੇ ਦਿਮਾਗ ਚ ਆਉਂਦੀ ਬਹੁਤ ਲੋਕਾਂ ਨੇ ਸਾਥ ਵੀ ਦਿੱਤਾ ਸੀ। ਫੇਸਬੁੱਕ ਤੇ ਤੁਹਾਨੂੰ ਪਤਾ ਅੱਜ ਕੱਲ ਹਰ ਤਰ੍ਹਾਂ ਦੇ ਓਪੀਨੀਅਨ ਆਉਂਦੇ ਆ, ਤੇ ਇਸ ਗੱਲ ਦਾ ਇਸ਼ੂ ਜੇ ਥੋੜਾ ਜਿਹਾ ਉੱਠੇ ਸੀ ਤੇ ਮੈਂ ਦੇਖਿਆ, ਪਰ ਵਾਈਡ ਜਾਨੀ ਕਿ ਇੱਕ ਆਰਟਿਸਟ ਦੇ ਤੌਰ ਤੇ ਸਪੋਰਟ ਬਹੁਤ ਕੀਤੀ ਹੈ ਲੋਕਾਂ ਨੇ ਤੁਹਾਡੀ ਇਸ ਗੱਲ ਚ ਕਿ ਤੁਸੀਂ ਇਸ ਗੱਲ ਨੂੰ ਚੱਕਿਆ, ਤੇ ਚਲੋ ਕੋਈ ਗੱਲ ਨੀ ਜੀ, ਹਰ ਤਰ੍ਹਾਂ ਦੇ ਵਿਚਾਰ ਉਹਨਾਂ ਦੇ ਸਿਰ ਮੱਥੇ ਦਰਸ਼ਕ ਬਣਦਾ, ਕਿਉਂਕਿ ਆਡੀਅੰਸ ਨੇ ਬਹੁਤ ਵਿਸ਼ਵਾਸ ਮੇਰੇ ਤੇ ਜਤਾਇਆ। ਮੇਰਾ ਇਹ ਫਰਜ਼ ਬਣਦਾ ਕਿ ਜੋ ਇਹਦੀ ਰਿਐਲਿਟੀ ਸਾਹਮਣੇ ਰੱਖਾਂ, ਕਿਉਂਕਿ ਮੈਨੂੰ ਵੀ ਬਹੁਤ ਸਾਰੇ ਮੈਸੇਜਸ ਆਉਂਦੇ ਰਹਿੰਦੇ ਹਨ ਵੀ ਯਾਰ ਜੇ ਕਿਤੇ ਦਾੜੀ ਅਸਲੀ ਹੁੰਦੀ ਤਾਂ ਹੋਰ ਵੀ ਨਜ਼ਾਰਾ ਆ ਜਾਂਦਾ, ਹੋਰ ਵੀ ਮਜ਼ਾ ਆ ਜਾਂਦਾ ਸਾਰਾ ਕੁਛ। ਪਹਿਲੀ ਗੱਲ ਤਾਂ ਇਹ ਕਿ ਕਿਰਪਾਨ ਦੇ ਨਾਲ ਜੁੜੇ ਤਾਂ ਖੈਰ ਲੋਕ ਹਨਾ, ਦੂਸਰੀ ਗੱਲ ਇਹ ਹੈ ਕਿ ਉਹਦੇ ਵਿੱਚ ਮਜਬੂਰੀਆਂ ਨੇ ਆਰਟਿਸਟ ਦੀਆਂ ਵੀ, ਸਿਨੇਮਾ ਦੀਆਂ ਵੀ। ਹੁਣ ਸਵੇਰੇ ਤੁਸੀਂ ਇੰਟਰਵਲ ਤੋਂ ਪਹਿਲਾਂ ਦਾ ਸੀਨ ਸ਼ੂਟ ਕਰਨਾ, ਸ਼ਾਮ ਨੂੰ ਕਲਾਈਮੈਕਸ ਵਾਲਾ ਸੀਨ ਸ਼ੂਟ ਕਰਨਾ ਜਿਹਦੇ ਵਿੱਚ ਦਾੜੀ ਵਧੀ ਹੋਣੀ ਚਾਹੀਦੀ ਹੈ, ਪੱਗ ਬੰਨਣੀ ਹੈ, ਮੈਂ 2 ਘੰਟੇ ਚ ਮੈਂ ਦਾੜੀ ਨਹੀਂ ਵਧਾ ਸਕਦਾ, ਉਹਦੇ ਵਾਸਤੇ ਮੈਨੂੰ ਕਰਨਾ ਹੀ ਪਏਗਾ, ਮੈਂ ਚਾਹਵਾਂ ਜਾਂ ਨਾ ਚਾਹਵਾਂ। ਹੁਣ ਮੇਰੇ ਕੋਲ ਦਾੜੀ ਨਹੀਂ ਹੁੰਦੀ, ਵਧਾਈ ਸਕਦਾ ਮੈਂ ਵੀ 2-3 ਮਹੀਨੇ ਮੈਂ ਵੀ ਵਧਾ ਸਕਦਾ, ਪਰ ਉਸ ਟਾਈਮ ਉਹ ਮਜਬੂਰੀ ਹੁੰਦੀ ਹੈ।
ਔਰ ਪੰਜਾਬੀ ਉਸ ਚੀਜ਼ ਨੂੰ ਸਮਝਦੇ ਸਿਨੇਮਾ ਦੀ ਲਿਬਰਟੀ ਹੁੰਦੀ ਹੈ ਵੱਡੇ ਵੱਡੇ ਕਲਾਕਾਰ ਜਿਹੜੇ ਨੇ ਉਹ ਇਹ ਯੂਜ਼ ਕਰਦੇ ਨੇ ਪਰ ਕਰੈਕਟਰ ਜਿਹੜਾ ਹੈ ਉਹ ਤਾਂ ਉਹ ਨਿਭਾਉਣਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਕੰਟੈਂਟ ਦੇ ਬਰਾਬਰ ਜਾਣਾ ਔਰ ਉਸ ਭਾਵਨਾ ਨੂੰ ਲੈ ਕੇ ਉਸ ਤਰੀਕੇ ਨਾਲ ਕਰੈਕਟਰ ਨੂੰ ਨਿਭਾ ਜਾਣਾ ਉਹ ਵੱਡੀ ਗੱਲ ਹੁੰਦੀ ਹੈ ਬਿਲਕੁਲ ਜੀ ਇਹ ਤਾਂ ਤੇ ਇੱਕ ਮੈਸੇਜ ਆਇਆ ਜੀ ਸਾਡੇ ਕੋਲ ਸੰਦੀਪ ਕੌਰ ਜੀ ਦਾ ਇਹਨਾਂ ਨੇ ਕਿਹਾ ਜੀ ਸਾਨੂੰ ਬਹੁਤ ਪਸੰਦ ਆਇਆ ਤੁਹਾਡਾ ਸ਼ੋ ਜਿਹੜਾ ਤੁਸੀਂ ਹੋਸਟ ਕੀਤਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਤੇ ਰੋਸ਼ਨ ਪ੍ਰਿੰਸ ਜੀ ਲਈ ਮੈਸੇਜ ਕੀਤਾ ਇਹਨਾਂ ਨੇ ਕਹਿੰਦੇ ਜੀ ਤੁਹਾਡੇ ਗਾਣਿਆਂ ਨੂੰ ਬਹੁਤ ਪਸੰਦ ਕਰਦੇ ਆ ਤੇ ਉਮੀਦ ਕਰਦੇ ਆ ਕਿ ਇਹ ਫਿਲਮ ਲਈ ਤੁਹਾਡੀ ਕਾਮਯਾਬ ਹੋਵੇ ਜੀ ਥੈਂਕ ਯੂ ਸੋ ਮਚ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸੰਗੀਤ ਜੀ ਹਾਂਜੀ ਤੇ ਨੈਕਸਟ ਜੀ ਆਪਣੇ ਕੋਲ ਹੁਣ ਇੱਕ ਮੈਂ ਰਿਕੁਐਸਟ ਇਹ ਹੈ ਸਾਡੇ ਦਰਸ਼ਕ ਸਾਰੇ ਕਹਿ ਰਹੇ ਵੀ ਇੱਕ ਗਾਣਾ ਫਿਲਮ ਦੇ ਵਿੱਚੋਂ ਜ਼ਰੂਰ ਸੁਣਾਇਆ ਜਾਵੇ ਤੇ ਆਪਾਂ ਇੱਕ ਮੈਂ ਹੁਣ ਸੋਚਦਾ ਕਿ ਰੋਸ਼ਨ ਪ੍ਰਿੰਸ ਜੀ ਦੇ ਗਾਣੇ ਤੋਂ ਇਲਾਵਾ ਇੱਕ ਗਾਣਾ ਜੀ ਭਿੱਜੇ ਭਿੱਜੇ ਨੈਣ ਮਾਸਟਰ ਸਲੀਮ ਜੀ ਦਾ ਹੀ ਗਾਣਾ ਜੀ ਇਹ ਤੇ ਫਿਲਮ ਦੇ ਵਿੱਚੋਂ ਹੀ ਹੈ ਤੇ ਆਪਾਂ ਇਹ ਪਲੇ ਕਰਕੇ ਆਉਂਦੇ ਹਾਂ ਆਪਣੇ ਦਰਸ਼ਕਾਂ ਲਈ ਤੇ ਦਰਸ਼ਕੋ ਵਾਪਸ ਆਉਂਦੇ ਹਾਂ ਤੁਹਾਡੇ ਨਾਲ ਤੇ ਦੁਬਾਰਾ ਜੁੜਦੇ ਹਾਂ ਜੀ ਤੇ ਆਪਾਂ ਰੋਸ਼ਨ ਪ੍ਰਿੰਸ ਜੀ ਤੋਂ ਤੁਹਾਡੇ ਸਾਰਿਆਂ ਲਈ ਇੱਕ ਮੈਸੇਜ ਜਾਂ ਸੰਦੇਸ਼ ਉਹ ਵੀ ਗੱਲਾਂ ਕਰਾਂਗੇ ਤੇ ਮਿਲਦੇ ਹਾਂ ਜੀ ਸੌਂਗ ਤੋਂ ਬਾਅਦ ਜੁੜੇ ਰਹੋ ਤੁਹਾਡੇ ਆਪਣੇ ਦੇਸੀ ਵਰਲਡ ਰੇਡੀਓ ਦੇ ਨਾਲ Downloaded from Jet.fm. Jet.fm.
ਭਿੱਜੇ ਭਿੱਜੇ ਨੈਣ ਤੇ ਬਹੁਤ ਪਿਆਰਾ ਗਾਣਾ ਸੀ, ਮੈਨੂੰ ਲੱਗਦਾ ਦਰਸ਼ਕਾਂ ਨੇ ਪਸੰਦ ਵੀ ਕੀਤਾ ਹੋਊਗਾ। ਤੇ ਆਪਣੇ ਨਾਲ ਪਹਿਲਾਂ ਤਾਂ ਵੀ ਰੋਸ਼ਨ ਪ੍ਰਿੰਸ ਜੀ ਜੁੜੇ ਨੇ, ਫਿਲਮ ਦੀ ਗੱਲਬਾਤ ਚੱਲ ਰਹੀ ਹੈ ਕਿਰਪਾਨ ਦੀ, ਤੇ ਆਪਾਂ ਹੁਣ ਥੋੜੀਆਂ ਹੋਰ ਵੀ ਗੱਲਾਂ ਬਾਤਾਂ ਆਪਾਂ ਭਾਜੀ ਨਾਲ ਕਰਾਂਗੇ। ਤੇ ਰੋਸ਼ਨ ਪ੍ਰਿੰਸ ਜੀ, ਜਿੱਦਾਂ ਤੁਸੀਂ ਕਿਹਾ ਕਿ ਇਸ਼ਕ ਬਰਾਂਡੀ ਜਾਂ ਹੋਰ ਕਾਮੇਡੀ ਟਾਈਪ ਫਿਲਮਾਂ ਵੀ ਬਿਲਕੁਲ ਨਾਲ ਆ ਰਹੀਆਂ, ਤੇ ਫਿਊਚਰ ਪ੍ਰੋਜੈਕਟਸ ਬਾਰੇ ਕੋਈ ਜਾਣਕਾਰੀ ਦਊ ਸਾਨੂੰ ਵੀ ਕਿੱਦਾਂ ਹੈ? ਦੇਖੋ, ਮੈਂ ਰੈਗੂਲਰ ਕੰਮ ਕਰਨ ਵਾਲਾ ਬੰਦਾ, ਮੇਰੀ ਹੁਣੇ 2 ਮਹੀਨੇ ਪਹਿਲਾਂ ਐਲਬਮ ਰਿਲੀਜ਼ ਹੋਈ ਹੈ ਡਿਸਟ੍ਰਿਕਟ ਸੰਗਰੂਰ, ਤੇ ਉਹਦੇ ਗਾਣੇ ਵੀ ਚੈਨਲ ਤੇ ਚੱਲ ਰਹੇ ਨੇ। ਸੰਗਰੂਰ ਆ ਜਾਂ ਲੱਕੜੀ ਦਾ ਫੋੜ, ਆਪਣੇ ਬਚਪਨ ਨੂੰ ਯਾਦ ਕਰਦੇ, ਉਹ ਹਰ ਬੰਦੇ ਨੂੰ ਆਪਣੇ ਬਚਪਨ ਨਾਲ ਬਹੁਤ ਪਿਆਰ ਹੁੰਦਾ। ਲੱਕੜੀ ਦਾ ਫੋੜ ਮੈਂ ਸੋਚਿਆ ਸੀਗਾ ਕਿ ਇਹੋ ਜਿਹਾ ਗਾਣਾ ਕਰੂੰਗਾ ਜਿੱਥੇ ਮਤਲਬ ਜੋ ਅਸੀਂ ਬਚਪਨ ਚ ਕੀਤਾ ਸਾਰਾ ਕੁਛ ਯਾਦ ਆਵੇ। ਔਰ ਉਸ ਤੋਂ ਬਾਅਦ ਇੱਕ ਵਹਿਮ ਗਾਣਾ ਮੈਂ ਕੀਤਾ ਸੀਗਾ, ਉਹ ਵੀ ਉਹਦਾ ਵੀਡੀਓ ਕਾਫੀ ਸਲਾਹਿਆ ਗਿਆ ਸੀ ਸਾਰੇ ਪਾਸੇ। ਰੈਗੂਲਰ ਕੰਮ ਕਰਨ ਵਾਲਾ ਬੰਦਾ ਮੈਂ, ਇਸ ਐਲਬਮ ਦੇ ਸਾਰੇ ਗਾਣੇ ਜਿਹੜੇ ਆ ਉਹ ਸ਼ੂਟ ਹੋਣਗੇ, 8 ਗਾਣੇ ਨੇ, 8 ਦੇ 8 ਹੀ ਗਾਣੇ ਸ਼ੂਟ ਹੋਣਗੇ। ਇਸ ਤੋਂ ਬਾਅਦ ਗਾਣਾ ਹੈਗਾ ਜੱਟ ਦੀ ਜਵਾਨੀ, ਉਹਦਾ ਵੀ ਬਹੁਤ ਅੱਛਾ ਰਿਸਪੋਂਸ ਹੈ, ਉਹਦਾ ਵੀਡੀਓ ਆਏਗਾ। ਇਸ ਤੋਂ ਇਲਾਵਾ 2 ਫਿਲਮਾਂ ਨੇ ਜਿਹੜੀਆਂ ਪਾਈਪਲਾਈਨ ਦੇ ਵਿੱਚ ਨੇ, ਕਿਰਪਾਨ ਤੋਂ ਬਾਅਦ ਇਸ਼ਕ ਬਰਾਂਡੀ ਔਰ ਮੁੰਡਾ ਤੋਂ ਬਚ ਕੇ ਰਹੇ। ਇਹ ਦੋਨੇ ਰੈਗੂਲਰ ਫਿਲਮਾਂ ਨੇ, ਜੋ ਜਿਵੇਂ ਦਾ ਦੌਰ ਜੋ ਪੰਜਾਬੀ ਚਾਹੁੰਦੇ ਨੇ ਉਹ ਚੀਜ਼ ਹੈ। ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਰੈਗੂਲਰ ਕਰੋ, ਕੰਮ ਕਰੋ, ਉਹ ਚੀਜ਼ ਵੀ ਕਰੋ ਜੋ ਲੋਕ ਪਸੰਦ ਕਰਦੇ ਆ, ਉਹ ਚੀਜ਼ ਵੀ ਕਰੋ ਜੋ ਤੁਸੀਂ ਖੁਦ ਪਸੰਦ ਕਰਦੇ। ਕੀ ਪਤਾ ਤੁਹਾਡੀ ਸੋਚ ਦੇ ਨਾਲ ਕੋਈ ਨਾ ਕੋਈ ਖੜ ਜੇ ਤੇ ਤੁਹਾਡਾ ਟ੍ਰੈਂਡ ਚੇਂਜ ਹੋ ਜਾਏ। ਉਸ ਤੋਂ ਬਾਅਦ ਹਰ ਤਰ੍ਹਾਂ ਦਾ ਕੰਮ ਕਰਨਾ ਚਾਹੀਦਾ, ਇਸ਼ਕ ਬਰਾਂਡੀ ਔਰ ਮੁੰਡਿਆਂ ਤੋਂ ਬਚ ਕੇ ਰਹੀ। ਉਸ ਤੋਂ ਬਾਅਦ 2 ਫਿਲਮਾਂ ਇਹ ਨੇ ਜੀ। ਬਿਲਕੁਲ ਜੀ, ਵੀ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਵੀ ਏਦਾਂ ਅਗਲੀਆਂ 2 ਫਿਲਮਾਂ ਵੀ ਬਿਲਕੁਲ ਲਾਈਨ ਚ ਨੇ, ਤੇ ਵਧੀਆ ਗੱਲ ਹੈ ਜੀ, ਇੰਡਸਟਰੀ ਪ੍ਰਫੁੱਲਿਤ ਹੋ ਰਹੀ ਹੈ ਇਸ ਗੱਲ ਦੇ ਨਾਲ ਨਾਲ ਚੱਲ ਰਹੀ ਹੈ। ਤੇ ਮਿਊਜ਼ਿਕ ਐਲਬਮ ਜਿੱਦਾਂ ਹੁਣ ਭਾਈ ਤੁਸੀਂ ਇੱਕ ਪੂਰੇ ਸਾਲ ਚ ਹੁਣ 3 ਫਿਲਮਾਂ ਵੀ ਕਰਦੇ ਹੋ, ਫਿਰ ਮਿਊਜ਼ਿਕ ਐਲਬਮ ਲਈ ਵੀ ਟਾਈਮ ਕੱਢਦੇ ਹੋ, ਫਿਰ ਉਹਦੇ ਵੀਡੀਓਸ ਵੀ ਸ਼ੂਟ ਕਰਦੇ ਹੋ, ਵੈਸੇ ਉਹ ਵਿਰਸਾ ਆਰਟ ਦੀ ਮੈਂ ਵੀਡੀਓ ਦੇਖੀ ਬਹੁਤ ਸੋਹਣੀ ਹੈ, ਤੇ ਫਿਰ ਇੱਕਦਮ ਲਾਈਫ ਐ ਨੀ ਲੱਗਦੀ ਵੀ ਕਿੱਥੇ ਰੋਸ਼ਨ ਪ੍ਰਿੰਸ ਇੱਕ ਆਵਾਜ਼ ਪੰਜਾਬੀ ਚ ਗਿਆ ਸੀ ਤੇ ਹੁਣ ਇੱਕਦਮ ਖਤਮ ਹੀ ਹੈ, ਮਤਲਬ ਜਮੇ ਕੰਮ ਦੇ ਵਿੱਚ ਹੀ ਰੁੱਝੇ ਰਹਿੰਦੇ ਹੋ। ਤੁਸੀਂ ਇਹ ਦੇਖੋ ਕਿ ਇਹ ਡਿਸਟ੍ਰਿਕਟ ਸੰਗਰੂਰ ਤੋਂ ਪਹਿਲਾਂ 2010 ਚ ਆਈ ਸੀ ਐਲਬਮ ਮੇਰੀ, ਉਹ ਸੀਗੀ ਦਹਾ ਠੱਕਰ, ਜਿਹਦੇ ਚ ਗਾਣਾ ਸੀ ਗੱਡੀ ਤੇ ਲਖਾਤਾ ਰੰਗ ਪੱਕਾ। ਉਹ ਉਸ ਐਲਬਮ ਤੋਂ ਬਾਅਦ ਮੇਰੇ ਸਿੰਗਲ ਜ਼ਰੂਰ ਆਉਂਦੇ ਰਹੇ ਨੇ, ਭਾਵੇਂ ਉਹ ਨਖਰੋ ਹੈ ਜਾਂ ਰੈਡ ਲਾਈਟਸ ਹੈ, ਮਿਸਟਰ ਪੇਂਡੂ ਹੈ, ਵਿੱਚ ਫਿਲਮਾਂ ਦੇ ਗਾਣੇ ਆ ਗਏ ਲੁੱਕ ਤੇ ਲੱਕ। ਲੋਕਾਂ ਨੂੰ ਗੈਰ ਖਾਸ ਵੀ ਨਹੀਂ ਨਜ਼ਰ ਆਈ ਕਿ ਹਾਂ ਯਾਰ ਇਹ ਅਲੂਪ ਹੀ ਹੋ ਗਿਆ। ਉਸ ਤੋਂ ਬਾਅਦ ਕਿਸੇ ਨੂੰ ਮਹਿਸੂਸ ਤਾਂ ਨਹੀਂ ਹੋਇਆ ਕਿ 2010 ਤੋਂ ਬਾਅਦ ਇਹ 3 ਸਾਲ ਬਾਅਦ ਐਲਬਮ ਆਈ ਹੈ। ਤੁਹਾਨੂੰ ਵੀ ਨਹੀਂ ਲੱਗਿਆ ਹੋਣਾ ਕਿ 3 ਸਾਲ ਬਾਅਦ ਐਲਬਮ ਆਈ ਹੈ, ਰੰਗ ਪੱਕਾ ਤਾਂ ਲੱਗਦਾ ਹੈ ਕੱਲ ਆਇਆ। ਹਾਂਜੀ, 3 ਸਾਲ ਹੋ ਗਏ ਉਸ ਗਾਣੇ ਨੂੰ ਆਏ ਨੂੰ ਜੀ, ਔਰ ਹੁਣ 3 ਸਾਲ ਬਾਅਦ ਐਲਬਮ ਕੀਤੀ ਹੈ। ਇਹਦੇ 8 ਗਾਣਿਆਂ ਨੂੰ ਚੁਣਨ ਵਾਸਤੇ ਇੰਨਾ ਟਾਈਮ ਲੱਗਿਆ ਜੀ, ਤੇ ਹੁਣ ਮੈਂ ਰੈਗੂਲਰ ਉਹਦੇ ਯੂਟਿਊਬ ਕਰ ਰਿਹਾ ਸਾਰਾ ਕੁਛ। ਇਹਦੋਂ ਅਗਲੀ ਐਲਬਮ ਵੀ ਲਗਭਗ ਕੋਈ 2-2.5 ਸਾਲ 3 ਸਾਲ ਬਾਅਦ ਹੀ ਆਊਗੀ, ਪਰ ਉਹਦੇ ਵਿੱਚ ਮੇਰੇ ਰੈਗੂਲਰ ਕੁਛ ਸਿੰਗਲਸ, ਫਿਲਮਾਂ ਦੇ ਗਾਣੇ, ਫਿਲਮਾਂ ਆਉਂਦੀਆਂ ਰਹਿਣਗੀਆਂ। ਜੇ ਮੈਂ ਗੈਰ ਹਾਜ਼ਰੀ ਨਹੀਂ ਲੱਗੀ ਪੰਜਾਬੀਆਂ ਦੇ ਚੇਤੇ ਚ ਰਹਾਂਗੇ। ਹਰਮਨਜੋਤ ਸਿੱਧੂ ਜੀ, ਜੇ ਤੁਸੀਂ ਕੋਈ ਮੈਸੇਜ ਸਾਨੂੰ ਹਰਮ ਜਿਹੜੇ ਰੋਸ਼ਨ ਪ੍ਰਿੰਸ ਜੀ ਲਈ ਆਏ ਉਹ ਕਰਵਾਉਣੇ ਚਾਹੋਗੇ ਤਾਂ ਜਰੂਰ ਜੀ ਜਰੂਰ। ਤੇ ਮੈਸੇਜ ਮੇਰੇ ਕੋਲ ਪਹੁੰਚਿਆ ਪੁਸ਼ਪਿੰਦਰ ਸਿੰਘ ਜੀ ਦਾ ਫਰੋਮ ਪਰਥ ਆਸਟ੍ਰੇਲੀਆ ਤੋਂ ਜੀ, ਇਹਨਾਂ ਦਾ ਮੈਸੇਜ ਆਇਆ ਸੀਗਾ ਤੇ ਸਤਿ ਸ੍ਰੀ ਅਕਾਲ ਕਹਿੰਦੇ ਜੀ, ਪਹਿਲਾਂ ਤਾਂ ਮੇਰੇ ਵੱਲੋਂ ਵੀ, ਤੇ ਕਹਿੰਦੇ ਜੀ ਬਾਕੀ ਕਹਿੰਦੇ ਜੀ ਕਹਿਣ ਦੀ ਲੋੜ ਨੀ ਹੈਗੀ ਕਿ ਅਸੀਂ ਤਾਂ ਆਲਵੇ ਤੁਹਾਡੇ ਨਾਲ ਆ ਜੀ, ਸ਼ੁਰੂ ਤੋਂ ਲੈ ਕੇ ਹੁਣ ਤੱਕ ਤੁਹਾਡੇ ਨਾਲ ਪੂਰੀ ਸਪੋਰਟ ਆਈ ਸਾਡੀ ਜੀ। ਕਹਿੰਦੇ ਵਾਜਪੇਈ ਦੇ ਵਿੱਚ ਵੀ ਤੁਹਾਨੂੰ ਬਹੁਤ ਸੁਣਿਆਗਾ ਜੀ, ਤੇ ਉਸ ਤੋਂ ਬਾਅਦ ਮਿਊਜ਼ਿਕ ਐਲਬਮ ਤੇ ਫਿਰ ਤੁਹਾਡੀ ਮੂਵੀਜ਼ ਦੇ ਵਿੱਚ ਵੀ ਤੁਹਾਨੂੰ ਬਹੁਤ ਕੀ ਕਹਿੰਦੇ ਦੇਖਦੇ ਹਾਂ। ਤੇ ਕਹਿੰਦੇ ਜੀ ਇੱਕ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਤੁਸੀਂ ਮੂਵੀ ਦੇ ਵਿੱਚ ਜਿਵੇਂ ਤੁਸੀਂ ਐਕਟਿੰਗ ਕਰਦੇ ਹੋ ਵੀ ਤੁਸੀਂ ਐਕਟਿੰਗ ਦੀ ਟ੍ਰੇਨਿੰਗ ਪਹਿਲਾਂ ਕਿਤੋਂ ਲਈ ਹੈ ਜਾਂ ਵੈਸੇ ਨੈਚੁਰਲੀ ਇਸ ਤਰ੍ਹਾਂ ਹੀ ਹੈਗੀ, ਕਿਉਂਕਿ ਤੁਸੀਂ ਕਹਿੰਦੇ ਐਕਟਿੰਗ ਇੰਨੀ ਸੋਹਣੀ ਕਰਦੇ ਹੋ ਕਿ ਪਤਾ ਨੀ ਲੱਗਦਾ ਵੀ ਇੱਕੋ ਦਮ ਜਿਹੜਾ ਬੰਦਾ ਆਵਾਜ਼ ਪੰਜਾਬ ਤੋਂ ਉੱਠ ਕੇ ਸਿੰਗਿੰਗ ਤੋਂ ਬਾਅਦ ਦਾ ਉਹਦੇ ਵਿੱਚ ਆ ਜਾਂਦਾ ਜੀ, ਆਪਣੇ ਮੂਵੀਜ਼ ਦੇ ਵਿੱਚ ਆ ਜਾਂਦਾ, ਸੋ ਇੱਕਦਮ ਜੀ ਇਹ ਸਭ ਕਿੱਦਾਂ ਹੋਇਆ? ਇਹਦਾ ਜ਼ਰੀਆ ਤਾਂ ਬਣਿਆ ਸੀਗਾ ਜੀ, ਜਿਹੜਾ ਪਹਿਲਾ ਗਾਣਾ ਰਿਲੀਜ਼ ਹੋਇਆ ਸੀ ਚੰਨ ਚ ਚਾਨਣੀ ਮੁੱਕ ਜਾ ਗਈ, ਉਹਦੇ ਤੋਂ ਮੈਨੂੰ ਚਾਂਸ ਮਿਲਿਆ ਸੀ ਫਿਲਮਾਂ 'ਚ ਜਾਣ ਦਾ। ਲੱਗਦਾ ਇਸ਼ਕੋ ਜੀ ਮੇਰੀ ਪਹਿਲੀ ਫਿਲਮ ਸੀ। ਉਹ ਫਿਲਮ ਕਰਨ ਤੋਂ ਪਹਿਲਾਂ 1-1.5 ਸਾਲ ਮੈਂ ਬੰਬੇ ਰਿਹਾ ਸੀਗਾ, ਜਦੋਂ ਪੰਜਾਬ ਦੇ ਮੰਨੇ ਹੋਏ ਆਰਟਿਸਟ, ਦਿੱਗਜ ਆਰਟਿਸਟ ਸਰਦਾਰ ਸੋਵੀ ਸਾਹਿਬ, ਉਹਨਾਂ ਤੋਂ ਮੈਂ ਬਕਾਇਦਾ ਤਾਲੀਮ ਲਈ ਹੈ ਕਿ ਫਿਲਮ ਕੀ ਹੁੰਦੀ ਹੈ, ਦੂਸਰੇ ਐਕਟਰ ਦੀਆਂ ਰਿਐਕਸ਼ਨ ਕੀ ਹੁੰਦਾ, ਐਕਟਿੰਗ ਕੀ ਹੁੰਦੀ ਹੈ, ਸਾਰਾ ਕੁਛ ਸਿੱਖਣ ਤੋਂ ਬਾਅਦ ਮੈਂ ਉਹ ਫਿਲਮ ਕੀਤੀ ਸੀ ਲੱਗਦਾ ਇਸ਼ਕ ਹੋ ਗਿਆ। ਔਰ ਉਹ 1.5 ਸਾਲ ਮੈਨੂੰ ਹੁਣ ਵੀ ਪੇ ਕਰ ਰਿਹਾ, ਉਸ 1.5 ਸਾਲ ਚ ਜੋ ਕੁਛ ਸਿੱਖਿਆ ਮੈਨੂੰ ਮੇਰੀਆਂ ਫਿਲਮਾਂ ਚ ਵੀ, ਮੇਰੇ ਵੀਡੀਓ ਚ ਵੀ ਮੈਨੂੰ ਕੰਮ ਆਉਂਦਾ।
ਜੀ ਬਿਲਕੁਲ, ਤੇ ਇੱਕ ਮੈਸੇਜ ਆਇਆ ਸੀਗਾ ਜੀ ਚੰਡੀਗੜ੍ਹ ਤੋਂ ਕੀਤਾ ਮਨਪ੍ਰੀਤ ਕੌਰ ਜੀ ਨੇ, ਸੋ ਕਹਿੰਦੇ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਵੀ ਜੀ ਤੇ ਤੁਹਾਡੀ ਕੁਰਬਾਨੀ ਵੀ ਲਈ ਜੀ, ਬਹੁਤ ਬਹੁਤ ਬੈਸਟ ਆਫ ਲੱਕ ਸਰ ਤੁਹਾਨੂੰ, ਤੇ ਕਹਿੰਦੇ ਨੇ ਜੀ ਮੇਰੇ ਕਹਿੰਦੀ ਫੇਸਬੁੱਕ ਦੀ ਆਈ ਡੀ ਉੱਤੇ ਦੋ ਤਿੰਨ ਰੋਸ਼ਨ ਪਿੰਡ ਦੇ ਨਾਮ ਦੇ ਆਈ ਡੀ ਨੇ ਉੱਤੇ ਐਡ ਨੇ, ਪਲੀਜ਼ ਤੁਸੀਂ ਦੱਸੋਗੇ ਕਿ ਤੁਹਾਡੀ ਆਪਣੀ ਪਰਸਨਲ ਆਈ ਡੀ ਆ ਜਾਂ ਓਨਲੀ ਤੁਹਾਡਾ ਪੇਜ ਹੀ ਇੱਕ ਹੈਗਾ ਜਿਹੜੇ ਮੇਰੇ ਦੋ ਨਾਲ ਰੋਸ਼ਨ ਪਿੰਡ ਦੇ ਐਡ ਜੀ, ਕਹਿੰਦੇ ਮੈਨੂੰ ਇਹੀ ਕਨਫਿਊਜ਼ ਰਹਿੰਦੀ ਕਿ ਅਸਲੀ ਆਈ ਡੀ ਕਿਹੜੀ ਤੇ ਨਕਲੀ ਕਿਹੜੀ ਹੈ। ਬਹੁਤ ਸਾਰੇ ਮੇਰੇ ਵੀਰ ਇਸ ਚੀਜ਼ ਕਨਫਿਊਜ਼ ਰਹਿੰਦੇ ਆ, ਮੈਨੂੰ ਮੈਸੇਜਸ ਵੀ ਆਉਂਦੇ ਹੁੰਦੇ ਆ ਵੀ ਕੋਈ ਰੋਸ਼ਨ ਪਿੰਸ ਬਣ ਕੇ ਗੱਲਾਂ ਕਰੀ ਜਾਂਦਾ, ਪਤਾ ਨੀ ਲੋਕਾਂ ਦਾ ਕੀ ਨਜ਼ਰੀਆ ਹੈ, ਕਿਉਂ ਏਦਾਂ ਆਪਣੀ ਆਈਡੈਂਟੀ ਨੂੰ ਛੁਪਾ ਕੇ ਐਵੇਂ ਕਿਸੇ ਦੇ ਨਾਂ ਤੇ ਤੁਸੀਂ ਆਈ ਡੀ ਬਣਾ ਕੇ ਲੋਕਾਂ ਨਾਲ ਗੱਲਾਂ ਕਰਨ ਦਾ ਮਤਲਬ ਮੈਨੂੰ ਕਦੇ ਨੀ ਸਮਝ ਆਇਆ ਵੀ ਇਹ ਕੀ ਹੁੰਦਾ। ਮੇਰੀ ਮੇਰੀਆਂ ਦੋ ਆਈ ਡੀਜ਼ ਫੇਸਬੁੱਕ ਤੇ, ਇੱਕ ਪ੍ਰੋਫਾਈਲ ਹੈ ਔਰ ਇੱਕ ਮੇਰਾ ਪੇਜ ਹੈ। ਪੇਜ ਜਿਹੜਾ ਹੈ ਉਹ ਹੈਗਾ www.facebook.com/ ਰੋਸ਼ਨ ਪ੍ਰਿੰਸ THEROSHANPRINCE ਦਾ ਰੋਸ਼ਨ ਪ੍ਰਿੰਸ, ਇੱਕੋ ਇੱਕ ਪੇਜ ਹੈ ਜਿਹਦੇ ਤੇ ਇਸ ਵੇਲੇ ਲਗਭਗ ਕੋਈ 4.5 ਲੱਖ ਲਾਈਕਸ ਨੇ, ਔਰ ਉਸ ਤੋਂ ਬਿਨਾਂ ਸਿਰਫ ਔਰ ਸਿਰਫ ਇੱਕ ਆਈ ਡੀ ਹੈ ਮੇਰੀ ਪਰਸਨਲ, ਜਿਹੜੇ ਮੇਰੇ ਖਾਸ ਯਾਰ ਦੋਸਤ, ਮੇਰੇ ਰਿਸ਼ਤੇਦਾਰ ਜਾਂ ਮੇਰੇ ਨਾਲ ਜਿਹੜੇ ਪੜ੍ਹੇ ਹੋਏ ਮੇਰੇ ਮਿੱਤਰ ਨੇ ਉਹ ਮੇਰੇ ਨਾਲ ਐਡਿਡ ਨੇ, ਉਹ ਹੈ facebook.com/myself.roshanprints। ਇਸ ਤੋਂ ਬਿਨਾਂ ਹੋਰ ਕੋਈ ਵੀ ਆਈ ਡੀ ਮੇਰੀ ਨਹੀਂ ਹੈ। ਜੇ ਕੋਈ ਕਿਸੇ ਨੂੰ ਫੇਸਬੁੱਕ ਬਣਾ ਰਿਹਾ ਤਾਂ ਤੁਸੀਂ ਉਹਨੂੰ ਬਲੌਕ ਕਰੋ ਜਾਂ ਸਾਨੂੰ ਦੱਸੋ, ਅਸੀਂ ਫੇਸਬੁੱਕ ਨੂੰ ਕਹਿ ਕੇ ਆਈ ਡੀ ਚੱਕਵਾਵਾਂਗੇ। ਜੀ ਬਿਲਕੁਲ, ਹਾਂ ਤੁਸੀਂ ਪਿੱਛੇ ਰੀਸੈਂਟਲੀ ਪੋਸਟ ਵੀ ਪਾਇਆ ਸੀ ਇਹਦੇ ਲਈ ਕਿ ਮੇਰਾ ਵੀ ਜਿਹੜਾ ਕੋਈ ਯੂਜ਼ ਕਰ ਰਿਹਾ ਫੇਕ ਜਿਹੜੇ ਅਕਾਊਂਟਸ ਹੈਗੇ, ਤੁਸੀਂ ਆਪਣਾ ਲਿੰਕ ਵੀ ਦਿੱਤਾ ਸੀ। ਮੇਰਾ ਖਿਆਲ ਤੁਸੀਂ ਲਿਸਨਰ ਜਿਹੜੇ ਸੁਣ ਰਹੇ ਹੋਣਗੇ ਤੁਹਾਡੇ ਪੇਜ ਤੇ ਜਾ ਕੇ ਚੈੱਕ ਕਰ ਸਕਦੇ ਆ ਵੀ ਕਿਹੜੀ ਤੁਹਾਡੀ ਆਈ ਡੀ ਪਰਸਨਲ ਆ ਤੇ ਕਿਹੜਾ ਤੁਹਾਡਾ ਪੇਜ ਹੈਗਾ। ਜੀ ਬਿਲਕੁਲ, ਤੇ ਅਮਰੀਕ ਜੀ ਹਾਂਜੀ ਤੁਸੀਂ ਕੰਟੀਨਿਊ ਕਰ ਸਕਦੇ ਹੋ। ਬਿਲਕੁਲ ਜੀ, ਮੈਂ ਕਿਹਾ ਮੈਸੇਜ ਸਾਡੇ ਦਰਸ਼ਕਾਂ ਦਾ ਪਿਆਰ ਭਰਪੂਰ ਤੌਰ ਤੇ ਆ ਰਿਹਾ, ਤੇ ਆਪਾਂ ਹੁਣ ਗੱਲ ਕਰਦੇ ਆ ਜੀ ਜਿਹੜੀ ਇੱਕ ਫਿਲਮ ਦਾ ਆਪ ਹੁਣ ਆਖਿਰ ਜੇ ਇੱਕ ਅਖੀਰ ਚ ਇੱਕ ਸਾਰੀ ਫਿਲਮ ਦੀ ਆਪਾਂ ਗੱਲਬਾਤ ਕੀਤੀ ਹੈ ਪ੍ਰਿੰਸ ਜੀ, ਜੇ ਇੱਕ ਸਮ ਅਪ ਕਰਕੇ ਆਪਾਂ ਇਹ ਕਹਿਣਾ ਹੋਵੇ ਵੀ ਜੇ ਤੁਸੀਂ ਜਿੱਦਾਂ ਤੁਸੀਂ ਕਿਹਾ ਬੱਚੇ ਪੁੱਛੂਗੇ ਜਾਂ ਉਹ ਇੱਕ ਫਿਲਮ ਚ ਇੱਕ ਫਿਲਮ ਅੰਦਰ ਬੰਦਾ ਜਾਊਗਾ ਸਿਨੇਮੇ ਦੇ ਵਿੱਚ, ਤੇ ਤੁਸੀਂ ਇੱਕ ਆਰਟਿਸਟ ਦੇ ਤੌਰ ਤੇ ਤੁਸੀਂ ਆਪਣੀ ਕੀ ਕਾਮਯਾਬੀ ਸਮਝੋਗੇ ਕਿ ਉਹ ਕੀ ਮੈਸੇਜ ਲੈ ਕੇ ਬਾਹਰ ਆਵੇ ਫਿਲਮ ਚ? ਪਹਿਲਾਂ ਤਾਂ ਮੈਂ ਇਸ ਚੀਜ਼ ਦੀ ਮੈਨੂੰ ਤਸੱਲੀ ਹੋਊਗੀ ਕਿ ਕੋਈ ਕਿਰਪਾਨ ਫਿਲਮ ਦੇਖਣ ਗਿਆ, ਜਿਹੜਾ ਵੀ ਇਸ ਫਿਲਮ ਨੂੰ ਦੇਖਣ ਗਿਆ ਮੈਂ ਸਮਝੂਗਾ ਕਿ ਉਹਨੂੰ ਆਪਣੀ ਕੌਮ ਨਾਲ ਪਿਆਰ ਹੈ, ਆਪਣੇ ਦੇਸ਼ ਨਾਲ ਪਿਆਰ ਹੈ, ਉਹਨੂੰ ਆਪਣੇ ਮਾਂ ਪਿਓ ਨਾਲ ਪਿਆਰ ਹੈ, ਉਹਨੂੰ ਪੰਜਾਬੀ ਸਾਰਥਕ ਸਿਨੇਮੇ ਨਾਲ ਪਿਆਰ ਹੈ। ਜਿਹਨੂੰ ਪੰਜਾਬੀ ਦੇ ਚੰਗੇ ਸਬਜੈਕਟ ਨਾਲ ਪਿਆਰ ਹੀ ਨਹੀਂ, ਉਹ ਸ਼ਾਇਦ ਇਹ ਫਿਲਮ ਨਾ ਹੀ ਦੇਖਣ ਜਾਵੇ। ਉਹਨੂੰ ਜੇ ਕੋਈ ਬੰਦਾ ਇਹ ਸੋਚ ਕੇ ਅੰਦਰ ਰਹੇਗਾ ਕਿ ਅੰਦਰ ਆਪਾਂ ਜਾ ਕੇ ਚੁਟਕਲੇ ਸੁਣਨੇ, ਹੱਸ ਕੇ ਚਾਰ ਚੁਟਕਲੇ ਸੁਣ ਕੇ ਬਾਹਰ ਆਵਾਂਗੇ, ਉਹ ਤੋਂ ਬਾਅਦ ਹੱਸਾਂਗੇ ਖੇਡਾਂਗੇ, ਦੋ ਘੰਟੇ ਹੱਸ ਕੇ ਬਾਹਰ ਆਵਾਂਗੇ, ਉਹ ਮੇਰਾ ਵੀਰ ਮੇਰੀ ਭੈਣ ਭਾਵੇਂ ਨਾ ਹੀ ਜਾਓ, ਕਿਉਂਕਿ ਜੇ ਤੁਹਾਨੂੰ ਪਿਆਰ ਹੈ ਆਪਣੇ ਸਮਾਜ ਦੇ ਨਾਲ ਫਿਰ ਤੁਸੀਂ ਇਹ ਫਿਲਮ ਦੇਖਣ ਜਾਓ। ਔਰ ਮੇਰੀ ਇਹ ਮੈਂ ਇਹ ਜਾਣਦਾ ਕਿ ਜਿਹੜਾ ਬੰਦਾ ਇੱਕ ਵਾਰੀ ਇਹਨੂੰ ਅੰਦਰ ਦੇਖ ਜਾਏਗਾ ਔਰ ਜੇ ਉਹ ਥੋੜਾ ਵੀ ਬਹੁਤ ਵੀ ਸੰਵੇਦਨਸ਼ੀਲ ਹੋਵੇ ਜਾਂ ਸੈਂਸਿਟਿਵ ਹੋਵੇ, ਉਹ 10 ਮਿੰਟ ਹੋਰ ਜ਼ਰੂਰ ਅੰਦਰ ਭੇਜੇਗਾ ਕਿ ਤੁਸੀਂ ਇੰਨੀਆਂ ਫਿਲਮਾਂ ਪੰਜਾਬੀ ਚ ਦੇਖੀਆਂ ਨੇ, ਆਹ ਜ਼ਰੂਰ ਦੇਖੋ, ਇਹ ਵਧੀਆ ਫਿਲਮ ਬਣਾਈ ਹੈ। ਔਰ ਮੇਰੇ ਵਾਸਤੇ ਸਭ ਤੋਂ ਵੱਡੀ ਗੱਲ ਇਹੀ ਹੋਏਗੀ, ਮੈਂ ਫਖਰ ਮੈਨੂੰ ਹੈਗਾ ਕਿ ਮੈਂ ਫਿਲਮ ਵਿੱਚ ਕੰਮ ਕੀਤਾ ਔਰ ਇਹ ਫਿਲਮ 7 ਤਰੀਕ ਨੂੰ ਜਿਹੜੀ ਰਿਲੀਜ਼ ਹੋਣੀ ਹੈ ਮੇਰੇ ਵਾਸਤੇ ਇੱਕ ਮਾਈਲਸਟੋਨ ਹੈ ਮੇਰੀ ਜ਼ਿੰਦਗੀ ਚ ਮੇਰੀ ਕੈਰੀਅਰ ਲਈ। ਬਿਲਕੁਲ ਜੀ, ਤੇ ਆਪਾਂ ਇਹ ਜਰੂਰ ਉਮੀਦ ਕਰਦੇ ਹਾਂ ਕਿ ਇਹ ਫਿਲਮ ਤੁਹਾਡੇ ਯਾਨੀ ਕਿ ਕੈਰੀਅਰ ਦੇ ਵਿੱਚ ਮੀਲ ਪੱਥਰ ਦਾ ਸਾਬਿਤ ਹੋਵੇ, ਤੇ ਯਾਦ ਰੱਖਣ ਲੋਕ ਕਿ ਰੋਸ਼ਨ ਪ੍ਰਿੰਸ ਇੱਕ ਇਹੋ ਜਿਹਾ ਆਰਟਿਸਟ ਜਿਨ੍ਹਾਂ ਨੇ ਇੱਕ ਟਰਾਈ ਕੀਤੀ ਕਿ ਅਲੱਗ ਤਰ੍ਹਾਂ ਦਾ ਇੰਜੀਨੀਅਰ ਟਰਾਈ ਕੀਤਾ, ਤੇ ਆਪਾਂ ਹੁਣ ਇੱਕ ਜਾਂਦੇ ਜਾਂਦੇ ਜੇ ਤੁਹਾਡੀ ਆਵਾਜ਼ ਦੇ ਵਿੱਚ ਕੋਈ ਫਿਲਮ ਦੇ ਵਿੱਚ ਉਹ ਟਾਈਟਲ ਹੋ ਜਾਵੇ ਜਿਹੜਾ ਤੁਸੀਂ ਸੁਣਾਉਣਾ ਚਾਹੋਗੇ? ਫਿਲਮ ਦੇ ਵਿੱਚ ਮੇਰੇ ਦੋ ਤਿੰਨ ਹੀ ਗਾਣੇ ਸੀਗੇ ਜਿਹੜੇ ਤੁਸੀਂ ਮੈਂ ਆਲਰੇਡੀ ਤੁਹਾਨੂੰ ਸੁਣਾ ਚੁੱਕੀ ਹਾਂ। ਬਸ ਮੇਰੀ ਗੁਜ਼ਾਰਿਸ਼ ਇਹੀ ਹੈ ਕਿ ਹੁਣ ਚੰਗੇ ਗੀਤ ਜਿਹੜੇ ਮੈਂ ਗਾਣਾ ਗਾਇਆ ਸੀਗਾ ਉਹਦੀਆਂ ਲਾਈਨਾਂ ਤੁਹਾਨੂੰ ਸੁਣਾਉਣਾ। ਪੰਜਾਬ ਦਾ ਯੂਥ ਵੀ ਨਸ਼ਿਆਂ ਦੇ ਵਿੱਚ ਰਲ ਕੇ ਪਤਾ ਨੀ ਕੀ ਸਵਾਦ ਮਿਲਦਾ ਹੈ, ਆਪਣੀ ਜ਼ਿੰਦਗੀ ਖਰਾਬ ਕਰਕੇ, ਆਪਣੇ ਮਾਂ ਪਿਓ ਦੇ ਸੁਪਨੇ ਖਰਾਬ ਕਰਕੇ, ਆਪਣੇ ਸੁਪਨੇ ਖਰਾਬ ਕਰਕੇ। ਗਾਣਾ ਵੈਸੇ ਵੀ ਜਸਵੀਰ ਗੁਣਾਚਾਰੀ ਹੋ ਰਹਿੰਦਾ, ਉਹ ਗਾਣਾ ਬੜਾ ਸਾਹਮਣੇ ਨਹੀਂ ਆਇਆ ਲੋਕਾਂ ਨੂੰ, ਮੈਂ ਤੁਹਾਨੂੰ ਉਹਦੀਆਂ ਦੋ ਲਾਈਨਾਂ ਸੁਣਾਉਣਾ, ਉਹ ਮੇਰੇ ਦਿਲ ਦੇ ਕਰੀਬ ਹੈ ਗਾਣਾ। ਨਸ਼ਿਆਂ ਚ ਡੁੱਬ ਕੇ ਤਬਾਹ ਹੋਈ ਜਾਂਦੇ ਹੋ, ਕੀ ਮੈਂ ਪਿੱਛੇ ਲੱਗ ਗੁਮਰਾਹ ਹੋਈ ਜਾਂਦੇ ਹੋ,
ਤੋਬਾ 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 ਖੇੜੇ ਛੜਵਾ ਲੋਏ ਜਵਾਨੀਆਂ ਬਚਾ ਲੋਏ ਜਵਾਨੀਆਂ ਬਚਾ ਲੋਏ ਜਵਾਨੀਆਂ ਬਚਾ ਲੋਏ ਜਵਾਨੀਆਂ ਬਚਾ ਲੋਏ। ਵਾਹ ਜੀ ਵਾਹ, ਬਹੁਤ ਵਧੀਆ। ਤੇ ਲਓ ਦੋਸਤੋ, ਬਹੁਤ ਹੀ ਆਪਾਂ ਜਿਆਦਾ ਵੀ ਸਮਾਂ ਲੈ ਲਿਆ, ਕਿਉਂਕਿ ਜੀ ਅੱਜ ਕੱਲ ਪਤਾ ਹੀ ਹੈ ਤੁਹਾਨੂੰ ਵੀ ਮੂਵੀ ਦੀ ਪ੍ਰਮੋਸ਼ਨ ਚੱਲ ਰਹੀ ਹੈ, ਕਦੇ ਕਿੱਥੋਂ ਤੋਂ ਕਿੱਥੇ ਜਾਣਾ ਪੈਂਦਾ। ਸੋ ਵੀਰ ਜੀ ਵੀ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਜੀ, ਤੇ ਟਾਈਮ ਕੱਢ ਕੇ ਜੀ, ਤੁਹਾਨੂੰ ਪਤਾ ਟਾਈਮ ਕਿੰਨਾ ਔਖਾ ਨਿਕਲਦਾ। ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰਿੰਸ ਵੀਰ ਜੀ। ਤੇ ਆਪਾਂ ਤਾਂ ਤੁਹਾਡੇ ਨਾਲ ਪਹਿਲਾਂ ਵੀ ਸੀਗੇ, ਹੁਣ ਵੀ ਆ, ਤੇ ਹਮੇਸ਼ਾ ਤੁਹਾਡੇ ਨਾਲ ਰਵਾਂਗੇ ਜੀ। ਤੇ ਮੂਵੀ ਲਈ ਜੀ ਬੈਸਟ ਆਫ ਲੱਕ ਆ ਤੁਹਾਨੂੰ, ਤੇ ਆਪਾਂ ਸਾਰਿਆਂ ਨੂੰ ਮੇਰੇ ਵੱਲੋਂ ਵੀ ਫਿਰ ਦੇਸੀਵਾਲ ਰੇਡੀਓ ਵੱਲੋਂ ਜੀ ਇੱਕ ਤੁਹਾਡੇ ਸਭ ਦੇ ਅੱਗੇ ਰਿਕੁਐਸਟ ਆ ਕਿ ਪਲੀਜ਼ ਫਿਰ ਵੀ ਜ਼ਰੂਰ ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਮੂਵੀ ਨੂੰ ਜ਼ਰੂਰ ਦੇਖੋ ਤੇ ਆਪਣੇ ਵਿਊਜ਼ ਜ਼ਰੂਰ ਦਿਓ ਜੀ। ਜਿਹੜੇ ਤੁਹਾਡੇ ਵਿਊਜ਼ ਹੋਣਗੇ ਮੈਂ ਸਿੱਧਾ ਵੀਰ ਜੀ ਨੂੰ ਫਾਰਵਰਡ ਕਰ ਦੇਣੇ ਆ ਜੀ, ਤੇ ਉਹ ਤੁਹਾਨੂੰ ਆਪੇ ਰਿਪਲਾਈ ਕਰ ਦੇਣਗੇ ਜੀ ਆਪਣੇ ਫੈਨ ਪੇਜ ਉੱਤੇ ਜਿਵੇਂ ਵੀ ਹੋਇਆਗਾ। ਸੋ ਤੁਹਾਡਾ ਉਹ ਤਾਂ ਤੁਹਾਨੂੰ ਪਤਾ ਲੱਗਦਾ ਰਹੂਗਾ। ਸੋ ਵਿਊਜ਼ ਸਾਨੂੰ ਜ਼ਰੂਰ ਭੇਜੋ ਆਪਣੀ ਮੂਵੀ ਦੇਖ ਕੇ ਜਿਵੇਂ ਤੁਹਾਨੂੰ ਮੂਵੀ ਲੱਗੀ। ਤੇ ਬਾਕੀ ਜੀ ਮੇਰੇ ਵੱਲੋਂ ਵੀ ਤੁਹਾਨੂੰ ਬਹੁਤ ਬਹੁਤ ਇੱਕ ਵਾਰੀ ਧੰਨਵਾਦ ਆ ਜੀ, ਤੇ ਫਿਰ ਤੋਂ ਇੱਕ ਵਾਰੀ ਬੈਸਟ ਆਫ ਲੱਕ ਆ ਜੀ। ਤੇ ਆਪਾਂ ਤੁਹਾਡੇ ਨਾਲ ਜੀ, ਮੈਂ ਕਿਹਾ ਚੱਕ ਦਾਂਗੇ ਫੱਟੇ ਪ੍ਰਿੰਸ ਵੀਰੇ, ਗੱਲ ਹੀ ਕੋਈ ਨੀ, ਤੇ ਆਪਾਂ ਜ਼ਰੂਰ ਹੁਮ ਹੁਮ ਆ ਕੇ ਪਹੁੰਚਾਂਗੇ ਜੀ, ਸਾਰੇ ਫਰੈਂਡ ਮਿੱਤਰਾਂ ਨਾਲ, ਸਾਰੀ ਫੈਮਿਲੀ ਨਾਲ ਜ਼ਰੂਰ ਦੇਖਣ ਜਾਵਾਂਗੇ ਜੀ। ਥੈਂਕ ਯੂ ਸੋ ਮਚ ਜੀ, ਮੇਰਾ ਸੀਨਾ ਵੈਸੇ ਹੀ ਚੌਥੇ ਨਾਲ ਜੇ ਪੰਜਾਬੀ ਇਸ ਫਿਲਮ ਨੂੰ ਦੇਖ ਲੈਣਗੇ। ਥੈਂਕ ਯੂ ਸੋ ਮਚ ਸਾਰਿਆਂ ਦੇ ਪਿਆਰ ਸਤਿਕਾਰ ਵਾਸਤੇ। ਥੈਂਕ ਯੂ ਹਰਮਨ ਜੀ, ਥੈਂਕ ਯੂ ਅਮਰੀਕ ਜੀ, ਬਹੁਤ ਬਹੁਤ ਮਿਹਰਬਾਨੀ। ਦੇਸੀ ਵਰਲਡ ਰੇਡੀਓ ਸੁਣਦੇ ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਬਿਲਕੁਲ ਜੀ, ਤੇ ਦੋਸਤੋ ਆਪਾਂ ਲੈਣੇ ਆ ਇਸ ਗੱਲ ਦੇ ਨਾਲ ਹੀ ਇਜਾਜ਼ਤ, ਤੇ ਪ੍ਰਿੰਸ਼ ਜੀ ਹੁਣਾਂ ਨੂੰ ਵੀ ਦਿੰਨੇ ਆ ਇਜਾਜ਼ਤ, ਤੇ ਬਹੁਤ ਜਲਦੀ ਕੋਸ਼ਿਸ਼ ਕਰਾਂਗੇ ਆਪਾਂ ਦੇਸੀ ਵਰਲਡ ਰੇਡੀਓ ਤੇ ਇੰਟਰਵਿਊ ਇਹ ਤੁਹਾਨੂੰ ਯੂਟਿਊਬ 'ਚ ਲੋਕਾਂ ਦੇ ਤੁਹਾਡੇ ਰੂਬਰੂ ਕੀਤੀ ਜਾਵੇ, ਤਾਂ ਕਿ ਜੇ ਕੋਈ ਰਹਿ ਗਿਆ ਤਾਂ ਦੁਬਾਰਾ ਸੁਣ ਸਕੇ। ਤੇ ਆਪਾਂ ਜਾਂਦੇ ਜਾਂਦੇ ਇੱਕ ਭਾਈ ਬਲਵੀਰ ਸਿੰਘ ਜੀ ਦਾ, ਜਿੱਦਾਂ ਕਿ ਰੋਸ਼ਨ ਪ੍ਰਿੰਸ ਜੀ ਨੇ ਕਿਹਾ ਸੀ, ਇਹ ਸ਼ਬਦ ਹੈ ਜਿਹੜਾ ਕਿ ਗੁਰੂ ਗੋਬਿੰਦ ਸਿੰਘ ਦੀ ਰਚਨਾ, ਉਹ ਤੁਹਾਨੂੰ ਸੁਣਾਉਣਾ ਚਾਹਾਂਗੇ ਜ਼ਰੂਰ। ਤੇ ਇਸੇ ਦੇ ਨਾਲ ਇਜਾਜ਼ਤ ਲੈਂਦੇ ਹਾਂ ਖਿਮਾ ਦੇ ਇਜਾਜ਼ਤ, ਜੇ ਕੋਈ ਗੱਲ ਵੱਧ ਘੱਟ ਹੋ ਗਈ ਹੋਵੇ ਤੇ ਮਾਫ਼ ਕਰ ਦਿਓ। ਤੇ ਲੋ ਫਿਰ ਮਿੱਤਰੋ ਮਿਲਦੇ ਆ ਜੀ ਮੁੜ ਕੇ, ਫੇਰ ਲੱਗਿਆ ਸਬੱਬ ਤਾਂ ਬਹੁਤ ਜਲਦੀ ਤੁਹਾਡੇ ਵਿੱਚ ਪ੍ਰੋਗਰਾਮ ਵੀ ਲੈ ਕੇ ਆਵਾਂਗੇ। ਤਦ ਤੱਕ ਲਈ ਜੁੜੇ ਰਹੋ ਆਪਣੇ ਪਿਆਰੇ ਦੇਸੀ ਵਰਲਡ ਰੇਡੀਓ ਦੇ ਨਾਲ। ਤੇ ਮਿੱਤਰੋ ਕਿਰਪਾਨ ਆ ਰਹੀ ਹੈ ਜੀ, ਆ ਇਸ ਫਰਾਈਡੇ ਨੂੰ ਜ਼ਰੂਰ ਜਾਣਾ ਹਰੇਕ ਨੇ ਦੇਖਣ, ਤੇ ਬਈ ਆਪਾਂ ਇਹ ਨੋਟ ਕਰ ਲੈਣਾ ਵੀ ਕਿਹੜੇ ਕਿਹੜੇ ਦਰਸ਼ਕ ਨੇ ਸਾਡੀ ਗੱਲ ਤੇ ਮੰਨੀ। 7 ਫਰਵਰੀ ਨੂੰ ਤੁਹਾਡੇ ਨੇੜੇ ਦੇ ਸਿਨੇਮਾ ਘਰ ਦੇ ਵਿੱਚ ਜ਼ਰੂਰ ਪਹੁੰਚਿਓ ਤੇ ਸਾਥ ਦਿਓ ਇਸ ਫਿਲਮ ਦਾ, ਸਾਡੀ ਪੰਜਾਬੀ ਮਾਂ ਬੋਲੀ ਦਾ, ਸਾਡੇ ਕਲਚਰ ਦਾ। ਬਹੁਤ ਬਹੁਤ ਧੰਨਵਾਦ, ਇਹਨਾਂ ਦੇ ਨਾਲ ਲੈਂਦੇ ਹਾਂ ਇਜਾਜ਼ਤ। ਸਤਿ ਸ੍ਰੀ ਅਕਾਲ।